ਸਿੱਧੂ ਸਾਹਿਬ ਅੱਗੇ ਲੋਕ ਲੀਟਰ ਦੁੱਧ ਲੈ ਕੇ ਡੰਡ ਬੈਠਕਾਂ ਕਰਦੇ ਸੀ ਹੁਣ ਓਨੇ ਕਿ ਰੁਪਈਆਂ ਦੇ ਪੈਸੇ ਫੋਨ 'ਚ ਪਵਾ ਕੇ ਗੱਲਾਂ ਕਰ ਲੈਂਦੇ ਜਵਾੜੇ ਸੁੱਕ ਗਏ ਮੇਰੇ ਵਰਗਿਆਂ ਦੇ ਤੁਰਿਆ ਨੀ ਜਾਂਦਾ ਉੱਠ ਕੇ ਕਿਉਂਕਿ ਪੈਸੇ ਤਾਂ ਫੋਨ ਖਾ ਗਿਆ ਪੈਸੇ ਦੀ ਇੰਨਾ ਪ੍ਰਭਾਵ ਹੈ ਹੂੰ ਕਿ ਤੁਹਾਡੀ ਜੁੱਤੀ ਤੋਂ ਲਾ ਕੇ ਵਾਲਾਂ ਦੀ ਜੈਲ ਤੱਕ ਦੱਸਦੀ ਹੈ ਕਿ ਯਾਰ ਇਹਨਾਂ ਕੋਲੇ ਕਿੰਨਾ ਕੁਸਾ ਚੇ ਕਰਜੇ ਦਾ ਹੋਵੇ ਉਸੇ ਸੁਭਾਤ ਜੀ ਤੂੜੀ ਸਹੀ ਹੈ ਉੱਥੇ ਪਸੂ ਉੱਥੇ ਮੰਜਾ ਹੂੰ ਉੱਥੇ ਸੰਦੂਖ ਉੱਥੇ ਸੰਦੂਖ ਹੁਣ ਡ੍ਰਾਇੰਗ ਰੂਮ ਅੱਡ ਐ ਬੈੱਡਰੂਮ ਅੱਡ ਐ ਫਲਾਨਾ ਰੂਮ ਅੱਡ ਐ ਅੱਛਾ ਨਵੇਂ ਨਵੇਂ ਨਾਂ ਆ ਰਹੇ ਨੇ ਉਹ ਰੂਮਾਂ ਚ ਉਲਝ ਕੇ ਰਹਿ ਗਏ ਜਿਹੜੇ ਕੁਚਾਰ ਛੇਲੜ ਸੀ ਰੂਮਾਂ ਚ ਪਸਾ ਲਏ ਹੁਣ ਲੈਣ ਦੇਣ ਨੂੰ ਕੁਛ ਨਹੀਂ ਲੈਣ ਦੇਣ ਨੂੰ ਕੁਛ ਨਹੀਂ ਕੱਪੜਿਆਂ ਤੋਂ ਨਹੀਂ ਪਤਾ ਲੱਗਦਾ 60 ਕਿਲੇ ਕਿਹਦੇ ਕੋਲੇ ਆ ਕਿਉਂ ਨਹੀਂ ਪਤਾ ਲੱਗਦਾ ਸੀ ਹਾਂ ਉਹਦੀ ਜੁੱਤੀ ਚ ਵੀ ਟੋਪੇ ਲੱਗੇ ਆ ਤੇ 60 ਕਿਲੇ ਵਾਲੇ ਦੇ ਵਿੱਚ ਟੋਪੇ ਲੱਗੇ ਟੋਪੇ ਲੱਗੇ ਉਹਦੇ ਪਜਾਮੇ ਨੂੰ ਵੀ ਟਾਕੀ ਲੱਗੀ ਉਹਦੇ ਨੂੰ ਵੀ ਹੁਣ ਤੁਹਾਨੂੰ ਕਿੱਲੇ ਕਿੱਲੇ ਬਾਤ ਪਤਾ ਲੱਗੂਗਾ ਵੀ ਇਹਦੀ ਮੇਨ ਰੋਡ ਤੇ ਇੰਡਾਇਵਰ ਹੈ ਇਹਦੇ ਕੋਲੇ ਇਹਦੀ 56 ਅਧਮੀਏ ਦੇ ਕੋਲ ਮਰੂਤੀ ਹੈ ਉਦੋਂ ਵਿਚਾਰੇ ਕੋਈ ਟੋਆ ਰਹਿ ਗਿਆ ਉਹਦੇ ਕੋਲ ਮੋਟਰਸਾਈਕਲ ਹੈ ਤੁਹਾਨੂੰ ਕਿੱਲੇ ਕਿੱਲੇ ਬਾਤ ਡਿਫਰੈਂਸ ਪਤਾ ਲੱਗੂ ਪੈਂਟ ਤੋਂ ਪਤਾ ਲੱਗੂ ਵੀ ਟੌਮੀ ਦੀ ਪਾਈ ਹੈ ਮੋਮੀ ਦੀ ਪਾਈ ਹੈ ਤੁਸੀਂ ਦੇਖੋਗੇ ਮੁੰਡੇ ਕੁੜੀਆਂ ਕੱਲੇ ਫੋਨਾਂ ਤੇ ਉਂਗਲਾਂ ਮਾਰ ਰਹੇ ਆਸੇ ਪਾਸੇ ਕੀ ਹੋ ਰਿਹਾ ਉਹਨਾਂ ਨੂੰ ਕੁਝ ਨਹੀਂ ਪਤਾ ਇਹ ਤਾਂ ਤੁਸੀਂ ਬਦਲਾ ਵੇਖਿਆ ਸਹੀ ਹੈ ਮੈਂ ਹੈਰਾਨ ਐ ਵੀ ਆਣ ਗਵਾਂਡ ਚੋਂ ਲੋਕਾਂ ਨੂੰ 10-10 ਸਾਲ ਹੋ ਗਏ ਗਵਾਂਡਗਾ ਦੇ ਕਰੇ ਚਾਦਾ ਕ ਆਪਣੀ ਪ ਹੂੰ ਬੋਲਦੇ ਐ ਨਮਸਤੇ ਕਰਦੇ ਐ ਖੁਸ਼ ਹੁੰਦੇ ਐ ਲੇਕਿਨ ਇੰਨੀ ਗੱਲ ਨਹੀਂ ਕਹਿੰਦੇ ਕਹਦਾ ਯਾਰ ਕੋਟਾ ਚਾਹ ਪੀਲਾ ਅੱਗੇ ਲੋਕ ਇੱਕ ਦੂਜੇ ਨੂੰ ਕੌਲੇ ਚ ਹਾਂਦੇ ਫੜਾਉਂਦੇ ਲੋਕਾਂ ਚ ਆਟੇ ਦਾਣ ਦੀ ਸਾਹ ਹੁੰਦੀ ਸੀ ਹੂੰ ਆਟਾ ਮੰਗ ਲੈਣਾ ਦਾਣ ਲਿਓਣੀ ਇੱਥੋਂ ਤੱਕ ਵੀ ਹੁੰਦਾ ਵੀ ਜੇ ਕਿਸੇ ਦੇ ਸਾਗ ਕੋਈ ਲੈਣ ਜਾਪ ਦਿੰਦਾ ਹੂੰ ਤਾਂ ਸਾਡੀ ਮਾਰਗੀਆਂ ਸਾਗ ਤਾਂ ਦਿੰਦੀਆਂ ਸੀ ਨਾਲ ਕਿ ਉਹ ਵੀ ਪਾ ਕੇ ਦਿੰਦੀਆਂ ਸੀ ਜਿਦੇ ਔਰ ਜੇਠ ਆਇਆ ਹੂੰ ਅੱਗੇ ਵੱਡੇ ਘਰਾਂ ਤੋਂ ਲੋਕ ਆਸ ਰੱਖਦੇ ਸੀ ਹਾਂ ਕਿ ਨੰਬਰਦਾਰ ਆ ਗਿਆ ਹੂੰ ਜੇਲਦਾਰ ਆ ਗਿਆ ਇਹ ਕੁਛ ਦੇਊਗਾ ਹਰ ਲੋਕ ਤਵਕੋ ਨਹੀਂ ਰੱਖਦੇ ਨਾ ਉਹ ਕੁਝ ਦੇਣ ਨੂੰ ਤਿਆਰ ਹੈ ਤੇ ਨਾ ਉਹ ਲੈਣ ਨੂੰ ਤਿਆਰ ਨੇ ਗੁਣ ਦੋਨਾਂ ਚ ਨਹੀਂ ਰਹੇ ਉਹ ਚ ਦੇਣ ਵਾਲਾ ਗੁਣ ਨਹੀਂ ਰਿਹਾ ਉਹ ਚ ਲੈਣ ਵਾਲਾ ਨਹੀਂ ਰਿਹਾ ਡਾਈਵੋਰਸ ਪਹਿਲੇ 6 ਮਹੀਨੇ ਅਜਿ ਹੋ ਰਹੇ ਐ ਉਹਦਾ ਕੀ ਕਾਰਨ ਹੈ ਕੁਛ ਮਿਹੋਤਾ ਕਰਨ ਨੂੰ ਤਿਆਰ ਨਹੀਂਗਾ ਉਹ ਕਹਿੰਦੀ ਵੀ ਮੈਂ ਤਾਂ ਰੇ ਬੈਂਦੀਆਂ ਅੰਕਾਂ ਲਾਉਂਦੀ ਰਹੀ ਐ ਪੇਖੀ ਉਹ ਕਹਿੰਦਾ ਵੀ ਆਪਣੇ ਤੇ ਇੱਥੇ ਹੈ ਨਹੀਂ ਉਹ ਕਹਿੰਦੀ ਫਿਰ ਮੈਂ ਚੱਲੀ ਮੇਰੀ ਮਾਂ ਕੈਂਸਰ ਦੀ ਪੇਸ਼ੈਂਟ ਸੀ ਜੀ ਮੈਂ ਉਹਨੂੰ ਬੀਕਾ ਨੇੜੇ ਲੈ ਕੇ ਗਿਆ ਹੂੰ ਰਾਤ ਨੂੰ ਜੈਤੂ ਰੇਲਵੇ ਸਟੇਸ਼ਨ ਤੋਂ ਲਾ ਕੇ ਬੀਕਾ ਨੇੜੇ ਤੱਕ ਲੋਕਾਂ ਦਾ ਰਿਸ਼ਤੇਦਾਰ ਕਿਹ ਕੱਢੀ ਜਾਂਦੀ ਸੀ ਕਿ ਭੈਣ ਤੂੰ ਕਿਹੜੇ ਪਿੰਡ ਦੀ ਹੈ ਉਹ ਕਹਿੰਦੀ ਮੈਂ ਜੰਗਿਆਣੇ ਦੀ ਹੈ ਉਹ ਕਹਿੰਦੀ ਲੈ ਮੇਰੇ ਤਾਂ ਪੇਕੇ ਸਲਾਵਤਪੁਰੇ ਆ ਆ ਲੈ 5 ਰੁਪਏ ਸ਼ਗਨ ਤੇਰੇ ਪੁੱਤਰ ਨੂੰ ਦੇ ਦతా 5 ਹੀ ਹੁੰਦੇ ਸੀ ਯਾਨੀ ਕੋਸ਼ਿਸ਼ ਕਰਨੀ ਵੀ ਕੀ ਇਹਦਾ ਨਾ ਰਾਬਤਾ ਰੱਖਾਂ ਨਰਿੰਦਰ ਕਪੂਰ ਆਪਦੀ ਕਿਤਾਬ ਚ ਲਿਖਦਾ ਮੈਨੂੰ ਸਾਡੇ ਸਰਦਾਰ ਰਿਆਪ ਸਿੰਘ ਅਮੀਰਗੜ ਮੇਰਾ ਦੋਸਤ ਹੈ ਉਹਨੇ ਦੱਸਿਆ ਉਹ ਕਹਿੰਦਾ ਪਹਿਲੀ ਪੀੜ੍ਹੀ ਮਜ਼ਦੂਰੀ ਕਰਦੀ ਹੈ ਜੀ ਦੂਜੀ ਪੀੜ੍ਹੀ ਮਜ਼ਦੂਰੀ ਦੇ ਨਾਲ ਥੋੜੀ ਜਿਹੀ ਐਸ ਕਰਦੀ ਹੈ ਜੀ ਤੀਜੀ ਪੀੜ੍ਹੀ ਨਰੋਲ ਹੀ ਐਸਤੀ ਹੋ ਜਾਂਦੀ ਹੈ ਤੇ ਚੌਥੀ ਪੀੜ੍ਹੀ ਫੇਰ ਮਜ਼ਦੂਰੀ ਤੇ ਆ ਜਾਂਦੀ ਬਾਹਰ ਜਾਣ ਦਾ ਜਿਹੜਾ ਟਰੈਂਡ ਹੈ ਜਿਹੜਾ ਬਾਹਰ ਹੁਣ ਮਤਲਬ ਹਰ ਦੂਜੇ ਘਰ ਥੋੜੇ ਮਿਲਦਾ ਆੜ ਗਵਾਂਡ ਚੋਂ ਪੰਜ ਸੱਤ ਜਣੇ ਤਾਂ ਗਏ ਹੋਣਗੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹਦੇ ਪਿੱਛੇ ਕਿਹੜੇ ਕਾਰਨ ਜਿ ਹਾਈਲਾਈਟਸ ਨੇ ਕੁੜੀਆਂ ਦੀ ਕਦਰ ਪਾਤੀ ਵੀ ਹੁਣ ਅਗਲਾ ਕਹਿੰਦਾ ਵੀ ਗੇ ਕੀਤੀ ਹੈ ਤਾਂ ਚੱਕੋ ਬਈ ਲਾਓ ਪੈਸੇ ਤੇ ਮੁੰਡੇਆਂ ਨੂੰ ਕੁੜੀਆਂ ਦੀ ਕਦਰ ਪਾਤੀ ਮੁੰਡੇਆਂ ਦੀ ਮਜਬੂਰੀ ਬਣਾਤੀ ਹਮ ਸ਼ੌਕ ਨਹੀਂ ਉਹਨਾਂ ਦਾ ਸ਼ੌਕ ਨਹੀਂ ਕਹਿਣ ਨੂੰ ਕੁਝ ਕਹੀ ਜਾਣ ਕਿ ਨਹੀਂ ਜੀ ਦਾਜ ਨਹੀਂ ਲੈਣਾ ਪਰ ਪੁੱਛਦੇ ਵੀ ਯਾਰ ਕੁੜੀ ਦੇ ਪਿਓ ਕੋਲ ਜ਼ਮੀਨ ਕਿੰਨੀ ਹੈ ਵਜੋਂ ਤੂੰ ਲੈਣਾ ਕੁਝ ਨਹੀਂ ਫਿਰ ਜ਼ਮੀਨ ਦਾ ਕੀ ਮਤਲਬ ਕੁੜੀ ਪੀ ਐਚ ਡੀ ਹੈ ਸੋਹਣੀ ਹੈ ਘੱਟ ਬਹੁਤ ਹੈ ਫਿਰ ਜਿਆਦਾ ਤੱਕ ਕਿਉਂ ਪੁੱਛ ਰਹੇ ਆ ਤੁਸੀਂ ਦੋ ਦੁੰਡੇ ਦੱਸੋ ਵੀ ਇੱਕ ਕੋਲ 10 ਕਿੱਲੇ ਕੋਲ 60 ਕਿੱਲੇ ਹੈ ਕਹਿੰਦੇ 60 ਵਾਲਾ ਵੇਖ ਲੈਣੇ ਫਿਰ ਹਾਂ ਜਾਂਦੇ ਉਹ ਵੀ ਲਾਲਚ ਨੂੰ ਹੀ ਆ ਉਹ ਵੀ ਚਾਹੁੰਦੇ ਆ ਵੀ ਜੇ ਕਿਤੇ ਰਾਹੁਲ ਗਾਂਧੀ ਨਾਲ ਰਿਸ਼ਤਾ ਹੋ ਜੇ ਤਾਂ ਵਧੀਆ ਉਹ ਵੀ ਇਸੇ ਗੱਲ ਨੂੰ ਫਿਰਦੇ ਆ ਹਾਂ ਇੱਕ ਗੱਲ ਹੋਰ ਮਹਿਸੂਸ ਕਰਦਾ ਸਿੱਧੂ ਸਾਹਿਬ ਜਿੰਨੀ ਕਿ ਮੈਨੂੰ ਸਮਝ ਆਏ ਮੈਂ ਬਹੁਤਾ ਪੜਿਆ ਨਹੀਂ ਜੀ ਸਮਾਜ ਸਭ ਤੋਂ ਵੱਡੀ ਗਰਾਵਟ ਆਈ ਧਾਰਮਿਕ ਬੰਦਿਆਂ ਦੇ ਕਰਪਟ ਹੋਣ ਹੁਣ ਪੰਡਤ ਵੀ ਲੋਕਾਂ ਹਜ਼ਾਰਾਂ ਬੰਦਿਆਂ ਦੇ ਸਾਹਮਣੇ ਹਾਂ ਲੱਖ ਰੁਪਏ ਇਕੱਠਾ ਕਰਕੇ ਕਾਰਚ ਰੱਖੀ ਜਾਂਦਾ ਹੈ ਭਾਸ਼ਣ ਕਹਿੰਦਾ ਕਿ ਮਾਇਆ ਨਾਗਣੀ ਹੈ ਆਪ ਸਾਰੇ ਜਾ ਕੇ ਲੈ ਜਾਂਦਾ ਹੈ ਇਹੀ ਕੰਮ ਭਾਈ ਜੀ ਕਰੀ ਜਾਂਦਾ ਹੈ ਇਹੀ ਕੰਮ ਮੌਲਵੀ ਕਰੀ ਜਾਂਦਾ ਹੈ ਇਹੀ ਕੰਮ ਕੋਈ ਧਾਰਮਿਕ ਪ੍ਰਚਾਰ ਕਰੀ ਜਾਂਦਾ ਹੈ ਫਿਰ ਲੋਕ ਸੋਚਦੇ ਆ ਯਾਰ ਵੀ 2 ਘੰਟੇ ਤਾਂ ਇਹਨੇ ਮਾਇਆ ਨੂੰ ਨਿੰਦਣ ਤੇ ਲਾਤੇ ਛੱਡਿਏ ਨੇ ਦੁਆਨੀ ਬਣੀ ਤੇ ਸਾਰਾ ਸਬਾਨ ਹੀ ਜਾ ਕੇ ਲੈ ਗਿਆ ਅੱਗੇ ਕੁੱਟੀਆਂ ਹੁੰਦੀ ਸੀ ਕਿ ਐਵੇਂ ਕਾਨਿਆਂ ਦੀ ਹਾਂਜੀ ਉਹਨੂੰ ਹਰੇਕ ਡੇਰੇ 'ਚ ਮਹਿਲ ਪਾਏ ਹੋਏ ਆ ਤੇ ਕੁੱਟੀਆਂ ਕਿੱਥੇ ਰਹਿ ਗਈ ਉਹ ਅੱਗੇ ਤੁਰ ਕੇ ਜਾਂਦੇ ਸੀ ਹਾਂ ਕਿ ਬੀਮਾ ਵੇਚਣ ਦਾ ਕੋਈ ਪੱਕਾ ਫਾਰਮੂਲਾ ਨਹੀਂ ਠੀਕ ਹੈ ਬੀਮਾ ਗਾਲ ਕੱਢ ਕੇ ਵੀ ਵਿਕ ਜਾਂਦਾ ਤੇ ਬੀਮਾ ਪਹਿਰੀਆਂ ਥਲਾਏ ਵੀ ਨਹੀਂ ਵਿਕਦਾ। ਇਹ ਬੀਮਾ ਮੌਤ ਦਾ ਡਰ ਦਿਖਾ ਕੇ ਵਿਕਦਾ ਹੈ। ਕਿ ਜੇ ਤੈਨੂੰ ਕੁਝ ਹੋ ਗਿਆ ਤਾਂ ਇਹਨਾਂ ਦਾ ਕੀ ਬਣੂਗਾ। ਜਿਹੜੇ ਦੋ ਤਿੰਨ ਨਾਲ ਘਰੇ ਫਿਰਦੇ ਆ ਨਰ ਘਰ ਵਾਲੀ ਐ। ਸਰਦਾਰ ਇੱਕ ਲੈਣਾ ਸਿੰਘ ਸੀ। ਹਾਂਜੀ। ਇੱਥੇ ਬਾਜਾ ਰੋਡ ਤੋਂ ਸਾਡਾ ਪਾਇਆ ਲੱਗਦਾ ਸੀ। ਉਹਨੇ 15 ਸਾਲਾਂ ਬਾਅਦ ਕਰਾਇਆ ਸੀ ਮੇ ਤੋਂ। ਲਗਾਤਾਰ ਜਦੋਂ ਮਿਲਦਾ ਸੀ ਕਹਿੰਦਾ ਚਾਚਾ ਜੀ ਬੀਮਾ ਕਰਾ ਲਓ। ਉਹ ਕਹਿੰਦਾ ਸੀ ਪੁੱਤ ਗਾਂ ਨੂੰ ਕਰਾਉਂਗਾ 15 ਸਾਲਾਂ ਬਾਅਦ ਉਹਨੇ ਕਰਾ ਲਿਆ ਸੀ। ਮਤਲਬ ਐਡਾ ਲੰਮਾ ਲਗਾ ਤੁਸੀਂ ਹੀ ਛੱਡਿਆ ਹੈ। ਨਹੀਂ ਫਿਰ ਸੇਲ ਨੂੰ ਕਲੋਜ਼ ਨਹੀਂ ਕਰਨਾ ਕਿ ਯਾਰ ਮਰਿੰਦਰ ਜੀ ਸਿੱਧੂ ਤਾਂ ਮੇਰਾ ਗਵੰਡੀ ਹੈ ਇਹ ਤੱਕ ਲਾਜ਼ਮੀ ਕਰਾਊਗਾ ਉਹ ਕਰਾਉਂਦਾ ਨਹੀਂ ਤੇ ਕਈ ਵਾਰੀ ਕੋਲਡ ਕਨਵਿੰਸਿੰਗ ਕਹਿੰਦੇ ਨੇ ਤੁਰ ਜਾਂਦੇ ਬਸਟੈਂਡ ਰੀਅਲ ਗੱਡੀ ਚ ਕਰਾ ਲੈਂਦੇ ਆ ਲੋਕ ਗੱਲਾਂ ਦੇ ਪ੍ਰਭਾਵ ਚ ਗੱਲਾਂ ਦੇ ਪ੍ਰਭਾਵ ਚ ਇੱਕ ਦੋ ਵਾਰ ਹੋਇਆ ਇਹ ਅੱਛਾ ਜੀ ਬਸ ਕਿ ਮੈਂ ਇੱਕ ਰੀਅਲ ਗੱਡੀ ਦੀ ਬੀਮਾ ਕਰਤਾ ਉਹਨੂੰ ਇੰਨਾ ਹੈਪਨਟਾਈਜ਼ ਹੋ ਗਿਆ ਉਹ ਕਹਿੰਦੇ ਯਾਰ ਆ ਫੜ ਪੈਸੇ ਮੇਰੇ ਪਿੰਡ ਰਸੀਦ ਨਹੀਂ ਜਿਹਦਾ ਬੀਮਾ ਵੀ ਕੀਤਾ ਵਾਡੇ ਲੀਡਰ ਦਾ ਐ ਬੀਮਾ ਨਹੀਂ ਕੀਤਾ ਨਹੀਂ ਅਸਲ ਚ ਕੀ ਹੈ ਕਿ ਇਹਨਾਂ ਲੋਕਾਂ ਨੂੰ ਕਹਿਣਾ ਔਖਾ ਹੈ ਅੱਛਾ ਉਹ ਕਿਵੇਂ اصل پراباب ہے ਜੇ ਤਾਂ ਤੁਸੀਂ ਮੇਰਾ ਕਬੂਲ ਗਏ ਤਾਂ ਤੁਸੀਂ ਮੈਨੂੰ ਉਹ ਕੁਐਸਚਨ ਨਹੀਂ ਪੁੱਛੋਗੇ ਜੋ ਥੋੜਾ ਜਿਹਾ ਰੜਕਦਾ ਹੋਵੇ ਠੀਕ ਹੈ ਤੇ ਜੇ ਮੈਂ ਕਬੂਲ ਗਿਆ ਹੂੰ ਤਾਂ ਮੈਂ ਤੁਹਾਨੂੰ ਉਹ ਜਵਾਬ ਨਹੀਂ ਦੇਵਾਂਗਾ ਜੋ ਤੁਹਾਨੂੰ ਰੜਕਦਾ ਹੋਵੇ ਆਪਦਾ ਤਹਮਲ ਨਾ ਗਵਾਓ ਹੂੰ ਆਪਣੀ ਸੇਲ ਨੂੰ ਕਲੋਜ਼ ਨਾ ਕਰੋ ਕਿ ਯਾਰ ਜੇ ਨਹੀਂ ਕਰਾਉਂਦਾ ਨਾ ਕਰਾ ਉਰਕੇ ਚੱਲ ਕੋਈ ਗੱਲ ਨਹੀਂ ਬਾਈ ਫਿਰ ਇਹਦਾ ਮਤਲਬ ਅਗਲੀ ਹਾੜੀ ਆ ਜਾ ਮੈਂ ਅਗਲੇ ਸੌ ਵਾਰ ਆ ਜਾ ਇਸ ਕਰਕੇ ਨਿਰੰਤਰ ਇੱਕ ਪ੍ਰੋਸੈਸ ਹੈ ਠੀਕ ਹੈ ਤੇ ਹੁੰਦਾ ਰਹਿੰਦਾ ਪਹਿਲੀ ਵਾਰ ਲੋਕੋ ਵਾਈਟੀਵੀ ਤੇ ਪੌਡਕਾਸਟ ਸ਼ੁਰੂ ਕਰਨ ਜਾ ਰਹੇ ਆਂ ਉਮੀਦ ਆ ਤੁਸੀਂ ਪਸੰਦ ਕਰੋਗੇ ਬਾਲਾ ਤਾਂ ਇਹਦੇ ਬਾਰੇ ਸਾਨੂੰ ਪਤਾ ਨਹੀਂ ਪਰ ਜਿੰਨਾ ਕਿ ਪਤਾ ਉਸ ਹਾਵਨਾ ਕਰਨ ਦੀ ਕੋਸ਼ਿਸ਼ ਕਰਦੇ ਆਂ ਕਹਿੰਦੇ ਆ ਵੀ ਇੱਥੇ ਖੁੱਲੀਆਂ ਗੱਲਾਂ ਹੁੰਦੀਆਂ ਜੋ ਵੀ ਕੋਈ ਵਿਅਕਤੀ ਕਰਨੀਆਂ ਚਾਹੁੰਦੀਆਂ ਆਹ ਜਿਹੜੇ ਚਲੰਤ ਮੁੱਦੇ ਹੁੰਦੇ ਆ ਜਾਂ ਚਲੰਤ ਜੋ ਇੱਕ ਧਾਰਨਾ ਬਣੀ ਹੁੰਦੀ ਉਹ ਤੋਂ ਹਟਕੇ ਚੀਜ਼ ਆ ਤਾਂ ਅੱਜ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਅਸੀਂ ਲੈ ਕੇ ਵੀ ਨਵੇਂ ਬੰਦੇ ਆਵਾਂਗੇ ਕੁਝ ਚੀਜ਼ਾਂ ਕੋਸ਼ਿਸ਼ ਕਰਾਂਗੇ ਕਿ ਉਹ ਬੰਦੇ ਜਿਹੜੇ ਤੁਹਾਡੇ ਰੂਬਰੂ ਨਹੀਂ ਹੋਏ ਉਹਨਾਂ ਨੂੰ ਰੂਬਰੂ ਕੀਤਾ ਜਾਵੇ ਤੇ ਉਹ ਗੱਲਾਂ ਜਿਹੜੀਆਂ ਅਸੀਂ ਨਹੀਂ ਸੁਣੀਆਂ ਉਹ ਕੀਤੀਆਂ ਜਾਣ ਤੇ ਉਹ ਤਜਰਬੇ ਜਿਹੜੇ ਤੁਹਾਡੇ ਤੱਕ ਅਜੇ ਤੱਕ ਸਾਂਝੇ ਨਹੀਂ ਹੋਏ ਉਹ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ ਜਾਵਣ ਸਾਡੇ ਨਾਲ ਨਰਿੰਦਰਪਾਲ ਸ਼ਰਮਾ ਜੀ ਨੇ ਐਲ ਆਈ ਸੀ ਦੇ ਏਜੰਟ ਵੀ ਨੇ ਪ੍ਰੋਪਰਟੀ ਸਲਾਹਕਾਰ ਵੀ ਨੇ ਇਹਨਾਂ ਨਾਲ ਗੱਲਾਂ ਬਾਤ ਕਰਾਂਗੇ ਐਲਆਈਸੀ ਨਾਲ ਸੰਬੰਧਿਤ ਪ੍ਰੋਪਰਟੀ ਨਾਲ ਸੰਬੰਧਿਤ ਰਾਜਨੀਤੀ ਦੇ ਵਿੱਚ ਵੀ ਚੰਗੀ ਪਕੜ ਰੱਖਦੇ ਨੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ ਗੱਲਬਾਤ ਕਰਦੇ ਆ ਸਵਾਗਤ ਕਰਦੇ ਪਹੁੰਚ ਸਸੀ ਕਾਲਜੀ ਸ਼ਰਮਾ ਜੀ ਸਰਦਾਰ ਮਨਦੀ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ ਮੈਨੂੰ ਲੋਕਵਾਸਟੀ ਵਾਸਤੇ ਬੁਲਾਉਣ ਵਾਸਤੇ ਥੈਂਕ ਯੂ ਸ਼ਰਮਾ ਜੀ ਸਭ ਤੋਂ ਪਹਿਲਾਂ ਬੀਮੇ ਵਾਲਿਆਂ ਤੇ ਬੜੀਆਂ ਗੱਲਾਂ ਬਣਦੀਆਂ ਹੁੰਦੀਆਂ ਕਹਿੰਦੇ ਵੀ ਗੰਗਿਆਂ ਨੂੰ ਗੰਜਿਆਂ ਨੂੰ ਕੰਗੀ ਵੇਚਦੇ ਆ ਇੱਕ ਹੋਰ ਗੱਲ ਸੀ ਕਹਿੰਦੇ ਵੀ ਕੋਈ ਬੰਦਾ ਬੀਮੇ ਵਾਲਾ ਕਿਸੇ ਦਾ ਬੀਮਾ ਕਰਨ ਗਿਆ ਤਾ ਕੇ ਕਰੀ ਗਿਆ ਕਰੀ ਗਿਆ ਕਰੀ ਗਿਆ ਜਮ ਸਮਝਾਉਂਦੇ ਸਮਝਾਉਂਦੇ ਐਂਡ ਤੇ ਉਹ ਬੰਦੇ ਇਹਨਾਂ ਨੂੰ ਕੋਠੇ ਧੱਕਾ ਦੇ ਕੇ ਸਿਰਤਾ ਉਹ ਬੰਦਾ ਵੱਜ ਕੇ ਫੇਰ ਤਾਂ ਜਾਵੜਿਆ ਕਹਿੰਦਾ ਦੇਖਿਆ ਜੇ ਇੱਥੇ ਕਿਤੇ ਮੇਰਾ ਬੀਮਾ ਨਾ ਹੁੰਦਾ ਮੈਂ ਮਰ ਜਾਂਦਾ ਮੈਂ ਤਾਂ ਖਰਾਬ ਹੋ ਗਈ ਆ ਹੀ ਤੇਰਾ ਨਾ ਹੋਣੀ ਸੀ ਇਹ ਮਤਲਬ ਕਿਵੇਂ ਫਿਰ ਤੁਸੀਂ ਮਤਲਬ ਸਮਝਾਉਣੇ ਕਿਵੇਂ ਅਗਲੇ ਨੂੰ ਕਨਵਿੰਸ ਕਿਵੇਂ ਕਰਦੇ ਥੋੜੇ ਤੋਂ ਭਾਈ ਦੇ ਬਹੁਤ ਆ ਲੋਕ ਵੇਖ ਕੇ ਆਲਾ ਨਾ ਬੀਮੇ ਵਾਲਾ ਆ ਗਿਆ ਵੀ ਕਿ ਇਹਨੂੰ ਟਲਗੇਰ ਤੋਂ ਕਿਸ ਨਗੇ ਹਿਸਾਬ ਨਾਲ ਦੇਖੋ ਸਿੱਧੂ ਸਾਹਿਬ ਗੱਲ ਇਹ ਹੈਗੀ ਹੈ ਕਿ ਮੈਂ 2000 ਇੱਕ ਤੋਂ ਲਗਭਗ ਬੀਮਾ ਕਰ ਰਿਹਾ ਜੀ ਵੈਸੇ ਤਾਂ ਦੁਨੀਆ 'ਚ ਬੀਮਾ ਵੇਚਣ ਦਾ ਕੋਈ ਪੱਕਾ ਫਾਰਮੂਲਾ ਨਹੀਂ ਠੀਕ ਹੈ ਕਿ ਜੇ ਐਂ ਕਹਾਂਗੇ ਤਾਂ ਐ ਹੋ ਜਾਊਗਾ ਹਮ ਹਰ ਬੰਦੇ ਦਾ ਆਪਣਾ ਤਜਰਬਾ ਹੈ ਬੀਮਾ ਬਚਦੇ ਰੂਪ 'ਚ ਵੀ ਵਿਕਦਾ ਹੈ ਹਮ ਬੀਮਾ ਰੀਸ ਨਾਲ ਵੀ ਵਿਕਦਾ ਹੈ ਕਿ ਯਾਰ ਫਲਾਣੇ ਨੇ ਕਰਾ ਲਿਆ ਮੈਂ ਵੀ ਕਰਾ ਲਾਂ ਪਰ ਬੀਮੇ ਦਾ ਜਿਹੜਾ ਮੇਨ ਮੋਟਿਵ ਹੈ ਉਹ ਰਿਸਕ ਕਵਰ ਹੈ ਬੀਮਾ ਮੌਤ ਦਾ ਡਰ ਦਿਖਾ ਕੇ ਵਿਕਦਾ ਹੈ ਕਿ ਜੇ ਤੈਨੂੰ ਕੁਝ ਹੋ ਗਿਆ ਤਾਂ ਇਹਨਾਂ ਦਾ ਕੀ ਬਣੂਗਾ ਜਿਹੜੇ ਦੋ ਤਿੰਨ ਨਾਲ ਘਰੇ ਫਿਰਦੇ ਆ ਨਾਰ ਘਰ ਵਾਲੀ ਹੈ ਤੇ ਮਨੁੱਖ ਮਨੁੱਖੀ ਫਿਤਰਤ ਹੈ ਉਹ ਕੁਝ ਆਪ ਖਾਵੇ ਨਾ ਖਾਵੇ ਸਾਡਾ ਜਿਹੜਾ ਭਾਰਤੀ ਸਭਤਾ ਹੈ ਭਾਰਤੀ ਸਮਾਜ ਹੈ ਉਹ ਮਗਰਲੇ ਵਾਸਤੇ ਬਹੁਤ ਕੁਝ ਜੋੜਦਾ ਹੈ ਉਹ ਚਾਹੁੰਦਾ ਕਿ ਯਾਰ ਜੇ ਮੈਨੂੰ ਕੁਝ ਹੋ ਗਿਆ ਇਹਨਾਂ ਦਾ ਕੁਝ ਬਣ ਜੇ ਮੈਂ ਚਾਹੇ ਰੁਕੀ ਸੁੱਕੀ ਘਾ ਕੇ ਟਾਈਮ ਪਾਸ ਕਰ ਲਾਂ ਬੀਮਾ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਕਿ ਬੀਮਾ ਵੇਚਣ ਦਾ ਕੋਈ ਪੱਕਾ ਫਾਰਮੂਲਾ ਨਹੀਂ ਠੀਕ ਹੈ ਬੀਮਾ ਗਾਲ ਕੱਢ ਕੇ ਵੀ ਵਿਕ ਜਾਂਦਾ ਤੇ ਬੀਮਾ ਪਹਿਰਿਆਂ ਹਥ ਲਾਏ ਵੀ ਨਹੀਂ ਵਿਕਦਾ ਗਾਲ ਕੱਢ ਕੇ ਐ ਵੇਚ ਦਿਓ ਉਹ ਵਿਕ ਜਾਂਦਾ ਕਈ ਵਾਰੀ ਕੁਝ ਆ ਪਤੀਜੇ ਹੁੰਦੇ ਨੇ ਕੋਈ ਰਿਸ਼ਤੇਦਾਰ ਹੁੰਦੇ ਉਹਨਾਂ ਨੂੰ ਗਾਲ ਕੱਢ ਕੇ ਵਿਕ ਜਾਂਦਾ ਵੀ ਕਰਾਉਂਦਾ ਕਿਉਂ ਨਹੀਂ ਤੇ ਕਈ ਵਾਰੀ ਕਿਸੇ ਦੇ ਗੋਡੀਆਂ ਹਥ ਲਾਈਓ ਕਹਿੰਦਾ ਨਹੀਂ ਕਰਾਉਂਦਾ ਇਹਦਾ ਕੋਈ ਪੱਕਾ ਫਾਰਮੂਲਾ ਸਾਡੇ ਸਰਦਾਰ ਗੁਰਮੀਲ ਸਿੰਘ ਗਿੱਲ ਬ੍ਰਾਂਚ ਮੈਨੇਜਰ ਸੀ ਉਹ ਕਹਿੰਦੇ ਵੀ ਇਹਦਾ ਕੋਈ ਫਾਰਮੂਲਾ ਨਹੀਂ ਹਾਲ ਤੱਕ ਬਣਿਆ ਦੁਨੀਆ 'ਚ ਵੀ ਇਉਂ ਵਿਕੂਆ ਤੇ ਐ ਖਰਾਬ ਹੋ ਜਾਊਗਾ ਇਸ ਕਰਕੇ ਬਾਕੀ ਬੀਮੇ ਬਾਰੇ ਇੱਕ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਆਪ ਦਾ ਤਹਮਲ ਨਾ ਗਵਾਓ ਹੂੰ ਆਪ ਦੀ ਸੇਲ ਨੂੰ ক্লোਜ਼ ਨਾ ਕਰੋ ਕਿ ਯਾਰ ਜੇ ਨਹੀਂ ਕਰਾਉਂਦਾ ਨਾ ਕਰਾ ਉਨਕੇ ਚਲ ਕੋਈ ਗੱਲ ਨਹੀਂ ਭਾਈ ਫਿਰ ਇਹਦਾ ਮਤਲਬ ਅਗਲੀ ਛੜੀ ਆ ਜਾਵੇਂ ਅਗਲੇ ਸੋਮਵਾਰ ਆ ਜਾ ਇਸ ਕਰਕੇ ਨਿਰੰਤਰਿਕ ਪ੍ਰੋਸੈਸ ਹੈ ਠੀਕ ਹੈ ਤੇ ਹੁੰਦਾ ਰਹਿੰਦਾ ਜਿਵੇਂ ਤੁਸੀਂ ਜਾਣਦੇ ਆ ਸਾਡੀ ਸੌਣੀ ਤੁਸੀਂ ਗੱਲ ਕੀਤੀ ਮਤਲਬ ਕਈ ਵਾਰ ਤੁਹਾਨੂੰ ਦੋ ਦੋ ਤਿੰਨ ਤਨਾਰੇ ਵੀ ਮੁੜਨਾ ਪੈਂਦਾ ਹੋਵੇ ਨਹੀਂ ਇੱਥੇ ਸਰਦਾਰ ਇੱਕ ਲੈਣਾ ਸਿੰਘ ਸੀ ਹਾਂਜੀ ਇੱਥੇ ਬਾਜ਼ਾਰ ਰੋਡ ਤੋਂ ਸਾਡਾ ਤਾਇਆ ਹੀ ਲੱਗਦਾ ਸੀ ਉਹਨੇ 15 ਸਾਲਾਂ ਬਾਅਦ ਕਰਾਇਆ ਸੀ ਮੇ ਤੋਂ ਮੈਂ ਲਗਾਤਾਰ ਜਦੋਂ ਮਿਲਦਾ ਸੀ ਕਹਿੰਦਾ ਚਾਚਾ ਜੀ ਬੀਮਾ ਕਰਾ ਲਓ ਉਹ ਕਹਿੰਦਾ ਸੀ ਪੁੱਤ ਗਾਹ ਨੂੰ ਕਰਾਉਂਗਾ 15 ਸਾਲਾਂ ਬਾਅਦ ਉਹਨੇ ਕਰਾ ਲਿਆ ਸੀ ਮਤਲਬ ਐਡਾ ਲੰਮਾ ਲਗਾ ਤੁਸੀਂ ਨਹੀਂ ਛੱਡਿਆ ਨਹੀਂ ਫਿਰ ਸੇਲ ਨੂੰ ਕਲੋਜ਼ ਨਹੀਂ ਕਰਨਾ ਤਾਂ ਹੰਮਲ ਨਹੀਂ ਕੋਣਾ ਠੀਕ ਹੈ ਜਿਹੜਾ ਆਦਮੀ ਤਹਮਲ ਗਵਾ ਬੈਨ ਤੋਂ ਜ਼ਿੰਦਗੀ ਚ ਕਿਤੇ ਵੀ ਕਾਮਯਾਬ ਨਹੀਂ ਸਿਆਸੀ ਬੰਦੇ ਉਹ ਲਗਾਤਾਰ ਹਾਰ ਦੇ ਹਾਰ ਦੇ ਜਿੱਤ ਗਏ ਜਿਹਨਾਂ ਨੇ ਤਹਮਲ ਕਾਇਮ ਰੱਖਿਆ ਤੇ ਜਿਹਨੇ ਆਕੜ ਕਰਕੇ ਤਹਮਲ ਗਵਾ ਬੈਠੇ ਉਹ ਬਹੁਤ ਵੱਡੇ ਘਰਾਂ ਦੇ ਲੋਕ ਵੀ ਅਖੀਰ ਕਮਜ਼ੋਰ ਪੈ ਗਏ ਸਿਆਸਤ ਚ ਵੀ ਔਰ ਹਰ ਖੇਤਰ ਜੋ ਕਰਦੇ ਸੀ ਜੋ ਕਰਦੇ ਸੀ ਇਹਦੇ ਚ ਤਾਂ ਮਤਲਬ ਤੁਸੀਂ ਜਿਵੇਂ ਤੁਹਾਡਾ ਤਜਰਬਾ ਮਤਲਬ ਕੋਈ ਖਾਸ ਤਜਰਬੇ ਰਹੇ ਹੋਣ ਜੇ ਮਤਲਬ ਤੁਸੀਂ ਕਿਸੇ ਤੋਂ ਕਰਾਉਣਗੇ ਹੁਣ ਕੋਈ ਗਲ ਵੀ ਪੈ ਪੈ ਜਾਂਦੇ ਲੋਕ ਵੈਸੇ ਮੇਰੇ ਤਾਂ ਭਗਵਾਨ ਦੀ ਕਿਰਪਾ ਨਹੀਂ ਨਹੀਂ ਪਏ ਨਹੀਂ ਪਈ ਕਿਉਂਕਿ ਮੈਂ ਪਹਿਲਾਂ ਹੀ ਅਗਲੇ ਨੂੰ ਕਹਿੰਦਾ ਸੀ ਚਲੋ ਕੋਈ ਗੱਲ ਨਹੀਂ ਜੀ ਖਾਸ ਤਜਰਬਿਆਂ ਦੀ ਗੱਲ ਇਹ ਹੈ ਵੀ ਜਿਸ ਬੰਦੇ ਤੋਂ ਤੁਸੀਂ ਤਵਕਕੋ ਕਰਦੇ ਹੋ ਹੂੰ ਕਿ ਯਾਰ ਮਨਿੰਦਰ ਜੀ ਸਿੱਧੂ ਤਾਂ ਮੇਰਾ ਗਵਾਂਢੀ ਹੈ ਇਹ ਤੱਕ ਲਾਜ਼ਮੀ ਕਰਾਊਗਾ ਉਹ ਕਰਾਉਂਦਾ ਨਹੀਂ ਤੇ ਕਈ ਵਾਰੀ ਕੋਲਡ ਕਨਵਿੰਸਿੰਗ ਕਹਿੰਦੇ ਨੇ ਤੁਰ ਜਾਂਦੇ ਬਸਟ ਰੀਅਲ ਗੱਡੀ ਚ ਕਰਾ ਲੈਂਦੇ ਆ ਲੋਕ ਗੱਲਾਂ ਦੇ ਪ੍ਰਭਾਵ ਚ ਗੱਲਾਂ ਦੇ ਪ੍ਰਭਾਵ ਚ ਇੱਕ ਦੋ ਵਾਰ ਹੋਇਆ ਇਹ ਅੱਛਾ ਜੀ ਬਸ ਕਿ ਮੈਂ ਇੱਕ ਰੀਅਲ ਗੱਡੀ ਦੀ ਬੀਮਾ ਕਰਤਾ ਉਹਨੂੰ ਇੰਨਾ ਹੈਪਨਟਾਈਜ਼ ਹੋ ਗਿਆ ਉਹ ਕਹਿੰਦੇ ਯਾਰ ਆ ਫੜ ਪੈਸੇ ਮੇਰੇ ਪਿੰਡ ਰਸੀਦੀਆਂ ਇੱਕ ਗੱਡੀ ਚ ਫਿਰਦੇ ਤੁਰਦੇ ਤੁਰਦੇ ਅਰੇ ਇਸ ਜਾ ਰਿਹਾ ਸੀ ਫੇਲ ਜਾ ਰਿਹਾ ਸੀ ਹਾਂਜੀ ਤੇ ਕਈ ਵਾਰੀ ਬਹੁਤ ਚੰਗੇ ਬੰਦੇ ਵੀ ਜ਼ਿੰਮੇਵਾਰੀ ਲੈ ਲੈਣ ਉਹ ਕਹਿੰਦੇ ਨਹੀਂ ਯਾਰ ਨਹੀਂ ਕਰਾਉਣਾ ਹੁਣ ਤੱਕ ਇਨੇ ਲੋਕਾਂ ਦਾ ਕਰ ਸਕਦਾ ਸਕਦੇ ਹੋ ਇਹ ਗੱਲ ਮੋਟੀ ਮੋਟੀ ਜੀ ਗੱਲ ਹੈ ਕਿ 1200 ਬੰਦੇ ਦਾ ਕੀਤਾ ਹੋਊ 1200 ਬੰਦੇ ਦਾ ਕੀਤਾ ਹੋਊਗਾ ਤੇ ਹਜੇ ਨਿਰੰਤਰ ਜਾਰੀ ਹੈ ਨਿਰੰਤਰ ਜਾਰੀ ਹੈ ਉਹਨਾਂ ਚੋਂ ਕੁਝ ਵੀ ਮੇਂ ਬੰਦ ਵੀ ਹੋ ਜਾਂਦੇ ਆ ਕੁਝ ਪੂਰੇ ਵੀ ਹੋ ਜਾਂਦੇ ਆ ਕੁਝ ਵਿੱਚੇ ਵੀ ਲੋਕ ਛੱਡ ਜਾਂਦੇ ਆ ਮਤਲਬ ਮੈਂ ਹੁਣ ਤੱਕ ਇਨੇ ਕੀਤੇ ਹੋਣਗੇ ਇਨੇ ਕੀਤੇ ਹੋਣਗੇ ਇੱਕ ਥੋੜਾ ਕੰਮ ਹੈ ਨਾਲ ਪ੍ਰਾਪਰਟੀ ਦਾ ਉਹ ਉਹਦਾ ਉਹਦਾ ਤਜਰਬਾ ਕਿਸ ਤਰੀਕੇ ਦਾ ਉਹਦੇ ਨਾਲ ਜੁੜੀਆਂ ਖਾਸ ਗੱਲਾਂ ਅਸਲ 'ਚ ਗੱਲ ਇਹ ਹੈਗੀ ਹੈ ਕਿ ਮੈਂ ਤਾਂ ਹੈਗਾ ਛੋਟੇ ਲੈਵਲ ਦਾ ਪ੍ਰੋਪਰਟੀ ਦੇ ਰਿਹਾ ਹਾਂ ਵੈਸੇ ਕੀ ਹੁੰਦਾ ਹੈ ਕਿ ਤੁਹਾਡੀ ਇਮੇਜ ਵਿਕਦੀ ਹੈ ਲੋਕ ਕਹਿੰਦੇ ਆ ਲੋਕ ਆਵਾਜ਼ ਵਾਲਾ ਮਨਿੰਦਰ ਆ ਗਿਆ ਤਾਂ ਉੱਥੇ ਕੀ ਪ੍ਰਭਾਵ ਲਿਆ ਜਾਂਦਾ ਹੈ ਕਿ ਯਾਰ ਗੱਲ ਸਹੀ ਕਰੂਗਾ ਬੇਬਾਕ ਕਰੂ ਚਾਹੇ ਪ੍ਰਧਾਨ ਮੰਤਰੀ ਖੜਾ ਹੋਵੇ ਜੇ ਉਹਨੂੰ ਕੁਐਸਚਨ ਪੁੱਛਣ ਦਾ ਸਮਾਂ ਮਿਲ ਗਿਆ ਤਾਂ ਉਹੀ ਪੁੱਛੂ ਜੋ ਕਿਸੇ ਨੇ ਨਹੀਂ ਪੁੱਛਿਆ ਤੁਹਾਡੀ ਕੇਮਿਸ ਬਣੀ ਹੋਈ ਹੈ ਇੱਕ ਬੰਦੇ ਬਾਰੇ ਇਮੇਜ ਇਹ ਬਣ ਜਾਂਦੀ ਹੈ ਕਿ ਯਾਰ ਇਹ ਗੋਲ ਮੋੜ ਜੀ ਗੱਲ ਕਰੂਗਾ ਇਹ ਤਾਂ ਕੁਝ ਹੋਣਾ ਨਹੀਂਗਾ ਅਸਲ ਤੁਸੀਂ ਆਪਦੀ ਇਮੇਜ ਵੇਚਦੇ ਹੋ ਚਾਹੇ ਪ੍ਰਾਪਰਟੀ ਹੈ ਚਾਹੇ ਬੀਮਾ ਹੈ ਚਾਹੇ ਸਿਆਸਤ ਹੈ ਚਾਹੇ ਜੀਵਨ ਦਾ ਕੋਈ ਪੱਖ ਹੈ ਜੇ ਤੁਹਾਡੀ ਇਮੇਜ ਸਾਫ਼ ਹੈ ਬੇਸ਼ੱਕ ਪੈਸੇ ਹੈ ਨਹੀਂਗੇ ਲੋਕ ਤੁਹਾਨੂੰ ਮਾਨਤਾ ਦੇਣ ਲੱਗ ਜਾਂਦੇ ਆ ਲੇਕਿਨ ਜੇ ਤੁਸੀਂ 도ਗਲੀ ਗੱਲ ਕਰਦੇ ਹੋ ਇਮੇਜ ਸਾਫ਼ ਨਹੀਂ ਤੁਹਾਡੀ ਤੁਹਾਡਾ ਵਰਤੀਰਾ ਲੋਕਾਂ ਚ ਝੂਠਿਆਂ ਵਾਲਾ ਹੈ ਫਿਰ ਗੱਲ ਨਹੀਂ ਬਣਦੀ ਹੌਲੀ ਹੌਲੀ ਤੁਹਾਡੀ ਅਖੀਰ ਗੱਲ ਨੇ ਵਿਕਣਾ ਉਹ ਕਹਿੰਦੇ ਨੇ ਨਾ ਵੀ ਜਿਹਦੀ ਮਤਲਬ ਜ਼ਬਾਨ ਚੱਲਦੀ ਸਾਥ ਹੱਲ ਚੱਲਦੇ ਆ ਉਹ ਗੱਲ ਹੈ ਬਸ ਤਾਂ ਇਹ ਜਿਹੜਾ ਪ੍ਰੋਪਰਟੀ ਦਾ ਤਜਰਬਾ ਇਹੀ ਹੈ ਕਿ ਬੀਮੇ ਦੇ ਨਾਲ-ਨਾਲ ਥੋੜਾ-ਥੋੜਾ ਕੰਮ ਇਹ ਵੀ ਹੋਣ ਲੱਗ ਗਿਆ ਇਹ ਵੀ ਹੋਣ ਲੱਗ ਗਿਆ ਹਾਲਾਂਕਿ ਇਹਦੇ ਵਿੱਚ ਪੈਸਾ ਵੱਧ ਹੈ ਬੀਮੇ ਨਾਲੋਂ ਬੀਮੇ ਨਾਲੋਂ ਹੂੰ ਕਿਉਂਕਿ ਰੀਅਲ ਏਸਟੇਟ ਦਾ ਮਤਲਬ ਹੀ ਹੈ ਹੂੰ ਕਿ ਬਹੁਤ ਜ਼ਿਆਦਾ ਪੈਸਾ ਬਹੁਤ ਜ਼ਿਆਦਾ ਪੈਸਾ ਹਾਂਜੀ ਤਾਂ ਰਾਜਨੀਤੀ ਨਾਲ ਤੁਹਾਡਾ ਕਾਫੀ ਇੰਟਰਸਟ ਹੈ ਮੈਂ ਅਸਲ 'ਚ ਸ਼ੁਰੂ ਤੋਂ ਹੂੰ ਕਾਂਗਰਸ ਦਾ ਹੈਗਾ ਵਰਕਰ ਅੱਜ ਵੀ ਵਰਕਰ ਹੀ ਹਾਂ ਇਹ ਸਰਦਾਰ ਬੈਂਸੋਂ ਵੇਲੇ ਜਦੋਂ ਵਿਜਾਰਤ ਬਣੀ ਉਦੋਂ ਕਰ ਮੇਰੀ ਵੋਟ ਤਾਂ ਸ਼ਾਇਦ ਨਹੀਂ ਬਣੀ ਹੋਣੀ ਉਦੋਂ ਦੇ ਅਸੀਂ ਇਹਨਾਂ ਦੇ ਨਾਰੇ ਲਾਉਂਦੇ ਫਿਰਦੇ ਨਾਰੇ ਲਾਉਂਦੇ ਲਾ ਰਹੇ ਹੋਂ ਵੀ ਲਾ ਰਹੇ ਠੀਕ ਹੈ ਤੇ ਬੀਤੇ ਦਿਨੀ ਜਿਹੜੀ ਹੈ ਤੁਹਾਨੂੰ ਪਤਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਜ ਜਾਰੀ ਮੁੱਖ ਮੰਤਰੀ ਉਹ ਇਸ ਜਹਾਨ ਦੇ ਵਿੱਚੋਂ ਚਲੇ ਗਏ ਹੈ ਤੇ ਉਹਨਾਂ ਦੇ ਮਤਲਬ ਮੈਨੂੰ ਇਹ ਪਤਾ ਹੈ ਕਿ ਤੁਹਾਡਾ ਮਤਲਬ ਰਿਆ ਇਧਰ ਕਾਲੀ ਦਲ ਚ ਵੀ ਨੇੜਤਾ ਤੁਹਾਡੀ ਰਹੀ ਹੈ ਕਿਉਂਕਿ ਸਬੰਧ ਤੁਹਾਡੇ ਸਾਰੇ ਪਾਸੇ ਹੀ ਹੈ ਤੇ ਉਹਨਾਂ ਨਾਲ ਕਦੇ ਮੁਲਾਕਾਤ ਹੋਈ ਇੱਕ ਵਾਰ ਹੋਈ ਇੱਥੇ ਸਰਦਾਰ ਯਾਦਵਿੰਦਰ ਸਿੰਘ ਜੈਲਦਾਰ ਮੈਨੂੰ ਆਪਣੀ ਗੱਡੀ ਚ ਭਾ ਕੇ ਪਟਿਆਲੇ ਜੇਲ੍ਹ ਚ ਲੈ ਗਿਆ ਅੱਛਾ ਜੀ ਤੇ ਉੱਥੇ ਅਸੀਂ ਤਾਂ ਫਿਰ ਗੋਡੀਆਂ ਥਿਲਾਉਣੇ ਹੁੰਦੇ ਆ ਤੇ ਕਾਂਗਰਸ ਹੋਵੇ ਜੇ ਅਕਾਲੀ ਆਪਾਂ ਉਹਨਾਂ ਦੇ ਵੀ ਲਾਤੇ ਉਹ ਮੈਨੂੰ ਪੁੱਛਦੇ ਆ ਵੀ ਕਾਕਾ ਤੂੰ ਕਿੱਥੋਂ ਆਇਆ ਮੈਂ ਕਿਹਾ ਮੈਂ ਜੈਤੋ ਤੋਂ ਆਇਆ ਉਹ ਕਹਿੰਦੇ ਯਾਰ ਫਲਾਨੇ ਜਿਹੜੇ ਭਗਤਵਾਨੇ ਵਾਲੇ ਮੈਂ ਨਾਂ ਨਹੀਂ ਮੈਨੂੰ ਯਾਦ ਹੁਣ ਉਹਨਾਂ ਦਾ ਦੋ ਭਰਾ ਸੀਗੇ ਇੰਡੈਵਰ ਵਾਲੇ ਵੀ ਉਹਨਾਂ ਦੇ ਸੱਟਾਂ ਵੱਜੀਆਂ ਕੀ ਬਣਿਆ ਉਹਨਾਂ ਦਾ ਹਾਂਜੀ ਮੈਂ ਕਹ ਜੂ ਨਾ ਜਾਰੇ ਦੇ ਬਹੁਤ ਸੱਟਾਂ ਵਜੀਆਂ ਤੁਹਾਡੀ ਖਾਤਰ ਉਹ ਕਹਿੰਦਾ ਫਿਰ ਮੇਰਾ ਸੁਨੇਹਾ ਦੇ ਕੇ ਆਏ ਉਹ ਭਾਈ ਮੈਂ ਉਹਨਾਂ ਨੂੰ ਮਿਲਣ ਆਉਂਗਾ ਫਿਰ ਮੈਂ ਉਹਨਾਂ ਦੇ ਘਰੇ ਗਿਆ ਉਹ ਬਹੁਤ ਖੁਸ਼ ਹੋਏ ਮੇਰਾ ਸਾਈਕਲ ਆਪ ਜਿਪਸੀ ਚ ਰੱਖ ਕੇ ਮੈਨੂੰ ਘਰੇ ਛੱਡ ਕੇ ਗਏ ਇੰਨੇ ਖੁਸ਼ ਹੋਏ ਤੁਸੀਂ ਸਾਈਕਲ ਦੇ ਸੁਨੇਹਾ ਦੇਣਗੇ ਪਰ ਮੇਰੇ ਕੋਲ ਤਾਂ ਸਾਈਕਲ ਹੀ ਸੀ ਸਾਈਕਲ ਸੀਗਾ ਉਹ ਤੇ ਸੁਨੇਹਾ ਦੇਣਗੇ ਉਹ ਖੁਸ਼ ਹੋਏ ਹੁਣ ਐਡੇ ਵੱਡੇ ਬੰਦੇ ਦਾ ਸੁਨੇਹਾ ਹੂੰ ਤੇ ਇਧਰ ਕਾਂਗਰਸ ਵਾਲੇ ਪਾਸੇ ਕਿਹੜੇ ਕਿਹੜੇ ਲੀਡਰਾਂ ਨਾਲ ਮੁਲਾਕਾਤ ਹੋਈ ਕਿਥੋਂ ਤੱਕ ਜਿਹਦਾ ਬੀਮਾ ਵੀ ਕੀਤਾ ਤੁਹਾਡੇ ਲੀਡਰ ਦਾ ਬੀਮਾ ਨਹੀਂ ਕੀਤਾ ਮੈਂ ਅਸਲ ਵਿੱਚ ਕੀ ਹੈ ਕਿ ਇਹਨਾਂ ਲੋਕਾਂ ਨੂੰ ਕਹਿਣਾ ਔਖਾ ਹੈ ਅੱਛਾ ਉਹ ਕਿਵੇਂ ਅਸਲ ਪ੍ਰਭਾਵ ਹੈ ਜੇਕਰ ਤੁਸੀਂ ਮੇਰਾ ਕਬੂਲ ਗਏ ਤਾਂ ਤੁਸੀਂ ਮੈਨੂੰ ਉਹ ਕੁਐਸਚਨ ਨਹੀਂ ਪੁੱਛੋਗੇ ਜੋ ਥੋੜਾ ਜਿਹਾ ਰੜਕਦਾ ਹੋਵੇ ਠੀਕ ਹੈ ਤੇ ਜੇ ਮੈਂ ਕਬੂਲ ਗਿਆ ਹੂੰ ਤਾਂ ਮੈਂ ਤੁਹਾਨੂੰ ਉਹ ਜਵਾਬ ਨਹੀਂ ਦੇਵਾਂਗਾ ਜੋ ਤੁਹਾਨੂੰ ਰੜਕਦਾ ਹੋਵੇ ਕੌਣ ਕੀ ਦਾ ਪ੍ਰਭਾਵ ਕਬੂਲ ਦਾ ਗੱਲ ਪ੍ਰਭਾਵ ਦੀ ਹੈ ਕਈ ਵਾਰੀ ਹੁੰਦਾ ਹੈ ਕਿ ਯਾਰ ਇਹ ਲੋਕਾਂ ਨੇ ਵੀ ਤਾਂ ਹੁਣ ਇਹ ਕੰਮ ਵਿੱਚ ਛੇੜ ਕੇ ਬਹਿ ਗਏ ਵਿੱਚ ਇਹਨਾਂ ਤੋਂ ਬਾਹਰ ਮੋਟਾ ਕੁਝ ਹੋਰ ਹੀ ਕਰ ਲੋ ਹੂੰ ਦਾ ਪ੍ਰਭਾਵ ਦੀ ਗੱਲ ਪ੍ਰਭਾਵ ਹੈ ਇਹਨਾਂ ਦੇ ਇੱਕ ਦੂਜੇ ਤੋਂ ਦੁਨੀਆ 'ਚ ਪ੍ਰਭਾਵ ਹੀ ਚੱਲਦਾ ਹੂੰ ਕੋਣ ਕੀ ਦਾ ਪ੍ਰਭਾਵ ਕਬੂਲ ਲੈਂਦਾ ਇਹੀ ਹੁੰਦਾ ਸਹੀ ਹੈ ਮਤਲਬ ਆ ਦੁਨੀਆ ਚੱਲਦੀ ਪ੍ਰਭਾਵ ਦੇ ਪ੍ਰਭਾਵ ਦੇ ਸਰ ਜਿਹੜਾ ਕਬੂਲ ਲਿਆ ਉਹ ਦੂਜੇ ਨੂੰ ਬਸ ਉਹ ਤੋਂ ਵੱਡਾ ਹੋ ਗਿਆ ਹੂੰ ਬਸ ਮੇਰੀ ਮੇਰੀ ਇਹ ਤਜਰਬਾ ਲੰਮੇ ਸਮੇਂ ਤੋਂ ਤੁਸੀਂ ਰਾਜਨੀਤੀ ਨਾਲ ਜੁੜੇ ਹੋ ਮਤਲਬ ਇਹ ਇਧਰ ਕਿਵੇਂ ਦੇਖਦੇ ਹੋ ਵੀ ਜਿਹੜਾ ਹੁਣ ਉਥਲ ਪੁਥਲ ਹੋਈ ਹੈ ਮਤਲਬ ਬਦਲਾਅ ਕਿੰਨਾ ਆਇਆ ਜਦੋਂ ਤੋਂ ਤੁਸੀਂ ਵਰਕਰ ਸੀ ਤੇ ਹੁਣ ਦੇ ਵਰਕਰਾਂ ਦੇ ਵਿੱਚ ਦੇਖੋ ਅਸੀਂ ਤਾਂ ਸ਼ੁਰੂ ਤੋਂ ਵਰਕਰ ਸੀ ਹੁਣ ਵੀ ਵਰਕ ਰਹੀ ਹੈ ਤੇ ਸ਼ਾਇਦ ਮਰਾਂਗੇ ਵੀ ਵਰਕ ਰਹੀ ਕਿਉਂਕਿ ਇਸੇ ਗੱਲ 'ਚ ਸ਼ਾਂਤੀ ਹੈ ਕਹਿੰਦੇ ਨੇ ਵੀ ਵਰਕਰ ਕਦੇ ਐਕਸ ਨਹੀਂ ਹੁੰਦਾ ਰੀਡਰ ਐਕਸ ਹੋ ਜਾਂਦੇ ਐ ਐਮ ਸੀ ਐਕਸ ਐਮ ਪੀ ਐਕਸ ਅਸੀਂ ਉਹੀ ਰਹਿਣਾ ਹੈ ਨਾ ਅਸੀਂ ਕੁਝ ਪੈਦਾ ਹੋਏ ਨਾ ਜਾਣਾ ਇਸ ਕਰਕੇ ਸਾਡੀ ਜਿਹੜੀ ਪੋਜੀਸ਼ਨ ਸਟੇਬਲ ਹੈ ਠੀਕ ਹੈ ਨਾ ਸਾਨੂੰ ਕੋਈ ਚਿੰਤਾ ਹੈ ਬਾਕੀ ਕੀ ਹੁੰਦਾ ਤੁਹਾਨੂੰ ਨਿਰਾਸ਼ਾ ਉਦੋਂ ਹੁੰਦੀ ਹੈ ਜਦੋਂ ਮਨ ਚ ਜੋ ਤਮੰਨਾ ਲਈ ਉਹਦੀ ਪੂਰਤੀ ਨਾ ਹੋਵੇ ਸਾਨੂੰ ਕੋਈ ਹੈ ਹੀ ਨਹੀਂ ਕਿ ਸਾਨੂੰ ਆਹ ਦਿਓ ਆਹ ਦਿਓ ਸਾਨੂੰ ਤਾਂ ਐ ਵੀ ਚੱਲ ਮਾੜਾ ਮੋਟਾ ਜੇ ਕਿਸਦਾ ਕੰਮ ਹੋ ਜੇ ਵਧੀਆ ਨਹੀਂ ਤਾਂ ਚੁੱਪ ਕਰ ਜਣਾ ਕਿ ਚਲੋ ਯਾਰ ਕੋਈ ਗੱਲ ਨਹੀਂ ਗਾਣ ਨੂੰ ਸਹੀ ਹੁਣ ਜਿਸ ਤੱਕ ਤੁਸੀਂ ਕਹਿੰਨ ਕਿ ਕਿੰਨੇ ਕ ਬੰਦੇ ਜਾਣਦੇ ਨੇ ਜਾਣਦਾ ਤਾਂ ਮੈਨੂੰ ਰਾਜਾ ਵਡਿੰਗਰੀ ਬਹੁਤ ਚੰਗੀ ਤਰ੍ਹਾਂ ਹਮ ਉਹਨਾਂ ਦੇ ਮਾਮਾ ਜੀ ਅਸਰਦਰ ਚੰਦ ਸਿੰਘ ਉਹ ਵੀ ਜਾਣਦੇ ਹਮ ਇੱਥੇ ਸਾਡੇ ਸਰਦਾਰ ਸੁਖਵਿੰਦਰ ਸਿੰਘ ਡੈਣੀ ਇਲੈਕਸ਼ਨ ਲੜੇ ਸੀ ਐਮਪੀ ਦੇ ਹਮ ਬਹੁਤ ਬੜਾ ਸਫਰ ਇਕੱਠਾ ਨੇ ਵੀ ਕੀਤਾ ਹਮ ਸਰਦਾਰ ਜੁਗਿੰਦਰ ਸਿੰਘ ਐਮਐਲ ਰਹੇ ਅਜੀਤ ਸ਼ਾਂਤ ਜੀ ਸੀ ਐਮਐਲਏ ਸੀ ਤੇ ਹੁਣ ਮੌਜੂਦਾ ਐਮਪੀ ਨੇ ਬਹੁਤ ਚੰਗੇ ਨੇ ਬਹੁਤ ਪਪੂਲਰ ਨੇ ਔਰ ਮੈਂ ਸਮਝਦਾ ਸਭ ਤੋਂ ਵੱਧ ਉਹਨਾਂ ਨੇ ਮੇਰੇ ਕੰਮ ਕੀਤੇ ਮਸਮਾ ਮਸਦੀਕ ਸਾਹਿਬ ਨੇ ਵਰਕਰ ਦਾ ਕੀ ਕੰਮ ਹੁੰਦਾ ਛੋਟੇ ਛੋਟੇ ਕੰਮ ਹੁੰਦੇ ਆ ਔਰ ਇੱਕ ਖੂਬੀ ਆ ਉਹਨਾਂ ਚ ਕਿ ਉਹ ਕਹਿੰਦੇ ਯਾਰ ਲੁਧਿਆਣੇ ਨਾ ਆਓ ਮੈਨੂੰ ਫੋਨ ਹੀ ਕਰ ਲਿਓ ਕਿੱਥੇ 2000 ਦਾ ਤੇਲ ਫੁਕੋਗੇ ਨਾ ਤੁਹਾਡੇ ਕੋਲ ਇੰਨੇ ਪੈਸੇ ਖਰਚਣ ਨੂੰ ਹੈਗੇ ਆ ਕਿਸੇ ਦੇ ਬੋਝ ਪਾਉਂਗੇ ਹੋਣਾ ਹੋਇਆ ਤਾਂ ਫੋਨ ਤੇ ਹੋਜੂ ਨਹੀਂ ਮੈਂ ਤੁਹਾਨੂੰ ਜਵਾਬ ਦੇਉ ਵੀ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੇ ਲਗਾਤਾਰ ਮੇ ਸੰਪਰਕ ਜਰਨੇ ਮਾ ਮਸਦੀਕ ਨਿਮਰਪਾਵ ਹੈ ਹੂੰ ਬਹੁਤ ਨਿਮਰ ਨੇ ਹੂੰ ਛੇਠੂ ਸਧਾਰਨ ਪਰਿਵਾਰ ਚੋਂ ਉੱਠ ਕੇ ਗਏ ਨੇ ਗੱਲ ਨੂੰ ਸਮਝਦੇ ਨੇ ਹੂੰ ਕਿ ਤੰਗੀਆਂ ਤੁਸ਼ੀਆਂ ਪੈਸੇ ਦੀ ਕਿਲਤ ਕੀ ਹੁੰਦੀ ਹੈ ਹੂੰ ਕਿਵੇਂ ਲੋਕ ਮਜਬੂਰ ਹੋਏ ਆਉਂਦੇ ਨੇ ਜੇ ਉਹਨਾਂ ਦਾ ਕੰਮ ਨਾ ਕੀਤਾ ਜਾਵੇ ਤਾਂ ਹੋਰ ਨਿਰਾਸ਼ ਹੁੰਦੇ ਨੇ ਹੂੰ ਮੇਰੇ ਖਿਆਲ ਚ ਫਿਰ ਬਾਕੀ ਜ਼ਿੰਦਗੀ ਦਾ ਗਾਉਣ ਦਾ ਬਹੁਤ ਵੱਡਾ ਤਜਰਬਾ ਹੈ ਹੂੰ ਪੂਰੀ ਦੁਨੀਆ ਚ ਪਪੂਲਰ ਪੰਜਾਬੀ ਕਲਾਕਾਰ ਨੇ ਮੇਰੇ ਖਿਆਲ ਚ ਤਜਰਬਾ ਉਹਨਾਂ ਦਾ ਇੰਨਾ ਹੈਗਾ ਕਿ ਮੇਤੋਂ ਬਿਆਨ ਨਹੀਂ ਹੋ ਸਕਦਾ ਇੰਨਾ ਤਜਰਬਾ ਮੇਰਾ ਖਿਆਲ ਤੇ ਆਪਾਂ ਜੇ ਹੁਣ ਗੱਲਬਾਤ ਜੋ ਆਪਾਂ ਇਸ ਤੋਂ ਪਾਸੇ ਚਲਦੇ ਆਂ ਪੋਲਿਟਿਕਸ ਤੋਂ ਥੋੜਾ ਜਿਹਾ ਪਾਸੇ ਜਾ ਕੇ ਗੱਲਬਾਤ ਕਰਦੇ ਆਂ ਤੁਸੀਂ ਲੋਕਾਂ ਨੂੰ ਹਰ ਰੋਜ਼ ਮਿਲਦੇ ਹੋ ਜਾਂਨੇ ਹੋ ਘਰਾਂ ਦੇ ਵਿੱਚ ਘਰੇਲੂ ਆ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕੀ ਕਿੰਨਾ ਕੁ ਬਦਲਾ ਆ ਗਿਆ ਮਤਲਬ ਸਮਾਜ 'ਚ ਕਿੰਨਾ ਕੁ ਬਦਲਾਅ ਤੁਸੀਂ ਹੁਣ ਮਾਨਦੇ ਹੋ ਵੀ ਕਿੰਨਾ ਕੁ ਜਿਹੜਾ ਪਹਿਲਾਂ ਨਾਲੋਂ ਹੁਣ ਸਮਾਜ ਬਦਲ ਚੁੱਕਿਆ ਥਾ ਦੇਖੋ ਬਦਲਾਅ ਇੱਕ ਨਿਰੰਤਰ ਪ੍ਰਕਿਰਿਆ ਹੈ ਹੂੰ ਕੁਦਰਤ ਦਾ ਨਿਯਮ ਹੈ ਹੂੰ ਕਿ ਬਦਲਦੇ ਰਹਿਣਾ ਹੈ ਹੂੰ ਕੋਈ ਵੀ ਕੋਈ ਵੀ ਦੁਨੀਆ ਚੀਜ਼ ਥਰ ਨਹੀਂ ਹੋਈ ਜੀ ਬਦਲਾਅ ਆਉਣਾ ਰਹਿਣਾ ਦੇਖੋ ਜਦੋਂ ਅਸੀਂ ਛੋਟੇ ਸੀ ਥੋੜੀ ਜਿਹੀ ਜ਼ਮੀਨ ਸੀ ਪਿਓ ਕੋਲ ਕੋਈ ਬਹੁਤ ਹੀ ਵੱਡੀ ਜਾਇਦਾਦ ਨਹੀਂ ਸੀ ਲੋਕਾਂ ਚ ਆਟੇ ਦਾਣ ਦੀ ਸਾਂਝ ਹੁੰਦੀ ਸੀ ਹਮ ਆਟਾ ਮੰਗ ਲੈਣਾ ਦਾਲ ਲਿਓਣੀ ਇੱਥੋਂ ਤੱਕ ਵੀ ਹੁੰਦਾ ਵੀ ਜੇ ਕਿਸੇ ਦੇ ਸਾਗ ਕੋਈ ਲੈਣ ਜਾਵਣਦਾ ਤਾਂ ਸਾਡੀ ਮਾਰਗੀਆਂ ਸਾਗ ਤਾਂ ਦਿੰਦੀਆਂ ਸੀ ਨਾਲ ਕਿ ਉਹ ਵੀ ਪਾ ਕੇ ਦਿੰਦੀਆਂ ਸੀ ਤੇ ਔਰ ਜੇਠ ਆਇਆ ਹਮ ਮੇਰੇ ਵੇਖਣ ਦੀਆਂ ਗੱਲਾਂ ਲੋਕੀ ਬਲਦ ਗੱਡੇ ਮੰਗ ਲੈਂਦੇ ਸੀ ਹਮ ਹੁਣ ਜਿਹੜੀ ਸਾਂਝ ਹੈ ਉਹ ਮਹਿੰਗਾਈ ਦੇ ਦੌਰ ਨੇ ਤੇ ਨਿਜ ਨੇ ਖਤਮ ਕਰਦੀ ਠੀਕ ਹੈ ਤੁਸੀਂ ਇੱਕ ਗੱਲ ਮਹਿਸੂਸ ਕੀਤੀ ਹੋਊ ਕਿ ਦੁਨੀਆ ਸਵੇ ਕੇਂਦਰਤ ਹੋ ਰਹੀ ਹੈ ਤੁਸੀਂ ਬੈਠੇ ਮੇਰੀ ਮਾਂ ਕੈਂਸਰ ਦੀ ਪੇਸ਼ੈਂਟ ਸੀ ਜੀ ਮੈਂ ਉਹਨੂੰ ਬੀਕਾ ਨੇਰ ਲੈ ਕੇ ਗਿਆ ਰਾਤ ਨੂੰ ਜੈਤੋ ਰੇਲਵੇ ਸਟੇਸ਼ਨ ਤੋਂ ਲਾ ਕੇ ਬੀਕਾ ਨੇਰ ਤੱਕ ਲੋਕਾਂ ਨਾਲ ਰਿਸ਼ਤੇਦਾਰ ਕਿਹ ਕੱਢੀ ਜਾਂਦੀ ਸੀ ਕਿ ਪਣ ਤੂੰ ਕਿਹੜੇ ਪਿੰਡ ਦੀ ਹੈ ਉਹ ਕਹਿੰਦੀ ਮੈਂ ਜੰਗਿਆਣੇ ਦੀ ਹੈ ਉਹ ਕਹਿੰਦੀ ਮੇਰੇ ਤਾਂ ਪੇਕੇ ਸਲਾਤਪੁਰੇ ਆ ਹੂੰ ਆ ਲੈ 5 ਰੁਪਏ ਸਗੰ ਤੇਰੇ ਪੁੱਤਰ ਨੂੰ ਦਿੱਤਾ 5 ਹੀ ਹੁੰਦੇ ਸੀ ਯਾਨੀ ਕੋਸ਼ਿਸ਼ ਕਰਨੀ ਵੀ ਕੀ ਇਹਦਾ ਨਾ ਰਾਬਤਾ ਰੱਖਾਂ ਹੁਣ ਤੁਸੀਂ ਦੇਖੋਗੇ ਵੀ ਨਿੱਜੀ ਇੰਨੀ ਹੋ ਗਈ ਵੀ ਨਾਲ ਬੈਠਾ ਇੱਕ ਬਸ ਚ ਲੈਪਟਾਪ ਤੇ ਹੱਥ ਮਾਰ ਰਿਹਾ ਫੋਨ ਤੇ ਹੱਥ ਮਾਰ ਰਿਹਾ ਚਾਹੇ ਗੁੰਡੀ ਨੂੰ ਦਰਦ ਵੀ ਹੋਈ ਜਾਵੇ ਉਹ ਪੁੱਛਦੇ ਨਹੀਂ ਵੀ ਤਾਇਆ ਕੀ ਹਾਲ ਹੈ ਤੇਰਾ ਤੂੰ ਐਂ ਕਹੋਖਾ ਕਹਤੋਂ ਹੈ ਹਮ ਸਵੇਕੇ ਅੰਦਰ ਥੋਗੇ ਉਹ ਕਹਿੰਦਾ ਮੈਂ ਮੈਨੂੰ ਮੇਰੇ ਤੱਕ ਕੀ ਮਤਲਬ ਹੈ ਮੈਂ ਕੀ ਲੈਣਾ ਮੈਂ ਕੀ ਲੈਣਾ ਤੁਸੀਂ ਦੇਖੋਗੇ ਮੁੰਡੇ ਕੁੜੀਆਂ ਕੱਲੇ ਫੋਨਾਂ ਤੇ ਉਂਗਲਾਂ ਮਾਰ ਰਹੇ ਆਸ-ਪਾਸੇ ਕੀ ਹੋ ਰਿਹਾ ਉਹਨਾਂ ਨੂੰ ਕੁਝ ਨਹੀਂ ਪਤਾ ਹਮ ਇਹ ਤਾਂ ਤੁਸੀਂ ਬਦਲਾ ਵੇਖਿਆ ਸਹੀ ਹੈ ਹੋਰ ਮੈਂ ਕਹਿੰਨਾ ਬਹੁਤ ਬਦਲਾ ਨੇ ਜਿਹੜੇ ਵਰਨਣ ਕੀਤੇ ਜਾ ਸਕਦੇ ਹਮ ਜਿਹੜੀ ਕੋਈ ਪੈਸੇ ਦੀ ਸਾਹ ਸੀ 100 200 ਮੰਗਣ ਦੀ ਉਹ ਖਤਮ ਹੋ ਗਈ ਹਮ ਮੈਂ ਹੈਰਾਨ ਐ ਵੀ ਆਣ ਗਵਾਂਡ ਚੋਂ ਲੋਕਾਂ ਨੂੰ 10 10 ਸਾਲ ਹੋ ਗਏ ਗਵਾਂਡਾਂ ਦੇ ਘਰੇ ਚਾਹ ਦਾ ਕੱਪ ਨਹੀਂ ਪੀਣਗੇ ਹਮ ਬੋਲਦੇ ਐ ਨਮਸਤੇ ਕਰਦੇ ਐ ਖੁਸ਼ ਹੁੰਦੇ ਐ ਲੇਕਿਨ ਇੰਨੀ ਗੱਲ ਨਹੀਂ ਕਹਿੰਦੇ ਕਹਦਾ ਯਾਰ ਘੁੱਟ ਚਾਹ ਪੀਲਾ ਅੱਗੇ ਲੋਕ ਇੱਕ ਦੂਜੇ ਨੂੰ ਕੌਲੇ ਚਾਹ ਦੇ ਫੜਾਉਂਦੇ ਹਮ ਮਗਾਈ ਨਹੀਂ ਇੱਕ ਸਾਰੇ ਬੰਦੇ ਚ ਸਹਿਮਾਨ ਹੋ ਗਿਆ ਕਿ ਯਾਰ ਮੈਂ ਕੀ ਲੈਣਾ ਮੈਂ ਕੀ ਲੈਣਾ ਮਤਲਬ ਉਹ ਉਹਨੂੰ ਲੱਗਦਾ ਕਿ ਮੈਂ ਕੋਈ ਅਲੱਗ ਚੀਜ਼ ਐ ਹਾਂ ਅੱਗੇ ਸੀ ਕਿ ਨਹੀਂ ਤੁਸੀਂ ਦੇਖੋ ਅੱਗੇ ਭੂਆ ਔਰ ਭਾਣ ਜੀਆਂ ਭਤੀਜੀਆਂ ਦੇ ਰਿਸ਼ਤੇ ਲਿਉਂਦੀਆਂ ਸੀ ਆਮ ਹੀ ਘਰਾਂ ਚ ਹਾਂ ਘਰ ਮੇਰੇ ਫਾਦਰ ਦੇ ਨਾਨਕੇ ਕਲਿਆਣੀ ਐ ਠੀਕ ਐ ਜੀ ਔਰ ਉਹ ਮਹਾਰਾਜਾ ਜੰਮੂ ਕਸ਼ਮੀਰ ਦੇ ਪਰੋਤਾ ਬਹੁਤ ਵੱਡੇ ਜਿਆਦਾ ਦਿਮਾਲ ਕੇ ਅੱਛਾ ਜੀ ਕਲਿਆਣ ਪਿੰਡ ਮਲੂਕੇ ਕੋਲੇ ਹਾਂ ਹਾਂ ਪੰਜ ਕਲਿਆਣਾ ਚ ਪੰਜ ਕਲਿਆਣਾ ਚ ਇੱਕ ਲਿਆ ਹਾਂ ਹਾਂ ਸਾਡੀ ਦਾਦੀ ਆਪਦੀ ਭਤੀਜੀ ਦਾ ਰਿਸ਼ਤਾ ਲੈ ਕੇ ਆਈ ਅੱਛਾ ਜੀ ਉਹਨਾਂ ਕੋਲ ਸੈਂਕੜੇ ਕਿੱਲੇ ਜ਼ਮੀਨ ਨਹੀਂ ਥੋੜੇ ਕੋਲ ਥੋੜੀ ਜੀ ਜ਼ਮੀਨ ਹਮ ਇੱਕ ਰਿਸ਼ਤੇ ਕਰਨੇ ਸੀ ਖਾਨਦਾਨ ਚ ਠੀਕ ਹੈ ਹੁਣ ਕੋਈ ਖਾਨਦਾਨ ਨਹੀਂ ਹੁਣ ਕੱਲਾ ਪੈਸਾ ਖਾਨਦਾਨ ਹੈ ਹਮ ਕਿ ਯਾਰ ਜੇ ਹੈਗਾ ਤੇ ਖਾਨਦਾਨ ਹੈ ਜੇ ਹੈ ਨਹੀਂ ਤੇ ਖਾਨਦਾਨ ਹੈ ਨਹੀਂਗਾ ਹਮ ਢਾਈ ਢਾਈ ਤਿੰਨ ਤਿੰਨ ਸੋ ਕਿੱਲੇ ਵਾਲੇ ਦੀਆਂ ਧੀਆਂ ਹਮ ਚੁੱਪ ਬੈਠੀਆਂ ਜੇ ਕਿਸੇ ਨੂੰ ਕੁਝ ਖਾਣ ਨੂੰ ਦਿੱਤਾ ਤਾਂ ਫੜ ਲਿਆ ਨਹੀਂ ਚੁੱਪ ਹੈ ਹਮ ਜੇ ਕਿਸੇ ਨੇ 10 ਰੁਪਏ ਦੇਤੇ ਹਮ ਤਾਂ ਚੁੰਨੀ ਦੇ ਲੜ ਬੰਨ ਲੇ ਨੀ ਚੁੱਪ ਹੈ ਗਿਲਾ ਤਾਂ ਕੀਤਾ ਹੀ ਨਹੀਂ ਵੀ ਭੁੱਖੇ ਮਰ ਗਏ ਕੱਪੜਾ ਹੈ ਨਹੀਂਗਾ ਐਨੇ ਨੇ ਚੰਗੇ ਘਰਾਂ ਚ ਪੈਦਾ ਹੋ ਕੇ ਵੀ ਸਾਡੀ ਮਾਂ ਚ ਉਹ ਗੁਣ ਹੋਰ ਘਟਿਆ ਹਾਲਾਂਕਿ ਉਹਦੇ ਚ ਨਿਮਰਤਾ ਬਹੁਤ ਸੀ ਕਿਉਂਕਿ ਜਿਵੇਂ ਜਿਵੇਂ ਸਮਾਂ ਬਦਲਿਆ ਹਾਂ ਇਹ ਗੁਣ ਘਟਦਾ ਗਿਆ ਨਿਮਰਪਾਵ ਪੈਸੇ ਦੀ ਤੰਗੀ ਨੂੰ ਝੇਲਣਾ ਰਿਸ਼ਤੇਦਾਰੀ ਡਾਈਵੋਰਸ ਹੋਣ ਦੇ ਕੀ ਕਾਰਨ ਹੈ ਹਾਂਜੀ ਡਾਈਵੋਰਸ ਪਹਿਲੇ 6 ਮਹੀਨੇ ਚ ਹੋ ਰਹੇ ਆ ਉਹਦਾ ਕੀ ਕਾਰਨ ਹੈ ਕੁਛ ਨੋਤਾ ਕਰਨ ਨੂੰ ਤਿਆਰ ਨਹੀਂਗਾ ਉਹ ਕਹਿੰਦੀ ਵੀ ਮੈਂ ਤਾਂ ਰੇ ਇਹ ਬੰਦੀਆਂ ਕਾਲੋਂ ਦੀ ਰਹੀਆਂ ਪੇਖੀ ਉਹ ਕਹਿੰਦਾ ਵੀ ਆਪਣੇ ਤੇ ਇੱਥੇ ਹੈ ਨਹੀਂ ਉਹ ਕਹਿੰਦੀ ਫਿਰ ਮੈਂ ਚੱਲੀ ਹਮ ਅੱਗੇ ਕੀ ਹੁੰਦਾ ਸੀ ਉਹ ਕਹਿੰਦੇ ਸੀ ਨਹੀਂ ਮੇਰੀ ਭਤੀਜੀ ਮੇਰੀ ਭੂਆ ਰਿਸ਼ਤਾ ਲੈ ਕੇ ਆਈ ਹੈ ਹਮ ਮੈਂ ਕੱਟਣਾ ਹੌਲੀ ਹੌਲੀ ਹਾਲਾਤ ਬੈਟਰ ਹੋਏ ਮੇਰੀ ਮਾਂ ਸੀ ਜਿਹੜੀ ਹਮ ਉਹਨੇ ਬਹੁਤ ਚੰਗੇ ਜਮਾਨੇ ਦੀ ਰਫਤਾਰ ਮੁਤਾਬਕ ਗਾਉਂ ਘਟਦੇ ਘਟਦੇ ਘਟ ਰਹੇ ਨੇ ਹਮ ਮਤਲਬ ਕੀ ਸ਼ੁਰੂ ਚ ਲੋਕ ਇੱਕ ਦੂਜੇ ਨਾਲ ਘਟਦੇ ਸੀ ਹਮ ਮੇਰਾ ਫਾਦਰ ਕਹਿੰਦਾ ਆ ਵੀ ਸਾਡੇ ਨਾਨਕੇ 60 ਕਿੱਲੇ ਵਾਲਾ ਸਾਡਾ ਮਾਮਾ ਤੇ 6 ਕਿਲੇ ਵਾਲਾ ਮਾਮਾ ਕੱਪੜਿਆਂ ਤੋਂ ਨਹੀਂ ਪਤਾ ਲੱਗਦਾ 60 ਕਿਲੇ ਕਿਹਦੇ ਕੋਲੇ ਆ ਕਿਉਂ ਨਹੀਂ ਪਤਾ ਲੱਗਦਾ ਸੀ ਹਾਂ ਉਹਦੀ ਜੁੱਤੀ 'ਚ ਵੀ ટોਪੇ ਲੱਗੇ ਆ ਤੇ 60 ਕਿਲੇ ਵਾਲੇ ਦੇ ਵੀ ਟੋਪੇ ਲੱਗੇ ਆ ਟੋਪੇ ਲੱਗੇ ਆ ਉਹਦੇ ਪਜਾਮੇ ਨੂੰ ਵੀ ਟਾਕੀ ਲੱਗੀ ਉਹਦੇ ਨੂੰ ਵੀ ਹੁਣ ਤੁਹਾਨੂੰ ਕਿੱਲੇ ਕਿੱਲੇ ਬਾਤ ਪਤਾ ਲੱਗੂਗਾ ਵੀ ਇਹਦੀ ਮੇਨ ਰੋਡ ਤੇ ਇੰਡਾਇਵਰ ਹੈ ਇਹਦੇ ਕੋਲੇ ਇਹਦੀ 56ਵੀਂ ਇਹਦੇ ਕੋਲ ਮਰੂਤੀ ਹੈ ਉਦੋਂ ਵਿਚਾਰੇ ਕੋਈ ਟੋਆ ਰਹਿ ਗਿਆ ਉਹਦੇ ਕੋਲ ਮੋਟਰਸਾਈਕਲ ਹੈ ਤੁਹਾਨੂੰ ਕਿੱਲੇ ਕਿੱਲੇ ਬਾਤ ਡਿਫਰੈਂਸ ਪਤਾ ਲੱਗੂ ਪੈਂਟ ਤੋਂ ਪਤਾ ਲੱਗੂ ਵੀ ਟੌਮੀ ਦੀ ਪਾਈ ਹੈ ਮੌਮੀ ਦੀ ਪਾਈ ਹੈ ਯਾਨੀ ਸਾਰਾ ਰਿਪਰੈਜ਼ੈਂਟੇਸ਼ਨ ਪੈਸੇ ਦੀ ਹੈ ਹਾਂ ਅੱਗੇ ਕੀ ਸੀ ਉਹ ਕਹਿੰਦੇ ਨਹੀਂ ਯਾਰ ਜੇ ਹੈਗੇ ਵੀ ਹੈ ਤਾਂ ਵੀ ਸਧਾਰਨ ਹੂੰ ਉਸੇ ਸੁਭਾਤ ਜੀ ਤੂੜੀ ਸਹੀ ਹੈ ਉੱਥੇ ਪਸੂ ਉੱਥੇ ਮੰਜਾ ਹੂੰ ਉੱਥੇ ਸੰਦੂਖ ਉੱਥੇ ਸੰਦੂਖ ਹੁਣ ਡਰਾਈਂਗ ਰੂਮ ਅੱਡ ਹੈ ਬੈੱਡ ਰੂਮ ਅੱਡ ਹੈ ਫਲਾਨਾ ਰੂਮ ਅੱਡ ਹੈ ਅੱਛਾ ਨਵੇਂ ਨਵੇਂ ਨਾਮ ਆ ਰਹੇ ਨੇ ਹੂੰ ਉਹ ਰੂਮਾਂ ਚ ਉਲਝ ਕੇ ਰਹਿ ਗਏ ਜਿਹੜੇ ਕੁਚਾਰ ਛੇਲੜ ਸੀ ਰੂਮਾਂ ਚ ਪਸਾ ਲੇ ਹੁਣ ਲੈਣ ਦੇਣ ਨੂੰ ਕੁਛ ਨਹੀਂ ਲੈਣ ਦੇਣ ਨੂੰ ਕੁਛ ਨਹੀਂ ਸਿੱਧੂ ਸਾਹਿਬ ਅੱਗੇ ਲੋਕ ਲੀਟਰ ਦੁੱਧ ਲੈ ਕੇ ਡੰਡ ਬੈਠਕਾਂ ਕਰਦੇ ਸੀ ਹੁਣ ਓਨੇ ਕਿ ਰੁਪਈਆਂ ਦੇ ਪੈਸੇ ਫੋਨ 'ਚ ਪਵਾ ਕੇ ਗੱਲਾਂ ਕਰ ਲੈਂਦੇ ਜਵਾੜੇ ਸੁੱਕ ਗਏ ਮੇਰੇ ਵਰਗਿਆਂ ਦੇ ਤੁਰਿਆ ਨਹੀਂ ਜਾਂਦਾ ਉੱਠ ਕੇ ਕਿਉਂਕਿ ਪੈਸੇ ਤਾਂ ਫੋਨ ਖਾ ਗਿਆ ਦੁੱਧ ਵਾਸਤੇ ਤਾਂ ਪੈਸੀ ਹੀ ਨਹੀਂ ਇਸ ਕਰਕੇ ਬਦਲੇ ਹੋਏ ਰਫਤਾਰ ਜਮਾਨੇ ਦੀ ਰਫਤਾਰ ਰਫਤਾਰ ਜਿਵੇਂ ਜ ਅੱਗੇ ਵੱਡੇ ਘਰਾਂ ਤੋਂ ਲੋਕ ਆਸ ਰੱਖਦੇ ਸੀ ਹਾਂ ਕਿ ਨੰਬਰਦਾਰ ਆ ਗਿਆ ਜੇਲ੍ਹਦਾਰ ਆ ਗਿਆ ਇਹ ਕੁਛ ਦੇਊਗਾ ਹੁਣ ਲੋਕ ਤਵਕਕ ਨਹੀਂ ਰੱਖਦੇ ਨਾ ਉਹ ਕੁਛ ਦੇਣ ਨੂੰ ਤਿਆਰ ਹੈ ਤੇ ਨਾ ਉਹ ਲੈਣ ਨੂੰ ਤਿਆਰ ਨੇ ਗੁਣ ਦੋਨਾਂ 'ਚ ਨਹੀਂ ਰਹੇ ਉਹ 'ਚ ਦੇਣ ਵਾਲਾ ਗੁਣ ਨਹੀਂ ਰਿਹਾ ਉਹ 'ਚ ਲੈਣ ਵਾਲਾ ਨਹੀਂ ਰਿਹਾ ਲੈਣ ਵਾਲੇ 'ਚ ਨੰਬਰ ਭਾਵ ਖਤਮ ਹੋ ਗਿਆ ਦੇਣ ਵਾਲੇ 'ਚ ਜਿਹੜਾ ਉਹਦਾ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਮਾਤਰ ਇੱਕ ਗੁਣ ਹੁੰਦਾ ਸੀ ਦੇਣ ਦਾ ਜਿਹਨੂੰ ਮੈਨੂੰ ਨਾਂ ਨਹੀਂ ਪ੍ਰੋਪਰ ਲੈਣਾ ਆਉਂਦਾ ਕਿ ਉਹਦੇ 'ਚ ਆ ਵੜਪਣ ਇਸੇ ਕਰਕੇ ਸੀ ਦੇਣ 'ਚ ਵੜਪਣ ਸਮਝਦਾ ਸੀ ਉਹ ਖਤਮ ਹੋ ਗਿਆ ਉਹ ਕਹਿੰਦਾ ਕਿਉਂ ਦੇਵਾਂ ਮੈਂ ਮੁੰਡੇ ਨੂੰ ਕਰੋੜ ਵਾਲੀ ਕਾਰ ਲੈ ਦੂੰਗਾ ਹੂੰ ਮੈਂ ਫਲਾਣਾ ਕਰ ਲੂੰਗਾ ਹੂੰ ਅੱਗੇ ਦੋਨਾਂ ਤਰ੍ਹਾਂ ਦੇ ਗੁਣ ਸੀ ਲੈਣ ਵਾਲੇ 'ਚ ਨਿਮਰਤਾ ਦਾ ਗੁਣ ਸੀ ਦੇਣ ਵਾਲੇ 'ਚ ਵੜਪਣ ਦਾ ਗੁਣ ਸੀ ਜੀ ਜੀ ਖਤਮ ਹੋ ਗਿਆ ਅੱਗੇ ਆਪਾਂ ਦੇਖਦੇ ਹਾਂ ਸਰਕਾਰੀ ਸਕੂਲ ਹੁੰਦੇ ਸੀਗੇ ਉੱਥੇ 100 ਜਿਵੇਂ ਤੁਸੀਂ ਕਿਹਾ ਵੀ ਉੱਥੇ 100 ਕਿੱਲੇ ਵਾਲੇ ਦਾ ਜਵਾਬ ਉੱਥੇ ਮਤਲਬ ਬੇਰੁਜ਼ਗਾਰ ਦਾ ਜਾਂ ਕਹਿ ਲਈਏ ਕਿ ਗਰੀਬ ਦਾ ਜਵਾਬ ਦਿਹਾੜੀਦਾਰ ਦਾ ਜਵਾਬ ਪਤਾ ਯਾ ਨਹੀਂ ਲੱਗਦਾ ਹੁੰਦਾ ਸੀ ਵੀ ਕੋਈ ਵੱਡਾ ਹੁਣ ਤਾਂ ਉਹੀ ਗੱਲ ਤੁਹਾਡੇ ਕੋਲ ਕਿ ਕਿੱਲੇ ਕਿੱਲੇ ਸਕੂਲਾਂ ਦਾ ਹੀ ਫਰਕ ਪਈ ਜਾਂਦਾ ਮੈਂ ਕਹਿੰਦਾ ਜੀ ਕਮਾਲ ਹੈ ਤੁਸੀਂ ਪੈਸੇ ਦੀ ਇੰਨਾ ਪ੍ਰਭਾਵ ਹੈ ਹੂੰ ਕਿ ਤੁਹਾਡੀ ਜੁੱਤੀ ਤੋਂ ਲਾ ਕੇ ਵਾਲਾਂ ਦੀ ਜੈਲ ਤੱਕ ਦੱਸਦੀ ਐ ਕਿ ਯਾਰ ਇਹਨਾਂ ਕੋਲੇ ਕਿੰਨਾ ਕੁ ਸੱਚਾ ਕਰਜ਼ੇ ਦੇ ਹੋਵੇ ਹਮ ਹਰ ਚੀਜ਼ ਨੂੰ ਉਹ ਦੱਸਦਾ ਉਹਦੀ ਐਨਕਾਂ ਉਹਦੀ ਘੜੀ ਉਹਦੀ ਸ਼ਰਟ ਉਹਦੀ ਪੈਂਟ ਚਾਹੇ ਵਿੱਚੋਂ ਦੇ ਕੁਝ ਨਾ ਹੋਵੇ ਹਮ ਆਪਦੀ ਹੋਣ ਦਾ ਅਸਾ ਅੱਗੇ ਲੋਕ ਹੋਰ ਤਰੀਕੇ ਨਾਲ ਕਰਦੇ ਸੀ ਫੋਨ ਕਰਕੇ ਫੋਨ ਉਹ ਕਰਦੇ ਨੇ ਚਕਾਚੌਂ ਦੇ ਤਰੀਕੇ ਨਾਲ ਹਮ ਮਹਿੰਗੇ ਕੱਪੜੇ ਬ੍ਰਾਂਡਡ ਕੱਪੜੇ ਪਾ ਕੇ ਦਿਖਾਉਂਦੇ ਆ ਕਿ ਮੈਂ ਉਹ ਐ ਜੋ ਤੂੰ ਨਹੀਂ ਗਾ ਹੂੰ ਤਰੀਕਾ ਬਦਲ ਗਿਆ ਤਰੀਕਾ ਬਦਲ ਗਿਆ ਮਤਲਬ ਇਹ ਕਹਾਂ ਲਾ ਵੀ ਦੇਖਾ ਦੇਖੀ ਦੇ ਵਿੱਚ ਅਸੀਂ ਕਰਜੇ ਜਾ ਕੇ ਨੰਗ ਹੋਣ ਵਾਲੇ ਪਾਸੇ ਵੀ ਤੁਰੀ ਜਾਂਦੇ ਆ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਤੁਸੀਂ ਬੜੇ ਵੱਡੇ ਪੱਤਰਕਾਰ ਹੋ ਤੁਸੀਂ ਕਾਲਟੀ ਆਈ ਪਾ ਕੇ ਵੇਖ ਲਓ ਹੂੰ ਕਿ ਸਾਡੇ ਕਿਸਾਨ ਦੇ ਸਿਰ ਕਿੰਨਾ ਕਰਜ ਹੈ ਹੂੰ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਨੰਬਰ ਲਾਲ ਨਾ ਹੋਊਗਾ ਹੂੰ ਥੋੜੇ ਘੱਟ ਹੋਣਗੇ ਹੂੰ ਸਭ ਨੇ ਚੱਕਿਆ ਹੋਇਆ ਸਭ ਨੇ ਚੱਕਿਆ ਹੋਇਆ ਕਰਜ਼ੇ ਨੂੰ ਅਸੀਂ ਇੱਕ ਮਦਦ ਦੇ ਰੂਪ ਚ ਲੈ ਲਿਆ ਹਾਂ ਦੇਖੋ ਕਰਜ਼ਾ ਸੀ ਸਰਦਾਰ ਮਨਮੋਹਨ ਸਿੰਘ ਵਾਲਾ ਹੂੰ ਕੀ ਕਰਜ਼ਾ ਸੀ ਕਿ 3% 3 ਲੱਖ ਦੀ ਲਿਮਟ ਹੈ ਜਿਹੜੀ ਤੁਹਾਨੂੰ 4-5% ਤੇ ਮਿਲਦੀ ਹੈ ਹੂੰ ਸਿੱਧੂ ਸਾਹਿਬ 1% ਛਵਾ ਅੱਠ ਪੈਸੇ ਹੁੰਦੇ ਆ ਹੂੰ 12.96 ਤੇ 400 ਹੂੰ 1 ਰੁਪਏ ਦੇ 12% ਕਰਜ਼ਾ ਸੀ ਉਹ ਕਿ ਲੈ ਮਿੱਤਰਾ ਆਪਦਾ ਕ੍ਰੌਪ ਇਨ ਕ੍ਰੌਪ ਲੋਨ ਕਹਿੰਦੇ ਮੇਰੇ ਖਿਆਲ ਵੀ ਲੈ ਤੂੰ ਆਪਦਾ ਟਾਈਮ ਪਾਸ ਕਰ ਲੈ ਬੀਲ ਵਾਲਾ ਸਪਰੇਅ ਲੈ ਲੈ ਬੀਲ ਵਾਲਾ ਸਪਰੇਅ ਲੈ ਤੈਨੂੰ ਕਿਸੇ ਆੜਤੀਏ ਨੂੰ ਡੂਡ-ਡੋ ਨਾ ਦੇਣਾ ਪਵੇ ਇਥੋਂ ਡੰਗ ਸਾਰ ਲੈ ਉਹ ਗੱਲ ਖਤਮ ਹੋ ਗਈ ਹੁਣ ਕਰਜ਼ਾ ਲਿਆ ਤੇ ਕੋਠੀ ਪਾਲੀ ਕਰਜ਼ਾ ਲਿਆ ਤਾਂ ਆ ਜਿਹੜੀ ਥਾਰ ਲਿਆਂਦੀ ਹਮ ਕਰਜ਼ੇ ਤੋਂ ਡਰਨੋਂ हट ਗਏ ਹਮ ਉਹਦਾ ਇਹ ਹੈ ਕਿ ਹੌਲੀ 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 ਅਸੀਂ ਮਾਨਸਿਕ ਰੋਗੀ ਹੋ ਰਹੇ ਸੁਸਾਇਡ ਦਾ ਵੀ ਇਹੀ ਕਾਰਨ ਹੈ ਤੁਸੀਂ ਦੇਖੋ ਵੀ ਕੋਈ ਹਰੀ ਜਨ ਐਸੀ ਸੁਸਾਇਡ ਕਿਉਂ ਨਹੀਂ ਕਰਦਾ ਹਾਂ ਕਿਉਂਕਿ ਉਹਦੀਆਂ ਮਾਤਮ ਕਾਂਖਸ਼ਾਵਾਂ ਬੜੀਆਂ ਛੋਟੀਆਂ ਜੀ ਸਾਈਕਲ ਲੈਣਾ ਹੈ ਸਾਈਕਲ ਦਾ ਕਰਜ਼ਾ ਹੌਲੀ ਹੌਲੀ ਰਹਿ ਜਾਂਦਾ ਇੱਥੇ ਜਿਵੇਂ ਜਿਵੇਂ ਮਾਤਮ ਕਾਂਖਸ਼ਾਵਾਂ ਵਧੀਆਂ ਹਮ ਕਿ ਯਾਰ ਮੈਂ ਤਾਂ ਮੈਂ ਇਹ ਤਾਂ ਗੱਲ ਕਰੋ ਆਪਣੇ ਹੈਲੀਕਾਪਟਰ ਨਹੀਂ ਮਿਲਦਾ ਨਹੀਂ ਉਹ ਵੀ ਲੈਣ ਲੱਗ ਪਏ ਜੇ ਕਿਤੇ ਪੁਰਾਣਾ ਮਿਲਦਾ ਹੋਵੇ ਮਨਸਾ ਨਹੀਂ ਇੱਕ ਮੈਂ ਸੁਣਿਆ ਹੈਗਾ ਉਹ ਠਗਵਾੜੀ ਆ ਕੁਮਾਰੀ ਆ ਜੇ ਕਿਤੇ ਮਿਲਦਾ ਹੋਵੇ ਲੈ ਹਣ ਉਥੋਂ ਵੀ ਪਰ ਮਿਲਦਾ ਨਹੀਂਗਾ ਮਿਲਦਾ ਨਹੀਂ ਇੱਕ ਪਰਮਿਸ਼ਨ ਵੀ ਲੈਣੀ ਪਏ ਉਹਨਾਂ ਡਾਣ ਦੀ ਆ ਇਸ ਕਰਕੇ ਸਮੱਸਿਆ ਉਸ ਕਰਕੇ ਸਮੱਸਿਆ ਆਉਂਦੀ ਹੈ ਇੱਕ ਇਹ ਵੀ ਹੈ ਕਿ ਹੁਣ ਜਿਵੇਂ ਬਾਹਰ ਜਾਣ ਦਾ ਜਿਹੜਾ ਟ੍ਰੈਂਡ ਆ ਜਿਹੜਾ ਬਾਹਰ ਹੁਣ ਮਤਲਬ ਹਰ ਦੂਜੇ ਘਰ ਥੋੜੇ ਮਿਲਦਾ ਆਂਢ ਗੁਆਢ ਚੋਂ ਪੰਜ ਸੱਤ ਜਾਣੇ ਤਾਂ ਗਏ ਹੋਣਗੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹਦੇ ਪਿੱਛੇ ਕਿਹੜੇ ਕਾਰਨ ਹੈ ਦੇਖੋ ਵੈਸੇ ਤਾਂ ਇਹਦੇ ਕਾਰਨ ਮੈਂ ਹੁਣ ਸਧਾਰਨ ਪੜਿਆ ਲਿਖਿਆ ਸਧਾਰਨ ਬੁੱਧੀ ਆ ਮੈਂ ਕੋਈ ਪੂਰੀ ਗੱਲ ਤਾਂ ਇਹ ਦੱਸ ਸਕਦਾ ਮ ਸਭ ਤੋਂ ਵੱਡੀ ਗੱਲ ਹੈ ਬੇਰਜ਼ਗਾਰੀ ਠੀਕ ਹੈ ਇੱਕ ਬੰਦਾ ਲੜਕਾ ਲੜਕੀ ਪੀ ਐਚ ਡੀ ਕਰਦੇ ਆ ਨੌਕਰੀ 10000 ਦੀ ਜੀ 15000 ਦੀ ਇੱਕ ਉਹ ਵਿਚਾਰੀ ਜੇ ਕੋਈ ਲੜਕੀ ਹੈ ਉਹ 2000 ਦੀ ਦਸੁਰਖੀ ਬਿੰਦੀ ਲਾ ਲੈਂਦੀ ਹੈ ਮਹੀਨੇ ਚ ਹਮਮ ਹਜ਼ਾਰ ਦੇ ਕੱਪੜੇ ਪ੍ਰੈਸ ਕਰ ਲੈਂਦੇ ਬਚਿਆ ਕੀ ਹੁਣ ਹਮ ਸਭ ਤੋਂ ਵੱਡਾ ਕਾਰਨ ਹੈ ਬੇਰਜ਼ਗਾਰੀ ਠੀਕ ਹੈ ਪਰ ਇਹਨੂੰ ਬੇਰਜ਼ਗਾਰੀ ਵੀ ਨਹੀਂ ਕਹਿ ਸਕਦੇ ਜੈਤੋ ਚ ਇਹ ਜਿਹੇ ਘਰ ਵੀ ਹੈਗੇ ਜਿਹਨਾਂ ਦੇ ਕੋਲ 70 70 ਕਿੱਲੇ ਜ਼ਮੀਨ ਹੈ ਨਹੀਂ ਬੇਰਜ਼ਗਾਰ ਹਮ ਲੇਕਿਨ ਉਹ ਵੀ ਜਾ ਰਹੇ ਆ ਜੀ ਆਪਾਂ ਕਹੀਏ ਵੀ ਕੱਲੀ ਬੇਰਜ਼ਗਾਰੀ ਉਹ ਵੀ ਨਹੀਂ ਹਾਂ ਉਹਦੇ ਪਿੱਛੇ ਚੱਕਾ ਚੌਂਦਾ ਲਾਈਫ ਵੀ ਹੈ ਹੂੰ ਜੋ ਗੱਲਾਂ ਕਰਦੇ ਆ ਉੱਥੇ ਸਾਫ ਸਫਾਈ ਹੈ ਉੱਥੇ ਜੀ ਡਿਸਪਲਨ ਲਾਈਫ ਹੈ ਹੂੰ ਉਹਦੇ ਪਿੱਛੇ ਵੀ ਲੋਕ ਪ੍ਰੇਰਿਤ ਹੋ ਰਹੇ ਨੇ ਜੀ ਬਾਕੀ ਹੁਣ ਕੀ ਕਹਿ ਸਕਦੇ ਆ ਵੀ ਇਹਦੇ ਪਿੱਛੇ ਕੀ ਸਿਨੈਰੀਓ ਹੈ ਹੂੰ ਕੋਈ ਇਹਦੇ ਪਿੱਛੇ ਗੱਲ ਹੈ ਕੀ ਹੈ ਕੁਝ ਨਹੀਂ ਕਿਹਾ ਜਾ ਸਕਦਾ ਲੇਕਿਨ ਅੱਜ ਹੀ ਮੈਨੂੰ ਇੱਕ ਸੇਠ ਨੇ ਦੱਸਿਆ ਹੂੰ ਉਹ ਕਹਿੰਦਾ ਸਾਡੀ ਗਾਹ ਕੀ ਇੰਨੀ ਘਟ ਗਈ ਵੀ ਰਾਤ ਨੂੰ ਅਸੀਂ ਕੋੜਕਪੁਰ ਰੋਡ ਤੇ ਸੇਠ ਹੱਕ ਠੀਕ ਹੈ ਉਹ ਕਹਿੰਦਾ ਰਾਤ ਨੂੰ 9 ਵਜੇ ਤੱਕ ਮੈਂ ਗਾਹ ਤੋਰਦਾ ਸੀ ਠੀਕ ਹੈ ਆਈ ਜਾਂਦੇ ਸੀ ਹੁਣ 7 ਵਜੇ ਦੁਕਾਨ ਬੰਦ ਕਰ ਦਿੰਦੇ ਜਦੋਂ ਕਿਸੇ ਨੂੰ ਪੁੱਛਦੇ ਆ ਵੀ ਤੁਸੀਂ ਸੌਦਾ ਲੈਣ ਨਹੀਂ ਆਏ ਉਹ ਕਹਿੰਦਾ ਮੁੰਡੇ ਤਾਂ ਦੋਨੇ ਕੈਨੇਡਾ ਜਾਵੜੇ ਅਸੀਂ ਬੁੱਢਿਆਂ ਸਾਥੋਂ ਆਇਆ ਨਹੀਂ ਜਾਂਦਾ ਹਮ ਆਉਣ ਵਾਲੇ ਸਮੇਂ ਚ ਇੱਥੇ ਬਜ਼ੁਰਗਾਂ ਦੀ ਗਿਣਤੀ ਬੜੀ ਵੱਧ ਜਾਣੀ ਹੈ ਠੀਕ ਹੈ ਤੁਸੀਂ ਵੇਖੋਗੇ ਹਮ ਉਹਨਾਂ ਨੇ ਕੰਮ ਤਾਂ ਕਰਨਾ ਕੋਈ ਆਉਟਪੁੱਟ ਤਾਂ ਦੇਣੀ ਕੋਈ ਨਹੀਂ ਉਲਟਾ ਦਵਾਈਆਂ ਦੇ ਸਾਹਮਣ ਦੇ ਖਰਚੇ ਹੋਣਗੇ ਹਮ ਯਾਨੀ 10 ਸਾਲਾਂ ਬਾਅਦ ਪੰਜਾਬ ਦਾ ਜਿਹੜਾ ਸਮਾਜਿਕ ਸਿਸਟਮ ਹੈ ਇਹਦੇ ਚ ਤੁਸੀਂ ਵੱਡੇ ਪੱਧਰ ਦੇ ਬਦਲਾਅ ਵੇਖੋਗੇ ਜਿਹੜੇ ਅੱਜ ਤੁਸੀਂ ਮਹਿਸੂਸ ਨਹੀਂ ਕਰਦੇ ਨਹੀਂ ਕਰ ਰਹੇ ਉਹ ਹੋਣਗੇ ਉਹ ਹੋਣਗੇ ਹਾਂ ਤੁਸੀਂ ਆਪਾਂ ਇਸ ਸਮਾਜ ਦੇ ਵਿੱਚ ਜਿਹੜੀਆਂ ਗੱਲਾਂ ਕਰਦੇ ਪਰ ਆਪੇ ਕਰੀ ਵਿੱਚ ਆਪਾਂ ਤੁਹਾਡੇ ਉੱਥੇ ਜਾਂ ਤੁਸੀਂ ਜੰਮੂ ਕਸ਼ਮੀਰ ਬਹੁਤ ਵਾਰੀ ਗਏ ਹੋ ਹਾਂਜੀ ਤੁਹਾਡੇ ਟੂਰ ਰਹੇ ਆ ਕਿਵੇਂ ਆ ਉਹ ਉੱਥੇ ਹਾਲਾਤ ਕਿਵੇਂ ਆ ਤੇ ਕਿਹੋ ਜਿਹਾ ਮਾਹੌਲ ਹੈ ਦੇਖੋ ਜੀ ਸਾਡੇ ਸਰਦਾਰ ਪ੍ਰਗਟ ਸਿੰਘ ਬਰਾੜਾ ਇੱਥੇ ਮੈਂ ਤੇ ਉਹ ਪਹਿਲਾਂ ਬੜਾ ਹਿੰਮਤੀ ਬੰਦਾ ਠੀਕ ਹੈ ਮੈਂ ਉਹਨਾਂ ਪ੍ਰੋਗਰਾਮ ਬਣਾਇਆ ਮੈਂ ਤਾਂ ਹੈਗਾ ਕੋਹਲੀ ਬੰਦਾ ਹੂੰ ਉਹ ਮੈਨੂੰ ਖਿੱਚ ਖਿੱਚਾ ਕੇ ਲੈ ਗਿਆ ਅਸੀਂ ਮੇਰੇ ਖਿਆਲ ਚ 15 ਸਾਲ ਪਹਿਲਾਂ ਗਏ 15 ਸਾਲ ਪਹਿਲਾਂ ਹਾਂ ਅੱਛਾ ਪੱਤਵਾਦ ਉਦੋਂ ਜੋ ਬੰਤੇ ਸੀ ਠੀਕ ਹੈ ਇੱਥੋਂ ਅਸੀਂ ਬਾਈ ਟ੍ਰੇਨ ਗਏ ਤਾਂ ਮੇਰੇ ਖਿਆਲ ਸਾਡਾ ਜਿਹੜਾ ਪਹਿਲਾ ਟੂਰ ਹੈ ਮੈਕਸਿਮਮ 30-3000 ਰੁਪਏ ਸਾਡੇ ਕੋਲੇ ਸੀ 25-2500 ਉਹਦੇ ਨਾਲ ਹੀ ਸਾਡਾ ਸਰ ਗਿਆ ਠੀਕ ਹੈ ਅਸੀਂ ਉੱਥੇ ਸਾਡੇ ਕੋਚਰ ਸਾਫ ਸੀ ਇੱਥੇ ক্রিকেট ਦੇ ਬਹੁਤ ਵੱਡੇ ਕੋਚ ਉਹਨਾਂ ਨੇ ਸਾਨੂੰ ਐਡਰੈਸ ਦਿੱਤਾ ਸੀ ਕਿ ਫਲਾਨੀ ਜਗ੍ਹਾ ਜਾ ਕੇ ਤੁਸੀਂ ਰਹਿ ਪਿਓ ਜਦੋਂ ਅਸੀਂ ਹੋਟਲ 'ਚ ਰਹੇ ਉੱਥੇ 200 ਰੁਪਏ ਨੂੰ ਕਮਰਾ ਸੀ ਐਸੇ ਕਿ ਬੀ ਰੋਟੀ ਦਾ ਖਰਚਾ ਉਹ ਕਹਿੰਦੇ ਯਾਰ ਜੇ ਬਣਾ ਲਓਗੇ ਤਾਂ ਖਰਚਾ ਕੋਈ ਨਹੀਂ ਸਮਾਨ ਪਿਆ ਬਣਾ ਲਓ ਜੇ ਨਹੀਂ ਬਣਾ ਸਕਦੇ ਫਿਰ ਥੋੜਾ ਜਿਹਾ ਪੈਸਾ ਸੀ ਠੀਕ ਹੈ ਦੇਖੋ ਜੰਮੂ ਕਸ਼ਮੀਰ ਹਿੰਦੁਸਤਾਨ ਵਾਸਤੇ ਇੱਕ ਐਸ ਕਿਸਮ ਦੀ ਸਟੇਟ ਹੈ ਜਿੱਥੇ ਹਾਲਾਤ ਸਾਜ਼ਗਾਰ ਨਹੀਂ ਠੀਕ ਹੈ ਜੀ ਅੱਜ ਥੋੜੇ ਬੈਟਰ ਹੋਏ ਹੈ ਪਹਿਲਾਂ ਨਹੀਂ ਸੀ ਪਰ ਮੈਂ ਜਿਹੜਾ ਆਮ ਆਵਾਮ ਹੈ ਉੱਥੋਂ ਦਾ ਜ਼ਿਆਦਾਤਰ ਮੁਸਲਮਾਨ ਪਾਈਚਾਰ ਮੈਂ ਮਹਿਸੂਸ ਕਰਦਾ ਵੀ ਸਾਡੇ ਨਾਲੋਂ ਵੀ ਚੰਗਾ ਹੈ ਅਛਾ ਜੀ ਸਾਡੇ ਨਾਲੋਂ ਵੀ ਚੰਗਾ ਤੁਸੀਂ ਪੁੱਛੋਗੇ ਕਿਵੇਂ ਕਿੰਨੇ ਕਸ਼ਮੀਰੀ ਤੁਹਾਡੇ ਗੁਆਣ ਚ ਵੀ ਜੈਤੋ ਚ ਵੀ ਸ਼ਾਲ ਵੇਚਣਾਉਂਦੇ ਆ ਅੱਜ ਤੱਕ ਕਿਸੇ ਦੀ ਸ਼ਿਕਾਇਤ ਸੁਣੀ ਹੈ ਤੁਸੀਂ ਨਹੀਂ ਨਹੀਂ ਸੁਣੀ ਕੋਈ ਕਿਸੇ ਕਿਸਮ ਦੀ ਵੀ ਨੀ ਕਿਰਾਇਆ ਨੱਪ ਲਿਆ ਕੋਈ ਹੋਰ ਇਧਰ ਉਧਰ ਕੁਝ ਗਲਤ ਕਰਤਾ ਜਦੋਂ ਕਿ ਸਾਡੇ ਲੋਕਾਂ ਦੀ ਸ਼ਿਕਾਇਤ ਆਉਂਦੀ ਹੈ ਇਸ ਕਿਸਮ ਦੀ ਜਿਹੜੀ ਅਸੀਂ ਇੱਥੇ ਵਰਣਨ ਨਹੀਂ ਕਰ ਸਕਦੇ ਸਹੀ ਹੈ ਲੋਕ ਬਹੁਤ ਚੰਗੇ ਆ ਅਸੀਂ ਉੱਥੇ ਡਿਸਟ੍ਰਿਕਟ ਕਲਗਾਮ ਦਾ ਵੱਟੀ گاਉਂ ਹੈ ਉਹਨਾਂ ਦੇ ਕਰੇ ਰਹੇ ਪੂਰੇ ਹੱਤ ਬਾਜ਼ ਠੀਕ ਹੈ ਮੇਰੇ ਖਿਆਲ ਚ ਮੈਨੂੰ ਜਾਤਾ ਈਮਾਨ ਸਹੁਰਿਆਂ ਦੇ ਘਰੇ ਮਿਲਿਆ ਹੋਊਗਾ ਹੂੰ ਨਵੇਂ-ਨਵੇਂ ਗਏ ਨੂੰ ਠੀਕ ਹੈ ਤੇ ਯਾ ਉਹਨਾਂ ਦੇ ਘਰੇ ਮਿਲਿਆ ਹੂੰ ਇੰਨੀ ਸਾਡੀ ਉਹਨਾਂ ਨੇ ਜਿਹਨੂੰ ਇਸਤਕਬਾਲ ਕਹਿੰਦੇ ਹੋ ਸੀ ਉਰਦੂ 'ਚ ਉਹ ਕੀਤਾ ਹਾਂਜੀ ਸਾਡੀ ਉਹਨਾਂ ਨੇ ਆਓ ਭਗਤ ਕੀਤੀ ਵੀ ਮੈਂ ਉਹਨਾਂ ਦਾ ਬਿਆਨ ਨਹੀਂ ਕਰ ਸਕਦਾ ਜੀ ਨਿਰਸਵਾਰਥ ਜੀ ਕੋਈ ਅਸੀਂ ਪੇਇੰਗ ਗੈਸਟ ਨਹੀਂ ਸੀ ਕੋਈ ਪੈਸਾ ਨਹੀਂ ਦਿੱਤਾ ਸੀ ਉਹਨਾਂ ਨੂੰ ਤਾਂ ਇਹ ਮੇਰੇ ਖਿਆਲ 'ਚ ਅਸੀਂ ਹੁਣ ਵੀ ਆ ਜਾ ਰਹੇ ਹਾਂ ਇੱਕ ਦੋ ਦਿਨਾਂ ਨੂੰ ਹੂੰ ਯਾਨੀ ਕਸ਼ਮੀਰ ਨਾਨਕਿਆਂਗ ਹੋ ਗਿਆ ਯੋ ਤੇ ਜਾਂ ਤਾਂ ਲੋਕਾਂ ਨੂੰ ਆਇਆ ਲਾ ਵੀ ਪਤਾ ਨਹੀਂ ਕੀ ਹਾਲਾਤ ਆ ਕੀ ਡਰ ਕੋਈ ਕੁਝ ਨਹੀਂ ਕੋਈ ਹਾਲਾਤ ਦੇਖੋ ਐਕਸੀਡੈਂਟ ਕਿਤੇ ਵੀ ਹੋ ਸਕਦਾ ਹੂੰ ਪੰਜਾਬ ਚ ਕਿਹੜਾ ਹੁੰਦੇ ਨਹੀਂ ਹੂੰ ਉਹਦੇ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਲੇਕਿਨ ਜਿਦੋਂ ਤੁਸੀਂ ਲੋਕਾਂ ਦੀ ਗੱਲ ਕਰਦੇ ਹੋ ਲੋਕ ਤਾਂ ਇੰਨੇ ਚੰਗੇ ਐ ਹੂੰ ਪੰਜਾਬ ਦੇ ਹੱਤਵਾਦ ਚ ਵੀ ਲੋਕ ਕਿੰਨੇ ਕਮਾੜੇ ਸੀ ਹੂੰ ਸਿੱਖ ਭਾਈਚਾਰਾ ਹੂੰ ਬਿਲਕੁਲ ਹੀ ਨਹੀਂ ਮਾੜਾ ਸੀ ਹੂੰ ਅਸੀਂ ਪਿੰਡਾਂ 'ਚ ਹੀ ਰਹਿੰਦੇ ਸੀ ਜੀ ਮੈਂ ਉਦੋਂ ਲਗਭਗ 15 ਸਾਲ ਦਾ ਜਦੋਂ ਇਹ ਕੰਮ ਚੱਲਿਆ ਕਿਸੇ ਨੇ ਕੁਝ ਨਹੀਂ ਕੀਤਾ ਆਮ ਤਾਈ ਚਾਚੀ ਉਹੀ ਸੀ ਅੱਜ ਵੀ ਉਹੀ ਮਤਲਬ ਕੀ ਹੁੰਦਾ ਹੈ ਕਿ ਜਿੱਥੇ ਕੋਈ ਟਾਰਗੇਟ ਕਿਲਿੰਗ ਹੋ ਜੇ ਉਹਦਾ ਤਲਾਸ਼ ਹੀ ਕੋਈ ਨਹੀਂ ਕਰ ਹੁੰਦੀ ਹੈ ਹੂੰ ਹੋ ਜਾਂਦੀ ਹੈ ਉੱਥੇ ਵੀ ਹੋ ਸਕਦੀ ਹੈ ਲੇਕਿਨ ਮੈਂ ਵੀ ਤੁਹਾਨੂੰ ਕਹੂੰਗਾ ਕਿ ਜਾ ਕੇ ਦੇਖ ਕੇ ਆਓ ਮਤਲਬ ਦੁਨੀਆ ਦਾ ਸਵਰਗ ਹੈ ਹੂੰ ਦੇਖਣ ਵਾਲਾ ਨੀਲਾ ਪਾਣੀ ਵਗਦਾ ਜਿਵੇਂ ਲਾਜਵਰ ਕੋਲੇ ਹੁੰਦਾ ਇਸ ਤਰੀਕੇ ਦਾ ਇਸ ਤਰੀਕੇ ਨਾਲ ਤੇ ਜਿਹੜਾ ਉੱਥੋਂ ਦਾ ਸੁਆਪਣ ਹੈ ਹਾਂਜੀ ਉਹਦੇ ਬਾਰੇ ਤਾਂ ਨਿਰਮ ਚਾਤਰਕ ਨੇ ਕਵਿਤਾ ਲਿਖੀ ਹੈ ਪੜੋ ਉੱਥੇ ਜਿਵੇਂ ਤੁਸੀਂ ਲੋਕਾਂ ਬਾਰੇ ਗੱਲਬਾਤ ਕੀਤੀ ਗਿਆਾਂ ਦਾ ਜਿਹੜੇ ਮਤਲਬ ਲੋਕ ਜਾਂਦੇ ਆ ਲੋਕ ਕਿਵੇਂ ਜਿਵੇਂ ਤੁਸੀਂ ਕਹਿੰਦੇ ਸਾਡਾ ਬਹੁਤ ਆਮ ਲੋਕਾਂ ਨਾਲ ਕਿਵੇਂ ਕਿਹੋ ਜਿਹਾ ਵਿਹਾਰ ਹੁੰਦਾ ਉੱਥੇ ਦੇਖੋ ਮੁਸਲਮਾਨ ਧਰਮ ਜਿਵੇਂ ਅਸੀਂ ਉੱਥੋਂ ਸੁਣਿਆ ਹਾਂਜੀ ਕੁਰਾਨ ਸ਼ਰੀਫ ਚ ਲਿਖਿਆ ਹੈ ਕਿ ਅੱਲਾਹ ਕਹਿੰਦਾ ਹੈ ਕਿ ਅਗਰ ਕੋਈ ਮਹਿਮਾਨ ਤੁਹਾਡੇ ਘਰੇ ਆ ਜਾਂਦਾ ਹੈ ਹੂੰ ਤੁਹਾਡੇ ਦੁਆਰ ਤੇ ਆ ਜਾਂਦਾ ਹੈ ਤਾਂ ਸਮਝ ਲਓ ਮੈਂ ਹੀ ਆ ਗਿਆ ਉਸ ਨੂੰ ਆਮ ਕਹਿੰਦੇ ਆ ਬਿਨਾਂ ਜਾਣ ਪਛਾਣ ਤੋਂ ਦੀ ਦੂਰ ਆਪਾਂ ਸਾਡੇ ਘਰੇ ਰਹੋ ਹਰ ਬੰਦੇ ਨੂੰ ਕਹਿੰਦੇ ਆ ਠੀਕ ਹੈ ਉਥੋਂ ਦੀ ਕਰਵੈਤ ਹੈ ਹੂੰ ਉਹਨਾਂ ਦੀ ਧਾਰਮਿਕ ਸਿੱਖਿਆ ਹੈ ਇਹ ਸਿਰਫ ਉਹਨਾਂ ਦੀ ਨਹੀਂ ਇਹ ਹਿੰਦੂਆਂ ਚ ਵੀ ਹੈ ਅਤੀਥੀ ਦੇਵ ਬਾਬਾ ਅਤੀਥੀ ਉਹ ਅਤੀਥੀ ਜਿਹਦੀ ਆਉਣ ਦੀ ਤਿੱਥੀ ਨਾ ਹੋਵੇ ਅਚਾਨਕ ਆ ਜੇ ਉਹ ਰੱਬ ਹੈ ਇਹ ਗੱਲ ਗ੍ਰੰਥ ਸਾਹਿਬ ਚ ਵੀ ਜ਼ਰੂਰ ਲਿਖੀ ਹੋਊਗੀ ਜਿਹੜੀ ਕਿ ਮੈਂ ਹੁਣ ਉਹਨਾਂ ਜਾਣਕਾਰ ਨਹੀਂਗਾ ਜੀ ਬਿਲਕੁਲ ਬਿਲਕੁਲ ਉੱਥੇ ਵੀ ਕਿ ਸਾਡਾ ਸੱਭਿਆਚਾਰ ਇਸ ਕਿਸਮ ਦਾ ਹੈ ਕਿ ਅਤੀਥੀ ਆ ਰੱਬ ਦਾ ਰੂਪ ਹੈ ਇਹ ਲੋਕ ਮੰਨਦੇ ਹਨ ਹੂੰ ਨੰਬਰ ਦੋ ਇਹ ਕੋਣ ਲੋਕਾਂ ਦੀ ਹੋਰ ਕੁਆਲਿਟੀ ਵੇਖੀ ਉਹਨਾਂ ਨੂੰ ਪੁੱਛੋ ਤੁਹਾਡੀ ਫਸਲ ਕਿਵੇਂ ਹੋਈ ਜੀ ਕਹਣਗੇ ਯਾਰ ਅੱਲਾ ਦਾ ਸ਼ੁਕਰ ਹੈ ਜਿਹੜੀ ਹੋ ਗਈ ਠੀਕ ਹੈ ਠੀਕ ਹੈ ਜਦੋਂ ਕਿ ਸਾਡੇ ਗੱਲ 'ਚ ਥੋੜੀ ਜਿਹੀ ਕਮੀ ਆ ਗਈ ਜੇ 60 ਮਣ ਕਣਕ ਹੋ ਜੇ ਤਾਂ ਉਹ ਕਹਿੰਦੇ ਐਂ ਰਾਤ ਕੀ 55 ਰਹਗੀ ਗੱਲ ਬਣੀ ਹੀ ਨਹੀਂ ਹਾਂ ਕਾ 55 ਯਾਨੀ ਸਾਡੇ ਲੋਕਾਂ 'ਚ ਥੋੜੀ ਜੀ ਬਦ ਗੱਲ ਬਦਲੀ ਹੈ ਉਹ 55 ਤੇ ਧੰਨਵਾਦ ਨਹੀਂ ਕਰ ਰਹੇ ਹਾਂ ਹਾਲਾਂਕਿ ਪਿਛਲੇ ਸਾਲ 45 ਹੋਈ ਹੋਵੇ ਉਹ ਕਹਿੰਦੇ ਵੀ ਜੇ 60 ਹੋਈ ਹੈ ਤਾਂ 61 ਹੋਵੇ ਇਹ ਸਾਡੇ 'ਚ ਕਮੀ ਹੈ ਉਹਨਾਂ ਦੇ ਮੁਕਾਬਲੇ 'ਚ ਉਹਨਾਂ ਦੇ ਮੁਕਾਬਲੇ ਜੋ ਮੈਂ ਮਹਿਸੂਸ ਕੀਤੀ ਹੋ ਸਕਦਾ ਮੈਂ ਗ ਹਾਲਾਂਕਿ ਜਿਹੜਾ ਅਲਾਮਤਾਂ ਸਮੱਸਿਆਵਾਂ ਸਾਡੇ 'ਚ ਐ ਉਹਨਾਂ 'ਚ ਵੀ ਹੋਣਗੀਆਂ ਪਰ ਇੰਨੀ ਕਿ ਮੈਂ ਉਹਨਾਂ 'ਚ ਸਾਡੇ ਨਾਲੋਂ ਡਿਫਰੈਂਸ ਦੇਖਿਆ ਇਹ ਫਰਕ ਹੈ ਇਹ ਫਰਕ ਦੇਖਿਆ ਮੈਂ ਇਹ ਫਰਕ ਦੇਖਿਆ ਹਾਂਜੀ ਅੱਛਾ ਆਪਾਂ ਜਿਹੜੀ ਗੱਲਬਾਤ ਕਰ ਰਹੇ ਸੀਗੇ ਵਿਦੇਸ਼ ਜਾਣ ਦੇ ਉੱਤੇ ਸਮਾਜਿਕ ਤਾਣੇ ਦੇ ਬਾਣੇ ਦੇ ਉੱਤੇ ਜਿਹੜੀ ਆਪਾਂ ਚਰਚਾ ਕਰ ਰਹੀ ਸੀ ਉਹਦੇ 'ਚ ਹੁਣ ਇੱਕ ਗੱਲ ਹੋਰ ਵੀ ਨਿਕਲ ਕਿਉਂਦੀ ਹੈ ਵੀ ਜਿਹੜਾ ਤੁਸੀਂ ਨਿਕਲਦੇ ਹੋਗੇ ਬੇਚੈਨ ਨਹੀਂ ਬਣ ਜਾਂ ਨੌਜਵਾਨਾਂ ਦੇ ਵਿੱਚ ਮਤਲਬ ਉਹੀ ਤੁਰੇ ਫਿਰਦੇ ਜਿਹੜੇ ਬਾਹਰ ਗਿਆ ਗਿਆ ਵੱਖਰੀ ਗੱਲ ਪਰ ਇਹ ਇੱਥੇ ਤੁਰੇ ਫਿਰਦੇ ਆ ਉਹ ਐਂ ਜਿਹਾ ਲੱਗਦਾ ਵੀ ਜਿਵੇਂ ਜੰਤੋਂ ਨੂੰ ਪਤਾ ਹੀ ਕੁਝ ਨਹੀਂ ਲੱਗ ਰਿਹਾ ਵਿੱਚ ਹੋ ਕੀ ਰਿਹਾ ਜਾਂ ਉਹਨਾਂ ਨੂੰ ਪਤਾ ਲੱਗਣ ਨਹੀਂ ਦਿੱਤਾ ਜਾ ਰਿਹਾ ਵੀ ਕੀ ਵਾਪਰ ਰਿਹਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਮਤਲਬ ਸੁਣਨੇ ਜੇ ਵਾਰ ਕੇ ਤੁਰੇ ਫਿਰਦੇ ਦੇਖੋ ਗੱਲ ਇਹ ਹੈ ਜਿੰਨੀਆਂ ਕਿ ਮੈਂ ਗੱਲ ਨੂੰ ਮਹਿਸੂਸ ਕਰਦਾ ਜਾਂ ਸਮਝਦਾ ਹਮ ਸਹੀ ਮੈਨੇਚ ਇੱਕ ਅਨਸਰਟੇਨਟੀ ਦਾ ਮਾਹੌਲ ਪੈਦਾ ਹੋ ਗਿਆ ਅਨਿਸ਼ਚਿਤਤਾ ਹਮ ਤੁਸੀਂ ਆਮ ਲੋਕਾਂ ਦੀ ਗੱਲ ਕਰਦੇ ਹੋ ਜਿਨ੍ਹਾਂ ਦੇ 4-4 ਸ਼ੈਲਰ ਲੱਗੇ ਐ 100-100 ਕਿੱਲਾ ਜ਼ਮੀਨ ਐ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਉਹ ਕੋਟਕਪੁਰ ਰੋਡ ਤੇ ਚੱਲੇ ਕਿ ਮਠਨਾ ਰੋਡ ਤੇ ਚੱਲੇ ਉਹਨਾਂ ਨੂੰ ਵੀ ਜੇ ਕੋਈ ਨਮਸਤੇ ਕਰਦੇ ਇੱਥੇ ਇੱਕ ਬਹੁਤ ਵੱਡਾ ਆੜਤੀ ਆ ਮਨਾ ਨਹੀਂ ਲੈਂਦਾ ਜੀ ਇੱਕ ਦਿਨ ਮੈਂ ਉਹਨੂੰ ਕਿਹਾ ਵੀ ਚਾਚਾ ਮੱਥਾ ਟੇਕਦਾ ਹੂੰ ਉਹਨੇ ਮੇਰੀ ਗੱਲ ਨਹੀਂ ਗੋਲੀ ਫਿਰ ਮੈਂ ਉਹਨੂੰ ਦੁਕਾਨ ਤੇ ਗਿਆ ਉਹ ਕਹਿੰਦਾ ਯਾਰ ਮੇਰੇ ਕੋਲ ਕੰਮ ਦਾ ਬਰਡ ਨਹੀਂ ਇੰਨੇ ਹੂੰ ਬੋਝ ਹੀ ਮੈਂ ਇੰਨਾ ਚੱਕੀ ਫਿਰਦਾ ਵੀ ਮੈਨੂੰ ਤਾਂ ਰੋਟੀ ਖਾਣ ਵੀ ਦੱਸਦੇ ਵੀ ਤੂੰ ਖਾਧੀ ਨਹੀਂ ਅੱਜ ਜੀ ਯਾਨੀ ਜਿਆਦਾ ਵੱਡੇ ਲਾਲਚ ਜਾਦਾ ਵੱਡੀਆਂ ਮਤਮ ਕੰਕਸ਼ਾਵਾਂ ਜਾਦਾ ਵੱਡੇ ਪ੍ਰੋਜੈਕਟ ਵਿਢ ਲੇ ਔਰ ਪੂਰਾ ਹੋਣ ਚ ਨਹੀਂ ਆਉਂਦੇ ਤੇ ਜਦੋਂ ਹੁੰਦੇ ਉਹਦੋਂ ਨਵਾਂ ਵਿਢ ਲੈਂਦੇ ਮਤਲਬ ਪ੍ਰੈਕਟੀਕਲ ਵਿੱਚ ਕੁਝ ਹੋਵੇ ਨਾ ਹੋਵੇ ਮੇਰੇ ਅੱਗੇ ਕੋਲੇ ਉਹ ਗੱਲਾਂ ਬਾਤਾਂ ਦੇ ਐਡਾ ਸਿਸਟਮ ਬਣਾਈ ਬੈਠਾ ਮਨ 'ਚ ਕਿ ਆਹ ਕੁਝ ਹੋਊਗਾ ਉਹ ਪੂਰਾ ਨਹੀਂ ਹੋ ਰਿਹਾ ਉਹ ਪੂਰਾ ਨਹੀਂ ਹੋ ਰਿਹਾ ਯਾਨੀ ਕੋਈ ਵੀ ਬੰਦਾ ਸਬਰ ਸ਼ੁਕਰ ਨਾਲ ਨਹੀਂ ਚੱਲਦਾ ਚਾਹੇ ਮੈਂ ਆਂ ਤੇ ਚਾਹੇ ਤੁਸੀਂ ਕੋਈ ਵੀ ਸਾਡੇ 'ਚੋਂ ਜਿਹੇ ਗੱਲ ਉਹਨੂੰ 100 ਰੁਪਏ ਦੀ ਉਹ ਤਾਂ 1000 ਰੁਪਏ ਦਾ ਜਗਾੜ ਵਿੱਡੀ ਬੈਠਾ ਮਨ 'ਚ ਵਿੱਡੀ ਬੈਠਾ ਉਹਦੇ ਨਾਲ ਜਿਹੜੀ ਜੀਵਨ ਦੀ ਚਾਰਮਿੰਗ ਸੀ ਹੂੰ ਜਵਾਨੀ ਦਾ ਪਣ ਸੀ ਹੂੰ ਜਾਂ ਇੱਕ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਅਲਵੇਲਾਪਣ ਸੀ ਉਹ ਖਤਮ ਹੋ ਗਿਆ ਖਤਮ ਹੋ ਗਿਆ ਬਾਕੀ ਕੀ ਹੈ ਬੇਰਜ਼ਗਾਰੀ ਹੈ ਹੂੰ ਨਸ਼ੇ ਵੀ ਹੈ ਹੂੰ ਇੱਕ ਦੂਜੇ ਦਾ ਕੋਈ ਸਹਿਯੋਗ ਨਹੀਂ ਪਰਿਵਾਰਾਂ ਚ ਪਿਓ ਪੁੱਤ ਚ ਸਮੱਸਿਆ ਹੈ ਹੂੰ ਉਹ ਕਹਿੰਦਾ ਮੈਂ ਦੇਣਾ ਕੁਛ ਨਹੀਂ ਉਹ ਕਹਿੰਦਾ ਮੈਂ ਸਾਰਾ ਕੁਝ ਲਵਾਂਗਾ ਹਾਂ ਉਹਦੇ ਨਾਲ ਵੀ ਸਮਾਜਿਕ ਤਾਣ ਜਿੰਨਾ ਪਰਿਵਾਰਾਂ ਚ ਪਿਓ ਪੁੱਤ ਭਰਾ ਬਹਿ ਕੇ ਗੱਲ ਕਰਦੇ ਆ ਜੇ ਗਰੀਬੀ ਹੈ ਮੈਂ ਵੇਖਿਓ ਪਰਿਵਾਰ ਤਰੱਕੀ ਕਰਗੇ ਸਾਡੇ ਇੱਥੇ ਇੱਕ ਪਰਿਵਾਰ ਹੈ ਸਰਦਾਰ ਮਿੱਠੂ ਸਿੰਘ ਬਰਾੜ ਹੈ ਕੋਠਿਆਂ ਦਾ ਠੀਕ ਹੈ ਜੀ ਕੋਠੇ ਮੱਲੇ ਵਾਲੇ ਹਾਂ ਕੋਈ ਬਹੁਤੀ ਫੱਡੀ ਜਾਇਦਾਦ ਨਹੀਂ ਸੀ ਲੇਕਿਨ ਭਰਾਵਾਂ ਦੇ ਸਹਿਯੋਗ ਨਾਲ ਜੀ ਉਹਨੇ ਓਡਾ ਵੱਡਾ ਜਿਗਾੜ ਖੜਾ ਕਰਤਾ ਜਿੰਨਾ ਪੰਜਾਬਿਆਂ ਕੇ ਲਿਆਣ ਦਾ ਹੁੰਦਾ ਠੀਕ ਹੈ ਇੱਕ ਉਦਾਹਰਨ ਹੈ ਇਸ ਇਲਾਕੇ ਚ ਹਮ ਕਿ ਸਹਿਯੋਗ ਕੀ ਹੁੰਦਾ ਹਮ ਮਿੱਤਰ ਭਾਵ ਕੀ ਹੁੰਦਾ ਰਲ ਕੇ ਬਹਿਣਾ ਕਾਸ ਨੂੰ ਕਹਿੰਦੇ ਨੇ ਜੀ ਉਸ ਪਰਿਵਾਰ ਚ ਇਥੇ ਹੋਰ ਵੀ ਪਰਿਵਾਰ ਹੈਗੇ ਨੇ ਅਸਲ ਕੀ ਹੈ ਵੀ ਜਿਹੜਾ ਅਸੀਂ ਰਲ ਕੇ ਬੈਠਣਾ ਸੀ ਹਮ ਪਰਸਪਰ ਵਿਰੋਧ ਬੇਮਤਲਬੀ ਵਿਰੋਧ ਹਾਂ ਕਿਸੇ ਦੀ ਗੱਲ ਨਾ ਸੁਣਨੀ ਕਿਸੇ ਦੀ ਰਾਇ ਨਾ ਲੈਣੀ ਮੇਰੇ ਅਗੇ ਨੂੰ ਜੇ ਕੋਈ ਗੱਲ ਕਹਿੰਦਾ ਉਹ ਪਤਾ ਕਿਸੇ ਗੱਲ ਦਾ ਨਹੀਂ ਨੂੰ ਮੇਰੇ ਅਗੇ ਨੂੰ ਦੋ ਕਹਿੰਦਾ ਮੈਨੂੰ ਤਾਂ ਸਾਰਾ ਹੀ ਪਤਾ ਹੈ ਹਮ ਗੱਲ ਅਗਲੇ ਨੂੰ ਬੋਲਣ ਹੀ ਨਹੀਂ ਦੇਣਾ ਬੋਲਣ ਹੀ ਨਹੀਂ ਦੇਣਾ ਮੌਕਾ ਨਹੀਂ ਦੇਣਾ ਪਹਿਲਾਂ ਹੀ ਕਹਿ ਦੇਣਾ ਮੈਨੂੰ ਤਾਂ ਪਤਾ ਹੈ ਹਾਂ ਇਸ ਮਸਲੇ ਸ ਮੈਂ ਇਹ ਗੱਲ ਹੋਰ ਮਹਿਸੂਸ ਕਰਦਾ ਸਿੱਧੂ ਸਾਹਿਬ ਜਿੰਨੀ ਕਿ ਮੈਨੂੰ ਸਮਝ ਆਇਆ ਮੈਂ ਬਹੁਤਾ ਪੜਿਆ ਨਹੀਂ ਜੀ ਸਮਾਜ ਸਭ ਤੋਂ ਵੱਡੀ ਗਰਾਵਟਾਈ ਧਾਰਮਿਕ ਬੰਦਿਆਂ ਦੇ ਕਰਪਟ ਹੋਣਾ ਧਾਰਮਿਕ ਬੰਦਿਆਂ ਦੇ ਕਰਪਟ ਧਾਰਮਿਕ ਬੰਦਿਆਂ ਦੇ ਜੀ ਇਹ ਗੱਲ ਕਿੱਥੋਂ ਮਹਿਸੂਸ ਹੋਈ ਨਿਰਮੋਦੀ ਨੇ ਜਿੱਡੇ ਕਪੜਾ ਕੀਤਾ ਹੂੰ ਸ਼ਾਇਦ 26000 ਕਰੋੜ ਦਾ ਜੀ ਜਾਂ ਜੋ ਵੀ ਸੀ ਹੁਣ ਮੈਨੂੰ ਫਿਗਰ ਨਹੀਂ ਪਤਾ ਉਦੋਂ ਸਾਡੇ ਮੁਲਕ ਦੇ ਵਿੱਤ ਮੰਤਰੀ ਸ਼੍ਰੀ ਅਰਣੋ ਜੇਟਲੀ ਨੇ ਕਿਹਾ ਸੀ ਕਿ ਕ ਨੂੰ ਇਹ ਨੂੰ ਕੋਈ ਕਾਨੂੰਨ ਨਹੀਂ ਰੋਕ ਸਕਦਾ ਇਸ ਕਪੜੇ ਨੂੰ ਜੀ ਸਾਡਾ اخلاق ਰੋਕ ਸਕਦਾ ਜਿਹੜੇ ਬੈਂਕ ਮੈਨੇਜਰ ਦੀ ਇਨਵੋਲਵਮੈਂਟ ਸੀ ਜਿਹੜੇ ਹਾਇਰ ਅਥਾਰਟੀ ਦੀ ਇਨਵੋਲਵਮੈਂਟ ਸੀ ਉਸ ਲੋਨ ਚ ਜੀ ਅਗਰ ਉਹਨਾਂ ਦਾ اخلاق जागਦਾ ਕਿ ਨਹੀਂ ਇਹ ਤਾਂ ਹੋਣ ਦੇ ਯੋਗ ਹੀ ਨਹੀਂ ਲੋਨ ਤਾਂ ਕਿਵੇਂ ਹੁੰਦਾ ਹਮ ਧਾਰਮਿਕ اخਲਾਕੀਪਣ ਖਤਮ ਹੋ ਗਿਆ ਉਹਨਾਂ ਦਾ ਹਮ ਧਾਰਮਿਕ ਬੰਦੇ ਅੱਗੇ ਪੰਡਤ ਪਾਦੇ ਭਾਈ ਜੀ ਮੌਲਵੀ ਸਿੱਖਿਆ ਦਿੰਦੇ ਸੀ ਵੀ ਜੇ ਤੂੰ ਆਹ ਕਰੇਂਗਾ ਤਾਂ ਤੈਨੂੰ ਪਾਪ ਲੱਗੂਗਾ ਪਾਪ ਲੱਗੂਗਾ ਉਹ ਪਾਪ ਦੀ ਗੱਲ ਖਤਮ ਹੋ ਗਈ ਸਮਾਜ ਚ ਹਮ ਹੁਣ ਪੰਡਤ ਵੀ ਲੋਕਾਂ ਹਜ਼ਾਰਾਂ ਬੰਦਿਆਂ ਦੇ ਸਾਹਮਣੇ ਹਮ ਲੱਖ ਰੁਪਏ ਇਕੱਠਾ ਕਰਕੇ ਕਾਰ ਚ ਰੱਖੀ ਜਾਂਦਾ ਹੈ ਭਾਸ਼ਣ ਕਹਿੰਦਾ ਕਿ ਮਾਇਆ ਨਾਗਣੀ ਹੈ ਆਪ ਸਾਰੇ ਜਾ ਕੇ ਲੈ ਜਾਂਦਾ ਹੈ ਇਹੀ ਕੰਮ ਭਾਈ ਜੀ ਕਰੀ ਜਾਂਦਾ ਹੈ ਇਹੀ ਕੰਮ ਮੌਲਵੀ ਕਰੀ ਜਾਂਦਾ ਹੈ ਇਹੀ ਕੰਮ ਕੋਈ ਧਾਰਮਿਕ ਪ੍ਰਚਾਰ ਕਰੀ ਜਾਂਦਾ ਹੈ ਫਿਰ ਲੋਕ ਸੋਚਦੇ ਆ ਯਾਰ ਵੀ 2 ਘੰਟੇ ਤਾਂ ਇਹਨੇ ਮਾਇਆ ਨੂੰ ਨਿੰਦਣ ਤੇ ਲਾਤੇ ਛੱਡਿਏ ਨੇ ਦੁਆਨੀ ਬਣੀ ਸਾਰਾ ਸਬਾਨ ਹੀ ਜਾ ਕੇ ਲੈ ਗਿਆ ਤਾਂ ਉਹ ਕਹਿੰਦੇ ਯਾਰ ਫਿਰ ਆਪਾਂ ਵੀ ਇਹੀ ਕੋਸ਼ਿਸ਼ ਕਰੋ ਇਹੀ ਕੋਸ਼ਿਸ਼ ਕਰੋ ਅਗਰ ਇਹ ਲੋਕ اخਲਾਕੀ ਤੌਰ ਤੇ ਹੁੰਦੇ ਚੰਗੇ ਤਾਂ ਸ਼ਾਇਦ ਸਮਾਜ ਚ ਇੰਨੀ ਗਰਾਫਟ ਨਾ ਆਉਂਦੀ ਜੀ ਔਰ ਤੁਸੀਂ ਦੇਖੋ ਜਿਹੜੇ ਪਿੰਨਾ ਚ ਡੇਰੇ ਗੁਰਦੁਆਰਿਆਂ ਦੇ ਮੰਤ ਪੰਤਾਂ ਦੇ ਮੰਤ اخਲਾਕੀ ਤੌਰ ਤੇ ਅੱਜ ਤੱਕੜੇ ਹੈ ਲੋਕ ਉਹਨਾਂ ਦੀ ਗੱਲ ਮੰਨਦੇ ਆ ਮੰਨਦੇ ਵੱਡੇ ਵੱਡੇ ਕਾਰਾਂ ਵਾਲੇ ਉਹਨਾਂ ਦੇ ਗੋਡੀਆਂ ਹੱਥ ਲਾਉਂਦੇ ਆ ਉਹ ਕਹਿੰਦੇ ਜਿਵੇਂ ਕਿ ਬੋਰੇ ਵਾਲੇ ਸੰਤ ਸੀ ਜੀ ਉਹ ਕਹਿੰਦੇ ਸੀ ਭਾਈ ਆਹ ਕੰਮ ਕਰਨਾ ਹੈ ਲੋਕ ਮੰਨਦੇ ਸੀ ਕਿਉਂਕਿ ਉਹ ਆਪ ਸੱਚੇ ਸੁੱਚੇ ਸੀ ਹਮ اخلاق ਉਹਨਾਂ ਦਾ ਉੱਚਾ ਸੀ ਸਾਰੀਆਂ ਗੱਲਾਂ ਤੁਹਾਡੇ ਅੰਦਰ ਦੇ اخلاق ਨਾਲ ਜੁੜ ਗਿਆ ਜਦੋਂ ਤੁਸੀਂ ਉਹ ਕਮਜ਼ੋਰ ਕਰ ਲਿਆ ਚਾਹੇ ਉਹ ਪੋਲਿਟਿਕਲ ਬੰਦਾ ਹੈ ਚਾਹੇ ਉਹ ਧਾਰਮਿਕ ਬੰਦਾ ਹੈ ਚਾਹੀ ਉਹਨੂੰ ਪੱਤਰਕਾਰ ਵੀ ਹੈ ਕੋਈ ਵੀ ਹੈ ਸਮਾਜ ਦਾ ਕੋਈ ਵੀ ਰੂਪ ਹੈ ਜਦੋਂ ਉਹਨੇ ਆਪਦੇ ਆਪ ਨੂੰ ਗ੍ਰਾਫਟ ਵਾਲੇ ਪਾਸੇ ਲੈ ਗਿਆ ਮੈਂ ਇਹ ਜਿਹੜਾ ਤੁਸੀਂ ਕਿ ਉਹਨੂੰ ਤਣਾ ਕਿਉਂ ਹੈ ਇਹਦੇ ਪਿੱਛੇ ਇਹਨਾਂ ਲੋਕਾਂ ਦਾ ਧਾਰਮਿਕ ਬੰਦੇ ਅਗਰ ਚਾਹੁੰਦੇ ਹਾਂ ਇਹ ਤਣਾ ਕਿਸੇ ਹੱਦ ਤੱਕ ਘੱਟ ਹੋ ਸਕਦਾ ਸੀ ਖਤਮ ਤਾਂ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਘੱਟ ਹੋ ਸਕਦਾ ਸੀ ਘੱਟ ਹੋ ਸਕਦਾ ਇਹ ਗੱਲ ਮੈਂ ਮਹਿਸੂਸ ਕਰਦਾ ਹਾਂ ਪਤਾ ਨਹੀਂ ਸਹੀ ਹੈ ਕੀ ਗੱਲ ਤਾਂ ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਮਤਲਬ ਜਿਹੜੀ ਚੀਜ਼ ਨੂੰ ਨਿੰਦਣ ਤੇ ਤੁਸੀਂ ਕਿਹਾ ਵੀ ਜ਼ੋਰ ਲਾ ਆਂਦੇ ਸਾਰਾ ਉਹ ਚੀਜ਼ ਹੀ ਸਭ ਤੋਂ ਪਹਿਲਾਂ ਆਪ ਵੀ ਸਾਰਾ ਸਮਾਨ ਚੱਕ ਕੇ ਲੈ ਜਾਂਦੇ ਆ ਜੇ ਕਿਤੇ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਭਾਈ ਕੁਟਿਆ ਅੱਗੇ ਕੁਟਿਆ ਹੁੰਦੀ ਸੀਗੀ ਐਵੇਂ ਕਾਨਿਆਂ ਦੀ ਹੁਣ ਹਰੇਕ ਡੇਰੇ 'ਚ ਮਹਿਲ ਪਾਏ ਹੋਏ ਆ ਤੇ ਕੁਟਿਆ ਕਿੱਥੇ ਰਹਿ ਗਈ ਉਹ ਅੱਗੇ ਤੁਰ ਕੇ ਜਾਂਦੇ ਸੀ ਹਾਂ ਹੁਣ ਫਾਰਚੂਨਰ ਰੱਖੀ ਐ ਅਗਲਾ ਕਹਿੰਦੇ ਯਾਰ ਬਾਬਾ ਤਾਂ ਫਾਰਚੂਨਰ ਤੇ ਆਇਆ ਤੇ ਮੇਰਾ ਸਾਈਕਲ ਵੀ ਵਕਾਉਣ ਨੂੰ ਫਿਰਦਾ ਤੇ ਕਿਉਂ ਨਾ ਆਪਾਂ ਵੀ ਬਾਬੇ ਬਣ ਜੀਏ ਹੁਣ ਪੋਤੇ ਬਣਨ ਚ ਤਾਂ ਮਿਲਿਆ ਕੁਛ ਨਹੀਂ ਬਾਬੇ ਬਣ ਜੋ ਇਸ ਕਰਕੇ ਅਗਰ ਇਸ ਥੋੜਾ ਜਿਹਾ ਧਿਆਨ ਦੇਣ ਹਲੇ ਵੀ ਹਮ ਮੇਰੇ ਖਿਆਲ ਚ ਗੱਲਾਂ ਸੁਣਦੇ ਆ ਵੀ ਡੀ ਐਮ ਸੀ ਚ ਇੱਕ ਲੜਕਾ ਬਹਿੰਦਾ ਉਹਨੂੰ ਬਾਹਰੋਂ ਫੰਡਿੰਗ ਆਉਂਦੀ ਐ ਉਹਦਾ اخلاق ਦਾ ਲੈਵਲ ਹੀ ਇੰਨਾ ਉੱਚਾ ਕਰ ਲਿਆ ਉਹਨੇ ਵੀ ਲੋਕੀ ਬਿਨਾਂ ਕਿਸੇ ਹਾਕ ਦਾ ਆਪ ਤੋਂ ਪੈਸਾ ਦੇ ਰਹੇ ਆ ਉਹਨੂੰ ਹਮ ਤੁਹਾਨੂੰ ਤਾਂ ਜਿਆਦਾ ਪਤਾ ਹੋਊ ਕੌਣ ਐ ਜੀ 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 ਜਿੱਦਿਉਂ ਨੇ اخلاق ਕਮਜ਼ੋਰ ਕਰ ਲਿਆ ਉਹਨੇ ਵੀ ਕਿਤੇ 5 ਕਰੋੜ ਵਾਲੀ ਕੋਠੀ ਲੈ ਲਈ ਹਾਂ ਉਹਦੇ ਫੰਡੋਂ ਹਟ ਜੂਗਾ ਹਾਂਡੋਂ ਹਟ ਜੂਗਾ ਇਹ ਗੱਲ ਤਾਂ ਲੀਕ ਹੋਊਗੀ ਹੂੰ ਇਹੀ ਗੱਲ ਹੈ ਬਸ ਅੰਤ ਤਾਂ ਹੁੰਦਾ ਇੱਕ ਦਿਨ ਜਾ ਕੇ ਜੇ ਤੁਸੀਂ ਬੁਰਾ ਕਰਦੇ ਹੋ ਤਾਂ ਕਿਵੇਂ ਨਾ ਪਤਾ ਲੱਗੂਗਾ ਹੂੰ ਤੁਹਾਡੀ ਆਤਮਾ ਤਾਂ ਤੁਹਾਨੂੰ ਰੋਜ਼ ਹੀ ਕਹਿੰਦੀ ਹੈ ਜੀ ਸਮਾਂਝ ਥੋੜਾ ਜਿਹਾ ਬਚ ਕੇ ਲੱਗ ਜਾਂਦਾ ਸਮਾਂਝ ਥੋੜਾ ਜਿਹਾ ਜਦੋਂ ਪਤਾ ਲੱਗ ਜਾਂਦਾ ਹੂੰ ਮਤਲਬ ਕਿੰਨਾ ਵੀ ਪੈਸਾ ਜੋੜ ਲੇ ਕੁਛ ਵੀ ਕਰ ਲੇ ਇੱਕ ਦਿਨ ਤਾਂ ਆ ਕੇ ਬੰਦਾ ਸੀਸੇ ਅੱਗੇ ਜਦੋਂ ਖੜਾ ਹੁੰਦਾ ਹੈ ਜਵਾਬ ਤਾਂ ਆਪਦੇ ਆਪ ਨੂੰ ਦੇਣਾ ਪੈਂਦਾ ਤੁਸੀਂ ਪੈਸੇ ਦੀ ਗੱਲ ਦੇਖੋ ਹੂੰ ਕਹਿੰਦੇ 라वण ਕੋਲੇ ਸੀ ਉਹਨੇ ਦੀ ਲੰਕਾ ਸੀ ਪਤਾ ਨਹੀਂ ਸੀ ਕਿ ਨਹੀਂ ਸੀ ਜੀ ਗ੍ਰੰਥ ਸਾਹਿਬ ਦੇ ਵੀ ਸ਼ਲੋਕ ਆਉਂਦੇ ਨੇ ਹਾਂ ਵੀ ਜਦੋਂ ਉਹਨਾਂ ਲੋਕਾਂ ਦਾ ਜਦੋਂ ਵਿਭਾਚਾਰੀ ਹੋ ਗਏ ਉਹ ਹੂੰ ਸਿਸਟਮ ਤੋਂ ਡਿੱਗ ਪਏ ਹੂੰ ਤਾਂ ਫਿਰ ਉਹਨਾਂ ਦਾ ਅੰਤ ਹੋ ਗਿਆ ਆਮ ਬੰਦਿਆਂ ਕੋਲ ਤਾਂ ਕੀ ਹੋ ਸਕਦਾ 100 ਕਿ ਲਾਹੂ 200 500 ਹੋ ਹੂੰ ਜਦੋਂ ਵੀ ਤੁਸੀਂ ਦੇਖੋ ਨਰਿੰਦਰ ਕਪੂਰ ਆਪਦੀ ਕਿਤਾਬ ਚ ਲਿਖਦਾ ਮੈਨੂੰ ਸਾਡੇ ਸਰਦਾਰ ਜੈਪ ਸਿੰਘ ਅਮੀਰਗੜ ਮੇਰਾ ਦੋਸਤ ਹੈ ਉਹਨੇ ਦੱਸਿਆ ਉਹ ਕਹਿੰਦਾ ਪਹਿਲੀ ਪੀੜੀ ਮਜ਼ਦੂਰੀ ਕਰਦੀ ਹੈ ਜੀ ਦੂਜੀ ਪੀੜੀ ਮਜ਼ਦੂਰੀ ਦੇ ਨਾਲ ਥੋੜੀ ਜਿਹੀ ਐਸ਼ ਕਰਦੀ ਹੈ ਜੀ ਤੀਜੀ ਪੀੜੀ ਨਰੋਲ ਹੀ ਐਸ਼ਤੀ ਹੋ ਜਾਂਦੀ ਹੈ ਤੇ ਚੌਥੀ ਪੀੜੀ ਫੇਰ ਮਜ਼ਦੂਰੀ ਤੇ ਆ ਜਾਂਦੀ ਹੈ ਇਹ ਸੂਲ ਹੈ ਜੀ ਕਿ ਜਿਵੇਂ ਜਿਵੇਂ ਤੁਸੀਂ ਆਪਦੇ ਆਪ ਨੂੰ ਸਿਸਟਮ ਚੋਂ ਪਾਸੇ ਕਰੀ ਜਾਂਦੇ ਹੋ ਹੂੰ ਥੋੜੀ ਜਿਹੀ ਕਮਜ਼ੋਰੀਆਂ ਆ ਜਾਂਦੀਆਂ ਕਮਜ਼ੋਰੀਆਂ ਆ ਜਾਂਦੀਆਂ ਜਿਵੇਂ ਤੁਸੀਂ ਕਿਹਾ ਵੀ ਮਤਲਬ ਬੋ ਆਪਾਂ ਬੋਝ ਦੀ ਗੱਲ ਕੀਤੀ ਸੀ ਪਹਿਲਾਂ ਵੀ ਲੋਕ ਤੁਰੇ ਜਾਂਦੇ ਆ ਬੋਝ ਸਿਰ ਤੇ ਆਉ ਹੈ ਬੋਝ ਦਾ ਕਾਰਨ ਫਜ਼ੂਲ ਖਰਚੇ ਵੀ ਹੈ ਬਿਲਕੁਲ ਜੀ ਹੂੰ ਤੁਸੀਂ ਮੈਨੂੰ ਹੋਰ ਦੱਸੋ ਗੱਲ ਹਾਂ ਆਮ ਹੀ ਤੁਸੀਂ ਸੁਣਿਆ ਹੁਣ ਤਾਂ ਇਹ ਛੋਟੇ ਕਸਬਿਆਂ 'ਚ ਵੀ ਆ ਗਿਆ ਵੀ ਤੁਸੀਂ ਕਿੱਥੇ ਗਏ ਸੀ ਕਹਿੰਦੇ ਅੱਜ ਅਸੀਂ ਫਿਰ ਬਠਿੰਡੇ ਗਏ ਸੀ ਰੋਟੀ ਖਾਣ ਅੱਗੇ ਕਿੱਥੇ ਸੀ ਹੈ ਹੂੰ ਅੱਜ ਤੁਸੀਂ ਕਿੱਥੇ ਗਏ ਸੀ ਸਿਨੇਮਾ ਦੇਖਣ ਬਠਿੰਡੇ ਗਏ ਸੀ ਹੂੰ ਕੱਪੜੇ ਲੈਣ ਬਠਿੰਡੇ ਗਏ ਸੀ ਹੂੰ ਲੁਧਿਆਣਾ ਵੀ ਜਾਂਦੇ ਆ ਚੰਡੀਗੜ੍ਹ ਜਾਂਦੇ ਹੂੰ ਜਦੋਂ ਤੁਸੀਂ ਅਨਸੈਸਰੀ ਖਰਚੇ ਕਰੋਗੇ ਤੁਸੀਂ ਤਾਂ ਕਰ ਰਹੇ ਹੋ ਹੋਣ ਦੇ ਬਾਵਜੂਦ ਮੇਰੇ ਅੱਗੇ ਨੂੰ ਰੀਸ ਲਾ ਰਹੇ ਹੋ ਜਿਹਦੇ ਕੋਲ ਹੈ ਨਹੀਂ ਸਮਾਜ ਤੇ ਬੁਰਾ ਅਸਰ ਪਾ ਰਹੇ ਹੋ ਹਾਂ ਕਿਸੇ ਨੇ ਕਿਹਾ ਸੀ ਨਾ ਵੀ ਆਪ ਦਾ ਗੁੜ ਚੋਰੀਆਂ ਖਾਈਏ ਇਸੇ ਕਰਕੇ ਕਿਹਾ ਸੀ ਕਿ ਜੇ ਤੁਹਾਡੇ ਕੋਲ ਹੈਗਾ ਤਾਂ ਉਹਨੂੰ ਚੋਰੀਆਂ ਘਬਰਤਲਾ ਗਵਾਨੀ ਨੂੰ ਕੁਰਾਨ ਸ਼ਰੀਫ ਚ ਵੀ ਲਿਖਿਆ ਉਹ ਕਹਿੰਦਾ ਰੋਟੀ ਖਾਣ ਤੋਂ ਪਹਿਲਾਂ ਪੰਜ ਕਰ ਸੱਜੇ ਖਾਵੇ ਦੇਖੋ ਭੁੱਖਾ ਤਾਂ ਨਹੀਂ ਬੇਟਾ ਹੂੰ ਤੇ ਅਸੀਂ ਦੇਣਾ ਤਾਂ ਕਿਸੇ ਨੂੰ ਕੀ ਹੈ ਸਗਾਂ ਦੀ ਦਿਖਾ ਕੇ ਖਾਣ ਲੱਗ ਦਿਖਾਏ ਜਾਣ ਲੱਗ ਉਹਦੇ ਨਾਲ ਸਮਾਜ ਤੇ ਬੁਰਾ ਅਸਰ ਪੈਂਦਾ ਤੁਹਾਡੇ ਤੇ ਬੁਰਾ ਅਸਰ ਆ ਜਿਹੜੇ ਮਹਿੰਗੇ ਵਿਆਹ ਤੇ ਮਹਿੰਗੇ ਭੂ ਭੋਜ ਤੇ ਵੀ ਮਤਲਬ ਅਨਨੈਸੈਸਰੀ ਖਰਚੇ ਹੋਗੇ ਸਾਡੇ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਮੇਰੇ ਗਾ ਜਿਉਂਦੇ ਜੀਵ ਤਾਂ ਢੂਈ ਨਹੀਂ ਮਾਰਦਾ ਫਿਰ ਉੱਥੇ ਜਲੇਬੀਆਂ ਤੇ ਜ਼ੋਰ ਦੇ ਦਿੰਦਾ ਵੀ ਹੁਣ ਰਿਸ਼ਤੇਦਾਰਾਂ ਚ ਸਾਲੀਆਂਾਂ ਭਣੋਆਂ ਚ ਆਏ ਲੱਗੇ ਵੀ ਬੜੀ ਸੇਵਾ ਕਰਦਾ ਸੀ ਪਤਾ ਉਹਨਾਂ ਨੂੰ ਹੁੰਦਾ ਹੀ ਹੈ ਕਿ ਸੇਵਾ ਸੁਭਾਏ ਕਰਦਾ ਨਹੀਂ ਸੀ ਕਿਉਂਕਿ ਉਹਨਾਂ ਨੇ ਵੀ ਨਹੀਂ ਕੀਤੀ ਹੁੰਦੀ ਸਾਰੇ ਸਮਾਜ ਚ ਹਾਲ ਇੱਕੋ ਹੀ ਹੋ ਗਿਆ ਨਾ ਉਹਨਾਂ ਨੇ ਕੀਤੀ ਹੈ ਨਾ ਇਥੋੜੇ ਨੇ ਕੀਤੀ ਵੀ ਬੁਰੇ ਨੂੰ ਬੁਰਾ ਕਿਉਂ ਕਹਿਣ ਲੱਗ ਗਏ ਹਟ ਕਿਉਂ ਨਹੀਂ ਕਹਿੰਦੇ ਹਾਂ ਕਿਸੇ ਨੂੰ ਪੁਆਇੰਟ ਆਊਟ ਕਿਉਂ ਨਹੀਂ ਕਰਦੇ ਵੀ ਯਾਰ ਤੂੰ ਗਲਤ ਹੈ ਕਿਉਂਕਿ ਖੁਦ ਗਲਤ ਹੁੰਦਾ ਉਹ ਕਹਿੰਦਾ ਯਾਰ ਇਹ ਚ ਪੰਜ ਗਲਤੀਆਂ ਮੇਰੇ ਚ 6 ਚੋਪੀ ਕਰ ਜੋ ਸਮਾਜ ਚ ਇੱਕ ਦੂਜੇ ਨੂੰ ਬੁਰਾ ਕਹਿਣ ਨੂੰ ਕਿਉਂ ਹਟ ਗਏ ਆਪਾਂ 10 ਬੰਦੇ ਬੈਠੇ ਆ 10 ਚ ਕਮੀਆਂ ਮੇਰਾ ਤਜਰਬਾ ਹੈ ਉਹ ਇੱਕ ਦੂਜੇ ਨੂੰ ਵੜਿਆਈ ਜਾਂਦੇ ਆ ਵੀ ਹਾਂ ਹਾਂ ਕਹਿੰਦੇ ਕਿਉਂ ਨਹੀਂਗੇ ਇਸ ਕਰਕੇ ਨਹੀਂ ਕਹਿੰਦੇ ਕਿ ਸਾਰਿਆਂ ਦੀ ਕਮੀਆਂ ਸਾਡੇ ਚ ਮੇਰੇ ਚ ਵੱਧ ਦਾ ਤੁਹਾਡੇ ਚ ਕਿੰਦੀ ਘਾਟ ਆ ਸਕਨ ਇਸ ਕਰਕੇ ਉਹ ਕਹਿੰਦਾ ਯਾਰ ਆਪਾਂ ਲੈਣਾ ਕੀ ਜਿਵੇਂ ਢੋਲ ਵਜਦਾ ਵਜਾਈ ਚੱਲੋ ਤੇਖੀਰ ਗੱਲ ਦੇਣੀ ਪੈਣੀ ਆ ਸਭ ਨੂੰ ਦੇਣੀ ਪੈਣੀ ਆ ਦੇਖੋ ਤੁਸੀਂ ਮੇਰੀ ਗੱਲ ਸੁਣੋ ਹਾਂ ਅਗਰ ਕੋਈ ਸਮਾਜ ਚ ਆਲਾਮ ਤਾਂ ਆ ਗਈ ਦਾਜ ਦੀ ਆਈ ਹਾਂ ਦਾਜ ਨੇ ਭੂਣ ਹੱਤਿਆ ਲਿਆਂਦੀ ਲਿਆਂਦੀ ਭੂਣ ਹੱਤਿਆ ਨੇ ਹੁਣ ਇਹ ਸਿਸਟਮ ਕਰਤਾ ਕਿ ਕਹਿੰਦੇ ਮੈਨੂੰ ਕਿਸੇ ਬੰਦੇ ਨੇ ਦੱਸਿਆ ਕਿ ਕੋਟ ਕਪੂਰੇ ਚ ਐਨੇ ਲਾਲਿਆਂ ਦੇ ਮੁੰਡੇ ਅਨਮੈਰਿਡ ਬੈਠੇ ਆ ਹਾਂ ਕਿ ਜੇ ਸਰਵੇ ਕਰਨਾ ਹੋਵੇ ਤਾਂ ਸੈਂਕੜੇ ਹਜ਼ਾਰਾਂ ਦੇ ਨਿਕਲ ਸਕਦੇ ਆ ਹੂੰ ਦਾ ਕਾਰਨ ਭੂਣ ਹੱਤਿਆ ਭੂਣ ਹੱਤਿਆ ਅਸੀਂ ਭੂਣ ਹੱਤਿਆ ਕੀਤੀ ਪਹਿਲਾਂ ਦਾਜ ਦੇ ਮਾਰਿਆ ਨੇ ਬਿਲਕੁਲ ਹੁਣ ਅਸੀਂ ਲੜਕੀਆਂ ਲੱਭ ਰਹੇ ਹਾਂ ਮਿਲਦੀਆਂ ਨਹੀਂ ਹਾਂ ਇੰਟਰ ਕਾਸਟ ਮੈਰिज ਨੂੰ ਇਸੇ ਚੀਜ਼ ਨੇ ਪ੍ਰੇਰਿਤ ਕੀਤਾ ਹਾਲਾਂਕਿ ਇੱਕ ਚੰਗਾ ਪੱਖ ਹੈ ਜਾਤ-ਪਾਤ ਖਤਮ ਹੋ ਰਹੀ ਹੈ ਲੇਕਿਨ ਇਹ ਜੇ ਆਪਾਂ ਕਹੀਏ ਵੀ ਕੋਈ ਲੋਕ ਸਿਆਣੇ ਹੋਗੇ ਸਿਆਣੇ ਨਹੀਂ ਮਜਬੂਰੀ ਹੋਗੀ ਮਜਬੂਰੀ ਹੋਗੀ ਜੇ ਆਪਾਂ ਕਹੀਏ ਵੀ ਲੋਕਾਂ ਚ ਕੋਈ ਜਾਤ-ਪਾਤ ਜਾਤ-ਪਾਤ ਉਹ ਨਹੀਂ ਹੈ ਹਾਂ ਊਚ-ਨੀਚ ਪੈਸੇ ਦਾ ਬੋਨ ਨਹੀਂ ਹੈ ਲੇਕਿਨ ਮਜਬੂਰੀ ਨਹੀਂ ਉਹਨਾਂ ਨੂੰ ਇਸ ਕਗਾਰ ਤੇ ਖੜੇ ਕਰਤਾ ਉਹ ਕਹਿੰਦੇ ਜੀ ਅਸੀਂ ਤਾਂ ਹੁਣ ਮਾਡਰਨ ਹੋ ਗਏ ਮਾਡਰਨ ਨਹੀਂ ਹੋਏ ਮਜਬੂਰ ਹੋ ਗਏ ਮਜਬੂਰ ਹੋ ਗਏ ਉਹ ਕਹਿੰਦੇ ਚਲੋ ਜੋ ਮਿਲਦਾ ਉਹ ਹੀ ਲਿਓ ਉਹ ਹੀ ਲਿਓ ਮਤਲਬ ਜਿਹੜੀ ਚੀਜ਼ ਜਿਵੇਂ ਆਈ ਲੈਟਸ ਨੇ ਕੁੜੀਆਂ ਦੀ ਕਦਰ ਪਾਤੀ ਵੀ ਹੁਣ ਅਗਲਾ ਕਹਿੰਦਾ ਵੀ ਗੇ ਕੀਤੀ ਐ ਤਾਂ ਚੱਕੋ ਬਈ ਲਾਓ ਪੈਸੇ ਤੇ ਮੁੰਡੇਆਂ ਦੀ ਕੁੜੀਆਂ ਦੀ ਕਦਰ ਪਾਤੀ ਮੁੰਡੇਆਂ ਦੀ ਮਜਬੂਰੀ ਬਣਾਤੀ ਹਮ ਸ਼ੌਕ ਨਹੀਂ ਉਹਨਾਂ ਦਾ ਸ਼ੌਕ ਨਹੀਂ ਮੇਰੀ ਗੱਲ ਸੁਣੋ ਜੇ ਪਿੰਡਾਂ ਚ ਸ਼ਮਸ਼ਾਨ ਘਾਟ ਅੱਡ ਵੀ ਆ ਸਾਡੇ ਅੱਜ ਹਾਂਜੀ ਮੰਦਰ ਚ ਫਰਕ ਐ ਆ ਫਲਾਨਿਆਂ ਦਾ ਫਲਾ ਚਲੋ ਮੰਦਰ ਸ਼ਾਇਦ ਨਹੀਂ ਹੋਣੇ ਸ਼ਮਸ਼ਾਨ ਘਾਟ ਦੀ ਮੈਂ ਗੱਲ ਕਰਦਾ ਇਹ ਲੋਕ ਸਿਆਣੇ ਹੋ ਕੇ ਨਹੀਂ ਕਰ ਰਹੇ ਮਜਬੂਰੀ ਚ ਕਰ ਰਹੇ ਐ ਮਿਲਦੀਆਂ ਨਹੀਂ ਕੁੜੀਆਂ ਹਮ ਮੈਂ ਕਹਿੰਦਾ ਤੁਸੀਂ ਇਸ ਵਕਤ ਸਭ ਤੋਂ ਵੱਡੀ ਸਮੱਸਿਆ ਹੀ ਇਹ ਹੈ ਹਾਂ ਮੈਂ ਤਾਂ ਵਿਚਰਦਾ ਮੈਂ 8-10 ਰਿਸ਼ਤੇ ਵੀ ਕਰਵਾਏ ਹੂੰ ਸਭ ਤੋਂ ਵੱਡੀ ਸਮੱਸਿਆ ਹੂੰ ਐਵੇਂ ਲੋਕ ਕਹਿੰਦੇ ਫਿਰਦੇ ਆ ਕਿ ਜੀ ਆਪਾਂ ਤਾਂ ਪ੍ਰੋਬਲਮ ਹੀ ਕੋਈ ਨਹੀਂ ਹਾਂ ਅੰਦਰੋਂ ਅੰਦਰ ਹੀ ਟੁੱਟ ਰਿਹਾ ਹੈ ਕਿ ਯਾਰ ਲੇਟ ਹੋ ਰਿਹਾ ਹੈ ਬੱਚੇ ਹੂੰ ਸਭ ਤੋਂ ਵੱਡੀ ਸਮੱਸਿਆ ਇਹ ਸਮੱਸਿਆ ਆ ਗਈ ਸਮੱਸਿਆ ਦਾ ਕਾਰਨ ਪ੍ਰੂਨ ਹੱਤਿਆ ਤੇ ਹੁਣ ਨਹੀਂ ਹੋਰ ਵੀ ਕਾਰਨ ਹੈ ਹਾਂ ਬਰਾਬਰ ਦਾ ਹੋਵੇ ਬਰਾਬਰ ਤਾਂ ਹੋਵੇ। ਬਰਾਬਰ ਤਾਂ ਹੋ। ਹਾਂ ਇਹ ਵੀ ਇੱਕ ਗੱਲ ਹੈ। ਇੱਕ ਨਹੀਂ ਵੱਡੀ ਗੱਲ ਹੈ। ਕਹਿੰਨ ਨੂੰ ਕੁਝ ਕਹੀ ਜਾਣ। ਹਾਂ ਕਿ ਨਹੀਂ ਜਿਦਾਜ ਨਹੀਂ ਲੈਣਾ ਪਰ ਪੁੱਛਦੇ ਵੀ ਯਾਰ ਕੁੜੀ ਦੇ ਪਿਓ ਕੋਲ ਜ਼ਮੀਨ ਕਿੰਨੀ ਹੈ? ਵੀ ਜਦ ਤੂੰ ਲੈਣਾ ਕੁਝ ਨਹੀਂ। ਫਿਰ ਜ਼ਮੀਨ ਦਾ ਕੀ ਮਤਲਬ? ਕੁੜੀ ਪੀ ਐਚ ਡੀ ਹੈ। ਸੋਹਣੀ ਹੈ, ਘੱਟ ਬਹੁਤ ਹੈ। ਫਿਰ ਜਿਆਦਾ ਕਿਉਂ ਪੁੱਛ ਰਹੇ ਆ ਕਿਉਂਕਿ ਇਸੇ ਬਰਾਬਰ ਹਾਲੇ ਉਹ ਗੱਲ ਛੱਡੀ ਨਹੀਂ ਕਿ ਆਰਥਿਕ ਪੱਖ ਬਰਾਬਰ ਹੋਵੇ ਕਹਿਣ ਨੂੰ ਕੁਝ ਕਹੀ ਜਾਈਏ ਕਹਿਣ ਨੂੰ ਕੁਝ ਪਰ ਇੱਕ ਗੱਲ ਸ਼ਰਮਜੀ ਇੱਥੇ ਵੀ ਕੁੜੀ ਵਾਲੇ ਵੀ ਮੁੰਡੇ ਦੇ ਗੁਣ ਪਾਏ ਮੁੰਡਾ ਅੱਜ ਕੱਲ੍ਹ ਵੇਖੀ ਆਂ ਪਾ ਚਟੇ ਲਾਉਂਦੇ ਵਾਲੇ ਮਿਲ ਜਾਂਦੇ ਆ ਉਧਰ ਵੀ ਜ਼ਮੀਨ ਹੀ ਦੇਖਦੇ ਆ ਨਹੀਂ ਜੀ ਨਹੀਂ ਉਧਰ ਬੜੀ ਵੱਡੀ ਬਿਲਕੁਲ ਸਹੀ ਗੱਲ ਹੈ ਤੁਸੀਂ ਦੋ ਮੁੰਡੇ ਦੱਸੋ ਇੱਕ ਕੋਲ 10 ਕਿੱਲੇ ਕੋਲ 60 ਕਿੱਲੇ ਕਹਿੰਦੇ 60 ਵਾਲਾ ਵੇਖ ਲੈਣੇ ਫਿਰ ਜਾਂਦੇ ਉਹ ਵੀ ਲਾਲਚ ਨੂੰ ਹੀ ਆ ਕਿਉਂਕਿ ਹੈ ਤਾਂ ਸਮਾਜ ਦਾ ਅੰਗ ਹੀ ਨਾ ਪੈਸੇ ਦੀ ਚੱਕਾ ਚੌਂਦ ਨਹੀਂ ਉਹਨਾਂ ਨੂੰ ਵੀ ਉਹਨੇ ਪ੍ਰਭਾਵਿਤ ਬਰਾਬਰ ਹੀ ਹੈ ਗੱਲ ਬਰਾਬਰ ਹੈ ਗੱਲ ਕੋਈ ਕੁੜੀਆਂ ਵਾਲੇ ਜੇ ਆਪਾਂ ਕਹੇ ਕੱਟ ਲੋ ਵੀ ਉਹ ਵੀ ਨਹੀਂਗੇ ਉਹ ਵੀ ਚਾਹੁੰਦੇ ਆ ਵੀ ਵੀ ਜੇ ਕਿਤੇ ਰਾਹੁਲ ਗਾਂਧੀ ਨਾਲ ਰਿਸ਼ਤਾ ਹੋ ਜੇ ਤਾਂ ਵਧੀਆ ਉਹ ਵੀ ਇਸੇ ਗੱਲ ਨੂੰ ਫਿਰਦੇ ਆ ਹਾਂ ਇਹ ਸਭ ਤੋਂ ਛੋਟੀ ਤਾਂ ਹੀ ਫਿਰਦੇ ਬੱਸ 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 ਮਤਲਬ ਜਦੋਂ ਜਦੋਂ ਇੱਕ ਚੀਜ਼ ਮਿਲ ਗਈ ਫਿਰ ਸਾਡੀਆਂ ਕਹਿੰਦੇ ਜਾਤਾਂ ਪਾਤਾਂ ਵੀ ਅੱਜ ਕੱਲ ਕੋਈ ਨਹੀਂ ਅਸੀਂ ਮੰਨਦੇ ਨਹੀਂ ਇਹਨਾਂ ਚੀਜ਼ਾਂ ਨੂੰ ਫਿਰ ਸਾਰਾ ਕੁਝ ਹੀ ਹੋ ਜਾਂਦਾ ਜਦੋਂ ਆਦੇ ਲਾਲਚ ਸਾਰੇ ਪੂਰੇ ਹੋ ਜਾਂਦੇ ਆ ਗੱਲ ਸਾਰੇ ਗੱਲ ਆਰਥਿਕ ਪੱਖ ਨਾਲ ਜੁੜੀ ਹੈ ਹਾਂ ਗੱਲ ਇੱਥੇ ਆ ਕੇ ਮੁੱਕਦੀ ਹੈ ਪਰ ਮੈਂ ਦੂਜੀਆਂ ਤਰ੍ਹਾਂ ਦੇ ਡਰਾਮੇ ਆ ਦੂਜੇ ਤਰ੍ਹਾਂ ਤੁਸੀਂ ਮੇਰੀ ਗੱਲ ਸੁਣੋ ਜੀ ਆਰਥਿਕ ਪੱਖ ਨਾਲ ਹੁੰਦੀ ਕੈਪਟਨ ਮਨਿੰਦਰ ਸਿੰਘ ਦੀਆਂ ਰਿਸ਼ਤੇਦਾਰਾਂ ਆ ਕਸ਼ਮੀਰ 'ਚ ਵੀ ਹੈ ਹਾਂ हिमाचलच भी है हम्म ते इधर नेटवर्किंग ਹੁੰਦੇ ਸੀ ਉਹਨਾਂ ਨਾਲ ਵੀ ਹੈ ਇਹਨਾਂ ਲੋਕਾਂ ਨੇ ਇਸ ਗੱਲ ਨੂੰ ਬਹੁਤ ਪਹਿਲਾਂ ਛੱਡਤਾ ਸੀ ਅਸੀਂ ਹੁਣ ਛੱਡ ਰਹੇ ਹਾਂ ਆਰਥਿਕ ਪੱਖ ਸਾਨੂੰ ਹੁਣ ਸਮਝ ਆਇਆ ਇਹਨਾਂ ਨੂੰ ਪਹਿਲਾਂ ਆ ਗਿਆ ਸੀ ਇਹਨਾਂ ਨੂੰ ਪਹਿਲਾਂ ਆ ਗਿਆ ਕਿਉਂਕਿ ਪਹਿਲਾਂ ਇਹ ਚੀਜ਼ਾਂ ਦੇ ਵਿੱਚ ਵਿਚਰ ਗਏ ਸੀ ਦੇਖੋ ਇਹ ਰਾਜਾ ਮਹਾਰਾਜ ਤਾਂ ਹੀ ਬਣੇ ਨਾ ਜੇ ਸਾਡੇ ਨਾਲ ਅੱਗੇ ਸੀ ਬੁੱਧਕ ਤੌਰ ਤੇ ਦਿਮਾਗੀ ਤੌਰ ਤੇ ਸਾਨੂੰ ਜਿਹੜੀ ਗੱਲ ਹੁਣ ਸਮਝ ਆਈ ਇਹਨਾਂ ਨੂੰ 100 ਸਾਲ ਪਹਿਲਾਂ ਆ ਗਈ ਸੀ ਕਿ ਕੁਝ ਨਹੀਂ ਹੁੰਦਾ ਸਾਰਾ ਕੁਝ ਮਾਇਆ ਚ ਹੀ ਹੈ ਮਾਇਆ ਚ ਹੈ ਵੀ ਵੈਸੇ ਹੈ ਵੀ ਲੱਖ ਗੱਲਾਂ ਕਰੀਏ ਹਾਂ ਜੇ ਅੱਜ ਤੁਸੀਂ ਚੰਡੀਗੜ੍ਹ ਚੱਲੋ ਤਾਂ ਤੇਲ ਫੂਕੇ ਜਾਓਗੇ ਪੈਸੇ ਨਾਲ ਹੀ ਜਾਓਗੇ ਜਾਵਾਂਗੇ ਜੇ ਆਪਾਂ ਕਹੀਏ ਵੀ ਨਰੋੜ ਸਾਧ ਪਣਾ ਬਣ ਕੇ ਵੀ ਕੁਝ ਨਹੀਂਗਾ ਹਮ ਲੇਕਿਨ ਜਦੋਂ ਅਸੀਂ ਇਹਨੂੰ اخلاق ਤਿਆ ਕੇ ਇਕੱਠਾ ਕਰਨ ਲੱਗ ਜੰਨੇ ਆ ਉਦੋਂ ਸ਼ਰਾਬ ਬਣ ਜਾਂਦਾ ਹਮ ਲੋੜ ਹੈਗੀ ਹੈ ਹਰ ਬੰਦੇ ਨੂੰ ਲੋੜ ਹੈ ਲੋੜਾ ਕੋਈ ਬੰਦਾ ਨਹੀਂ ਪਾਸ ਸਕਦਾ ਹਮ ਲੇਕਿਨ ਇੰਨੀ ਨਹੀਂ ਸੀ ਜਿੰਨੀ ਬਣਾ ਲਈ ਜਿੰਨੀ ਬਣਾ ਲਈ ਉਹਨਾਂ ਚ ਮੈਂ ਵੀ ਹਾਂ ਮੈਂ ਨਹੀਂ ਕਹਦਾ ਮੈਂ ਨਹੀਂ ਮੈਂ ਵੀ ਸਮਝਦਾਂਗੀ ਹਮ ਇਸ ਕਰਕੇ ਧਾਰਮਿਕ ਬੰਦਿਆਂ ਨੂੰ ਥੋੜਾ ਜਾਂ ਇਸ ਪਾਸੇ ਵੱਧ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਮੁਲਕ ਦਾ ਕਾਇਦਾ ਕਾਨੂੰਨ ਉਨਾ ਇਫੈਕਟਿਵ ਨਹੀਂ ਜਿੰਨੀ ਇਹਨਾਂ ਦੀ ਕਈ ਵੀ ਗੱਲ ਇਫੈਕਟਿਵ ਹੈ ਜੀ 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 ਕਿਉਂਕਿ ਲੋਕੀ ਇਹਨਾਂ ਨੂੰ ਮੰਨਦੇ ਆ ਮੰਨਤਾਵਾਂ ਨੇ ਮੰਨ ਵਡੇ ਵਡੇ ਲੀਡਰ ਇਹਨਾਂ ਦੇ ਗੋਡਿਆਂ 'ਤੇ ਲਾਉਂਦੇ ਆ ਹਾਂ ਅਗਰ ਇਹ ਹੀ ਉਹਨਾਂ ਨੂੰ ਕਹਿਣ ਕਿ ਯਾਰ ਥੋੜਾ ਜਿਹਾ ਸਿਸਟਮ ਨੂੰ ਠੀਕ ਕਰੋ ਹਾਂ ਤਾਂ ਠੀਕ ਹੋ ਜਾਊਗਾ ਹੂੰ ਲੇਕਿਨ ਇਹ ਕਹਿਣ ਦੀ بجائے ਇਹ ਆਪ ਦੇ ਕੰਮ ਕਹਿਣ ਲੱਗ ਜਾਂਦੇ ਆ ਆਪ ਦੇ ਕੰਮ ਕਹਿਣ ਲੱਗ ਜਾਂਦੇ ਪੋਲੀਟੀਕਲ ਮੋਟਿਵ ਉਹ ਦੇਖਦੇ ਆ ਇਹ ਆਪ ਦਾ ਮੋਟਿਵ ਦੇਖਦੇ ਦੋਨੇ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਬਿਲਕੁਲ ਜੀ ਮਤਲਬ ਜੇ ਆਪਾਂ ਗੱਲ ਕਰੀਏ ਗੁਰੂ ਸਾਹਿਬਾਨ ਨੇ ਵੀ ਜਿਹੜਾ ਰਾਜਨੀਤੀ ਵਾਲਾ ਜੋ ਨਿਸ਼ਾਨ ਸਾਹਿਬ ਆ ਉਹ ਧਰਮ ਵਾਲੇ ਨਿਸ਼ਾਨ ਸਾਹਿਬ ਤੋਂ ਨੀਵਾਂ ਰੱਖਿਆ ਸੀ ਤਾਂ ਕਿ ਧਰਮ ਹਮੇਸ਼ਾ ਭਾਰੂ ਰਵੇ ਰਾਜਨੀਤੀ ਦੇ ਉੱਤੇ ਅਕਾਲ ਤਖਤ ਸਾਹਿਬ ਤੋਂ ਦਰਬਾਰ ਸਾਹਿਬ ਸਿੱਧਾ ਦਿੰਦਾ ਵੀ ਤਾਂ ਕਿ ਜਦੋਂ ਕੋਈ ਰਾਜਨੀਤਿਕ ਫੈਸਲਾ ਲੈਣਾ ਤਾਂ ਧਰਮ ਸਾਹਮਣੇ ਦਿਖੇ ਇਹ ਪਤਾ ਲੱਗੇ ਕਿ ਗਲਤ ਫੈਸਲਾ ਤਾਂ ਨਹੀਂ ਲਿਆ ਜਾ ਰਿਹਾ ਇਹੀ ਕਾਰਨ ਹੋਊਗਾ ਹਮਮ ਪਰ ਹੁਣ ਇਹ ਲੱਗਦਾ ਵੀ ਸਾਰਾ ਕੁਝ ਹੁਣ ਰਾਜਨੀਤੀ ਧਰਮ ਦੇ ਫੈਸਲੇ ਕਰਾ ਰਹੀ ਹੈ ਦੇਖੋ ਨਾ ਤੁਸੀਂ ਜਦੋਂ ਹਰ ਚੀਜ਼ ਚ ਪੈਸੀ ਦੀ ਇਨਵੋਲਵਮੈਂਟ ਹੋ ਗਈ ਹਾਂ ਹਰ ਚੀਜ਼ ਪੈਸੀ ਦੀ ਇਨਵੋਲਵਮੈਂਟ ਕਰਕੇ ਇਹ ਸਮੱਸਿਆ ਆ ਰਹੀ ਹੈ ਕਿਉਂਕਿ ਧਾਰਮਿਕ ਬੰਦਿਆਂ ਦੇ ਵੀ ਤਾਂ ਬੱਚੇ ਹਮ ਉਹਨਾਂ ਨੇ ਆਪਦਾ ਰੁਤਬਾ ਛੱਡ ਕੇ ਦੂਜੇ ਪਾਸੇ ਹੋ ਗਏ ਹਮ ਸਾਰੇ ਨਹੀਂ ਹੋਏ ਹੁਣੇ ਹਲੇ ਹੈਗੇ ਨੇ ਲੋਕ ਹੋਣਗੇ ਕਿਉਂਕਿ ਆਪਣੀ ਉੱਡੀ ਜਨਮਸ਼ਾਨ ਨਹੀਂ ਗਈ ਲੇਕਿਨ ਜ਼ਿਆਦਾਤਰ ਹੋ ਗਿਆ ਇਹ ਬਦਲਾ ਦੀ ਲੋੜ ਹੈ ਬਦਲਾ ਦੀ ਲੋੜ ਹੈ ਹਾਂ ਜੀ ਮਤਲਬ ਜੇ ਆਪਾਂ ਉਹ ਗੱਲ ਕਰਨੇ ਹੋਏ ਜਦੋਂ ਰਾਜਨੀਤਿਕ ਸਿਸਟਮ 1995 ਤੋਂ ਪਹਿਲਾਂ ਦਾ ਜਾਂ ਹੁਣ ਦਾ ਮਤਲਬ ਹੁਣ ਇਹ ਲੱਗਦਾ ਤੁਹਾਨੂੰ ਵੀ ਉਦੋਂ ਦੇ ਲੀਡਰਾਂ ਚ ਫਿਰ ਵੀ اخلاق ਸੀ ਤੇ ਅੱਜ ਤਾਂ ਚ ਹੈ ਨਹੀਂ ਤੁਹਾਡੇ ਕੋਲ ਉਦਾਹਰਨ ਤਾਂ ਨਹੀਂ ਮਤਲਬ ਹਾਂ ਫਰੀਦ ਕੇ ਉਹ ਜ਼ਿਲ੍ਹਾ ਪ੍ਰਾਣਾ ਜੀ ਇੱਕ ਬਹੁਤ ਵੱਡਾ ਸਿਆਸੀ ਲੋਕਾਂ ਦਾ ਗੜ ਹੈ ਕਿਵੇਂ ਗੜ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਇਲਾਕੇ ਦੇ ਜੀ ਸਰਦਾਰ ਹਰਚੰਦ ਸਿੰਘ ਬਰਾੜ ਗਿਆਨੀ ਜੈਲ ਸਿੰਘ ਜੀ ਰਾਸ਼ਟਰਪਤੀ ਜਗਮੀਤ ਬਰਾੜਾ ਵੀ ਬੜਾ ਵੱਡਾ ਨਾਂ ਸੀ ਅੱਜ ਰਾਜਾ ਵੜਿੰਗ ਬਹੁਤ ਵੱਡਾ ਨਾਂ ਹੈ ਉਦੋਂ ਦੇ ਤੁਸੀਂ ਲੋਕ ਵੇਖੋ ਉਹ ਵੀ ਸਰਦਾਰ ਹਰਚਰਨ ਸਿੰਘ ਬਰਾੜ ਦੇ ਪੈਸੇ ਖਾਣ ਦਾ ਕੋਈ ਇਲਜ਼ਾਮ ਲੱਗਦਾ ਹੀ ਨਹੀਂ ਹਮ ਇੱਕ ਤਾਂ ਮੈਂ ਕਾਂਗਰਸੀ ਵਰਕਰ ਦੇ ਤੌਰ ਤੇ ਉਹਨਾਂ ਨੂੰ ਵੜਿਆਉਣਾ ਚਾਹੁੰਦਾ ਇੱਕ ਗੱਲ ਸੱਚੀ ਵੀ ਹੈ ਹਮ ਗਿਆਨੀ ਜੀ ਤੇ ਕੁਝ ਨਹੀਂ ਲੱਗਦਾ ਮੁੱਖ ਮੰਤਰੀ ਰਹੇ ਗ੍ਰਹਿ ਮੰਤਰੀ ਰਹੇ ਰਾਸ਼ਟਰਪਤੀ ਰਹੇ ਇਸ ਜੀਵਨ ਵਿੱਚ ਕਿਤੇ ਵੀ ਜ਼ਿਆਦਾਤ ਹੈ ਨਹੀਂ ਹਮ ਆ ਪਿਛਲੇ ਜੇ 20 ਸਾਲ 10 ਸਾਲ ਪਹਿਲਾਂ ਅਪਿੰਦਰ ਸ਼ਰਮਾ ਇੱਥੇ ਆਉਂਦੇ ਰਹੇ ਹਮ ਕੋਈ ਵੱਡਾ ਇਲਜ਼ਾਮ ਨਹੀਂ ਲੱਗਦਾ ਅਕਾਲੀਆਂ ਚ ਵੀ ਆ ਨਾਨ ਦੇ ਪਿੰਡ ਦਲ ਸਿੰਘ ਵਾਲਾ ਤੋਂ ਸਰਦਾਰ ਜੈਪ ਸਿੰਘ ਸਰਪੰਚ ਸੀ ਹੂੰ ਮੈਂ ਸ਼ਾਇਦ ਨਾ ਗਲਤ ਨਾ ਲੈਂਦਾ ਹੋਵਾਂ ਨਹੀਂ ਸਹੀ ਹੈ ਉਹ ਸਾਈਕਲ ਤੇ ਸੀ ਹੂੰ ਗੱਲ ਕਰਲੀ ਕਾਂਗਰਸੀਆਂ ਦੀ ਨਹੀਂ ਮੈਂ ਕਰ ਰਿਹਾ ਗੱਲ ਇਮਾਨਦਾਰੀ ਦੀ ਕਰ ਰਿਹਾ ਮੇਰੇ ਵੇਖਣ ਜੁਨੇ ਪਤੁਰਕਵਾਸ ਹੋਏ ਨੇ ਹੂੰ ਉਹਨਾਂ ਨੇ ਮੇਰੇ ਖਿਲਾਫ 100 ਰੁਪਏ ਵੀ ਕਿਸ ਤੋਂ ਲਿਆ ਹੋਣਾ ਹੂੰ ਇੱਕ ਤਾਂ ਉਹ ਜ਼ਮਾਨੇ ਚ ਸਿਆਸਤ ਰੂਪ ਸੀ ਸੇਵਾ ਦਾ ਸੇਵਾ ਦਾ ਤੇ ਥੋੜਾ ਮੋਟਾ ਮੇਵਾ ਦਾ ਹੂੰ ਹੁਣ ਨਰੋਲ ਮੇਵਾ ਹੋ ਗਿਆ ਹੂੰ ਸੇਵਾਉਂ ਚ ਮੰਫੀ ਹੋ ਗਈ ਹੂੰ ਵੀ ਅਗਲਾ ਕਹਿੰਦਾ ਯਾਰ ਵੀ ਚੰਡੀਗੜ੍ਹ ਜਾਣਾ ਪੰਜ ਲੱਗੂ ਹੂੰ 10 ਬਣੇ ਫੇਰ ਹੀ ਪੰਜ ਲੱਗੂ ਨੀ ਦੁਕਾਨਾਂ ਨੂੰ ਜਾਏ ਨੀ ਜਾਣਾ ਹਾਂ ਦੇਖੋ ਸਰਦਾਰ ਅਫਤਾਰ ਸਿੰਘ ਬਰਾੜ ਸੀ ਉਹਨਾਂ ਦਾ ਬੇਟਾ ਬੱਬੂ ਬਰਾੜ ਆਜ ਹੂੰ ਮੇਰੇ ਖਿਆਲ ਚ ਨਹੀਂ ਉਹਨਾਂ ਨੇ ਕੋਈ ਇਸ ਕਿਸਮ ਦੀ ਗੱਲ ਕੀਤੀ ਵੀ ਜਿਹੜੀ ਬਾਹਰ ਆਈ ਹੋਵੇ ਹਾਂ ਹੋਰ ਵੀ ਤੁਸੀਂ ਜਾਣਦੇ ਹੋਵੋਗੇ ਜੀ ਇੱਥੇ ਭਾਜਪਾ ਦੇ ਸੀ ਪਤੰਗਾ ਪਤੰਗਾ ਸਾਹਿਬ ਦਾ ਪਰਿਵਾਰ ਹੈ ਹੂੰ ਉਹਨਾਂ ਦੀ ਅਸੈਸੀਨੇਸ਼ਨ ਹੋਈ ਹੂੰ ਉਹ ਸੁਧਾਰਨ ਮੁਲਾਜ਼ਮ ਟੀਚਰ ਨੇ ਕੋਈ ਉਹਨਾਂ ਨੇ ਵੱਡਾ ਫਾਇਦਾ ਨਹੀਂ ਲਿਆ ਭਾਜਪਾ ਚੋਂ ਨੇ ਨਾਲ ਹੀ ਰਹਿੰਦੇ ਇੱਥੇ ਇਸ ਕਰਕੇ ਉਹ ਲੋਕ ਸੀ ਜਿਹੜੇ اخਲਾਕੀ ਤੌਰ ਤੇ ਉੱਚੇ ਸੀ ਹੂੰ ਬਾਕੀ ਮੇਰੇ ਖਿਆਲ ਚ ਪਾਰਟੀਆਂ ਦੇ ਆਪ ਦੇ ਆਪ ਦੇ ਵਿਧੀ ਵਿਵਧਾਨ ਵੀ ਹੈ ਜੀ ਉਹਨਾਂ ਦਾ ਆਪ ਦਾ ਸਿਸਟਮ ਵੀ ਹੈ ਉਹਦੇ ਮੁਤਾਬਕ ਲੋਕ ਕਰੀ ਜਾਂਦੇ ਉਹਦੇ ਮੁਤਾਬਕ ਕਰੀ ਜਾਂਦੇ ਮਤਲਬ ਜਿਹੜੀ ਚੀਜ਼ ਦੀ ਪੈਸੇ ਦੀ ਜੇ ਸਰਮਾਏ ਦੀ ਦੌੜ ਦੇ ਵਿੱਚ ਮਤਲਬ ਲੀਡਰ ਵੀ ਹੁਣ ਆਪਾਂ ਦੇਖਦੇ ਆਂ ਪਹਿਲਾਂ ਜਿਵੇਂ ਕਹਿੰਦੇ ਸੀਗੇ ਸੁਣਦੇ ਆਂਗੇ ਵੀ ਪੁਰਾਣੇ ਐਮਐਲਏ ਤੋਂ ਲੱਗਦੇ ਨਹੀਂ ਹੁੰਦੇ ਸੀ ਵੀ ਐਮਐਲਏ ਫਿਰਦਾ ਉਹਨੂੰ ਆਏ ਤੂੰ ਇਧਰੋਂ ਬਸ ਚੜਿਆ ਮੈਂ ਇਧਰੋਂ ਚੜਿਆ ਆਉਂਗਾ ਆਪਾਂ ਉੱਥੇ ਜਾ ਕੇ ਕੰਮ ਕਰਵਾ ਲਾਂਗੇ ਹੁਣ ਲੀਡਰ ਦੀ ਫਾਰਚੂਨਰ ਹੁੰਦੀ ਹੈ ਅੱਗੇ ਪਿੱਛੇ ਪੰਜ ਚਾਰ 체ਲਿਆਂ ਚ ਆਪਣੇ ਆਂਦੀਆਂ ਹੁੰਦੀਆਂ ਆਈਆਂ ਉਹ ਆਏ ਲੱਗਦਾ ਹੁੰਦਾ ਵੀ ਹੁਣ ਬਸ ਪਤਾ ਨਹੀਂ ਇਥੋਂ ਦੀ ਕੀ ਲੰਗਿਆ ਇਹਦੇ ਚ ਮੈਂ ਲੋਕਾਂ ਦਾ ਵੀ ਕਸੂਰ ਗਿਣਦਾ ਕਿਵੇਂ ਲੀਡਰ ਤਾਂ اخਲਾਕੀ ਤੌਰ ਤੇ ਕਮਜ਼ੋਰ ਹੋਏ ਹੋਏ ਹੂੰ ਜਿਸ ਮੁਲਕ ਦਾ ਵੋਟਰ ਪੈਸੇ ਲੈਣ ਲੱਗ ਜੇ ਹਾਂ ਸ਼ਰਾਬ ਮੰਗਣ ਲੱਗ ਜੇ ਜੀ ਧੂਕੀ ਮੰਗਣ ਲੱਗ ਜੇ ਜੀ ਲੀਡਰ ਨੂੰ ਇਹ ਲੱਗੇ ਕਿ ਐਤਕੀ 7 ਕਰੋੜ ਲੱਗਿਆਗਾ ਉਹਨੂੰ 14 ਲੱਗੂਗਾ ਫਿਰ ਮੈਂ ਐਮਐਲਏ ਬਣੂਗਾ ਇਹ ਸਰਪੰਚੀ ਤੇ 50 ਲੱਖ ਲੱਗੂਗਾ। ਹੂੰ ਜੇ ਕਿਤੇ ਅਸੀਂ ਲੋਕ ਥੋੜਾ ਜਿਹਾ ਇਸ ਪਾਸੇ ਧਿਆਨ ਦੇ ਲੈਂਦੇ। ਜੀ ਸ਼ਾਇਦ ਉਹਨਾਂ ਨੂੰ ਇੰਨੇ ਇਕੱਠੇ ਨਾ ਕਰਨੇ ਪੈਂਦੇ। ਹੂੰ ਸਾਡੇ 'ਚ ਵੀ ਕਮੀਆਂ ਐ। ਸਾਡੇ 'ਚ ਵੀ ਕਮੀਆਂ ਐ। ਕਿ ਉਹਨਾਂ 'ਚ ਤਾਂ ਕਮੀਆਂ 100% ਹੀ ਹੋ ਗਈਆਂ। ਹੂੰ ਲੋਕਾਂ 'ਚ ਵੀ ਕਮੀਆਂ ਆ ਗਈ। ਜੀ ਤੁਸੀਂ ਵੋਟ ਪਾਉਣੀ ਐ ਦੇਖੋ ਅਗਰ 5 ਸਾਲਾਂ ਤੇ ਡਿਵਾਈਡ ਕੀਤਾ ਜਾਵੇ ਹੂੰ ਪਲੇ ਹੋਏ ਪੈਸਿਆਂ ਨੂੰ ਸਾਰੇ ਨਹੀਂ ਲੈਂਦੇ ਸਾਰੇ ਮਾੜੇ ਨਹੀਂ। ਜੀ ਜਿਹੜੇ ਲੈਂਦੇ ਉਹਨਾਂ ਦੀ ਮਜਬੂਰੀਆਂ ਵੀ ਮੈਂ ਸਮਝਦਾ ਅਗਲਾ ਕਹਿੰਦਾ ਚਲੋ ਹੋਰ ਤਾਂ ਕੁਝ ਨਹੀਂ ਪੱਲੇ ਪਣਾ ਇਹ ਹੀ ਲੈ ਲਓ ਪਰ ਜੇ ਕਿਤੇ ਉਹ ਚੰਗਾ ਬੰਦਾ ਚੁਣ ਲੈਂਦੇ ਤਾਂ ਸ਼ਾਇਦ ਰਿਜ਼ਲਟ ਬੈਟਰ ਹੁੰਦਾ ਜੀ ਸਾਡੇ ਪੋਲੀਟਿਕਸ ਦਾ ਸਾਡੇ ਸਮਾਜ ਦਾ ਤੇ ਮੈਂ ਸਮਝਦਾ ਵੀ ਤਾੜੀ ਦੋਨਾਂ ਹੱਥਾਂ ਨਾਲ ਵੱਜੀ ਹੈ ਉਹ ਜ਼ਿਆਦਾ ਵਿਗੜ ਗਈ ਇਹ ਥੋੜੇ ਜਿਹਾ ਘੱਟ ਵਿਗੜੀ ਸੀ ਵਿਗੜੇ ਸੀ ਜਿੰਨਾ ਕਦਾ ਲੱਗਿਆ ਜਿਵੇਂ ਸੰਤਸੰਗ ਦੇ ਮਸਕੀਨ ਕਹਿੰਦੇ ਹੁੰਦੇ ਸੀ ਵੀ ਚੋਰ ਉਹੀ ਉਹੀ ਨਹੀਂ ਜਿਹਦਾ ਦਾਨ ਹੀ ਲੱਗਿਆ ਇਹ ਇਹ ਲੱਗਦਾ ਵੀ ਜਿੱਦਾ ਜਿੱਦਾ ਉਹਨਾਂ ਦਾ ਹੁਣ ਲੀਡਰ ਹੈ ਉਹਨਾਂ ਦੇ ਵੱਡੇ ਦਾ ਹੈ ਵੱਡੇ ਅਚ ਫੰਡ ਹੈ ਵੱਡੇ ਚ ਕਪਲੇ ਆ ਵੱਡੇ ਕਰ ਜਾਂਦੇ ਐ ਇੱਥੇ ਲੋਕਾਂ ਦੇ ਅਚ ਛੋਟੇ ਮੋਟੇ ਆ ਕੋਈ ਆ ਪੈਸੇ ਲੈ ਲਿਓ ਉਹ ਕਰ ਲਿਓ ਇੰਨੇ ਕਰ ਜਾਂਦੇ ਮੈਂ ਸਮਝਦਾ ਵੀ ਰਲ ਮਿਲ ਕੇ ਸਾਰਾ ਸਿਸਟਮ ਅਸੀਂ ਆਪ ਖਰਾਬ ਕੀਤਾ ਹੂੰ ਕਿਸੇ ਦਾ ਕਸੂਰ ਵੱਧ ਗੈਣ ਲੋ ਘੱਟ ਗੈਣ ਲੋ ਜੇ ਕੋਈ ਸਮਾਜ ਦਾ ਬੰਦਾ ਕਹੇ ਨਹੀਂ ਵੀ ਇੱਕ ਦਿਰ ਦਾ ਕਸੂਰ ਹੈ ਹੂੰ ਤਾਂ ਮੈਂ ਨਹੀਂ ਮੰਨਦਾ ਜੀ ਸਾਡਾ ਰਲ ਕੇ ਕਸੂਰ ਹੈ ਲੋਕਾਂ ਦਾ ਘੱਟ ਹੈ ਉਹਨਾਂ ਦਾ ਜ਼ਿਆਦਾ ਹੈ ਬੋਨ ਦਿਓ ਇਹ ਚਾਰੇ ਥੋੜਾ ਲੈ ਲਏ ਸੀ ਉਹਨਾਂ ਨੇ ਤਾਂ ਫਿਰ ਜੋ ਤੁਸੀਂ ਕੀਤਾ ਤੁਸੀਂ ਤਾਂ ਇਸ ਵਿਸ਼ੇ 'ਚ ਰੋਝਾਨੇ ਹੋ ਉਹਨਾਂ ਦੀ ਤਾਂ ਗੱਲਾਂ ਛੱਡਦੇ ਹੁਣ ਉਹਨਾਂ ਦੀ ਗੱਲਾਂ ਛੱਡ ਤੇ ਸ਼ਰਮਾ ਜੀ ਹੁਣ ਆਪਾਂ ਕੋਈ ਮਤਲਬ ਕੋਈ ਤੁਸੀਂ ਕੋਈ ਛੜਨਾ ਗੱਲ ਸਾਂਝੀ ਕਰਨੀ ਚਾਹੁੰਦੇ ਹੋ ਹੁਣ ਆਪਾਂ ਗੱਲਾਂ ਬਾਤਾਂ ਗੱਲ ਤਾਂ ਮੈਂ ਹੀ ਸਾਂਝੀ ਕਰਨੀ ਚਾਹੁੰਦਾ ਤੁਹਾਡੇ ਨਾਲ ਹਾਂ ਵੀ ਇੱਕ ਤਾਂ ਸਰਕਾਰ ਮੌਜੂਦਾ ਸਰਕਾਰ ਜੀ ਡੈਪਟਿਕ ਲੋਕ ਬਹੁਤ ਹੋ ਰਹੇ ਕਿ ਮੈਂ ਸ਼ੂਗਰ ਦੇ ਪੇਸ਼ੈਂਟ ਸ਼ੂਗਰ ਦੇ ਪੇਸ਼ੈਂਟ ਇੱਕ ਬਹੁਤ ਵੱਡੇ ਪੱਧਰ ਤੇ ਕਰੋਨੇ ਤੋਂ ਬਾਅਦ ਹਾਰਟ ਅਟੈਕ ਵਧ ਰਿਹਾ ਹੈ ਉਹਦਾ ਹੀ ਕਾਰਨ ਮੈਂ ਮੈਂ ਤੁਸੀਂ ਜਾਣਦੇ ਹੋ ਲੋਕਾਂ ਚ ਨਹੀਂ ਮੈਂ ਹੁਣ ਇਸ ਵਿਸ਼ੇ ਬਾਰੇ ਕੁਝ ਜਾਣਦਾ ਨਹੀਂ ਮੈਂ ਤਾਂ ਸੁਣੀ ਗੱਲ ਤੁਹਾਨੂੰ ਦੱਸਤੀ ਮੈਨੂੰ ਕਾਸ ਨਹੀਂ ਪਤਾ ਕਾਸ ਆਫ ਹਾਰਟ ਅਟੈਕ ਕੀ ਹੈ ਕਾਸ ਆਫ ਡਾਇਬੀਟ ਕੀ ਹੈ ਲੇਕਿਨ ਸਰਕਾਰ ਨੂੰ ਵੱਡੇ ਪੱਧਰ ਤੇ ਦਾ ਸਰਵੇ ਕਰਾਉਣਾ ਚਾਹੀਦਾ ਹੈ ਵੱਡੇ ਪੱਧਰ ਤੇ ਇਸ ਗੱਲ ਦਾ ਪਤਾ ਕਰਨਾ ਚਾਹੀਦਾ ਹੈ ਔਰ ਮੈਂ ਸਮਝਦਾ ਵੀ ਇਹ ਦਵਾਈਆਂ ਇੱਕ ਜਿਹੜੇ ਲੋਕ ਐਕਸੀਡੈਂਟ ਚ ਜਾਂ ਪੈਰਾਲਾਈਸਿਸ ਨਾਲ ਬਿਲਕੁਲ ਨਕਾਰਾ ਹੋ ਕੇ ਮੰਝਾਂ ਤੇ ਪੈ ਜਾਂਦੇ ਆ ਹਮ ਆਮਦਨ ਤਾਂ ਕੀ ਬਲਕਿ ਦਵਾਈ ਦਾ ਖਰਚਾ ਖੜਾ ਹੋ ਜਾਂਦਾ ਹੈ ਸਰਕਾਰ ਉਹਨਾਂ ਵਾਸਤੇ ਕੋਈ ਵੱਡੇ ਪੱਧਰ ਤੇ ਰਾਹਤ ਲੈ ਕੇ ਆਵੇ ਕਿਉਂਕਿ ਉਹ ਪਰਿਵਾਰ ਤੇ ਵਿਚਾਰੇ ਹਮ ਬੋਝ ਤਾਂ ਨਿਮਕ ਹੂੰਗਾ ਕਿਉਂਕਿ ਆਪਦੇ ਰਿਸ਼ਤੇਦਾਰ ਹੁੰਦਾ ਆਪਦੇ ਭਾਈਚਾਰਾ ਹੁੰਦਾ ਲੇ ਉਹਨਾਂ ਦੀ ਕੋਈ ਮਦਦ ਨਹੀਂ ਕਰ ਰਹੀ ਮਦਦ ਨਹੀਂ ਕਰ ਰਹੀ ਜਿਹੜੇ ਮੰਝੇ ਤੇ ਪੈ ਗਏ ਉਹ ਥੋੜੇ ਹੁੰਦੇ ਨੇ ਚਾਹੇ ਤਾਂ ਡਿਊ ਟੂ ਐਕਸੀਡੈਂਟ ਹੈ ਚਾਹੇ ਡਿਊ ਟੂ ਪੈਰਾਲਾਈਸਿਸ ਹਾਂ ਉਹਨਾਂ ਦਾ ਸਰਕਾਰ ਖਾਲ ਜਰੂਰ ਕਰੇ ਹੂੰ ਵੀ ਆਰੇ ਵਿਚਾਰੇ ਰੱਬ ਦੇ ਮਾਰੇ ਆ ਹੂੰ ਤੇ ਇਹਨਾਂ ਦਾ ਤੇ ਜਿਹੜੀ ਸ਼ੂਗਰ ਬਹੁਤ ਵੱਡੇ ਪੱਧਰ ਤੇ ਵੱਧ ਰਹੀ ਹੈ ਹੂੰ ਇਹਦਾ ਇਹਦਾ ਮਤਲਬ ਵੈਸੇ ਇਹਦਾ ਇੱਕ ਕਾਰਨ ਕੀ ਮੰਨੇ ਜਾਂਦੇ ਨੇ ਉਹ ਕਾਰਨ ਜਿਹੜੀ ਮੈਂ ਗੱਲ ਸੁਣੀ ਹੈ ਕਿਉਂਕਿ ਮੈਂ ਤਾਂ ਹੁਣ ਇਹਨਾਂ ਪੜਿਆ ਨਹੀਂਗਾ ਜੀ ਬਦਲੀ ਹੋਈ ਜੀਵਨ ਸ਼ੈਲੀ ਹੈ ਕੰਮ ਨਾ ਕਰਨ ਕਰਕੇ ਕੰਮ ਨਾ ਕਰਨ ਕਰਕੇ ਵੀ ਸਭ ਕੁਝ ਅਸੀਂ ਆਰਾਮ ਤੇ ਛੱਡਤਾ ਹੂੰ ਮੁੜਕਾ ਕੱਢਿਆ ਹੀ ਨਹੀਂ ਹੂੰ ਤੇ ਬਾਕੀ ਹੋਰ ਵੀ ਸਮਾਜ ਦੀਆਂ ਅਲਮਤਾਂ ਹੈਗੀਆਂ ਹਾਂ ਜਿਹੜੀਆਂ ਸਮੇਂ ਤੇ ਇਸ ਤੋਂ ਨੂੰ ਨੋਟਿਸ ਤੇ ਲੈਂਦੇ ਰਵਾਂਗੇ ਵੀ ਜਿਨ੍ਹਾਂ ਦਾ ਸਰਕਾਰ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਖਾਸ ਧਿਆਨ ਦੇਣ ਦੀ ਲੋੜ ਹੈ ਨਸ਼ੇ ਦੀ ਤੌਣ ਹੈਗੀ ਹੋਈ ਹੈ ਉਹਦੇ ਵਾਸਤੇ ਹਰ ਸਰਕਾਰ ਕੋਸ਼ਿਸ਼ ਵੀ ਕਰੂਗੀ ਲੇਕਿਨ ਮੇਰੇ ਖਿਆਲ ਚ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਪੈਸੀ ਦੀ ਇਨਵੋਲਵਮੈਂਟ ਹੀ ਇੰਨੀ ਹੋ ਗਈ ਇਹਦੇ ਚ ਇਹ ਜੋਗੀ ਹਾਂ ਆਮਦਨ ਦਾ ਸਾਧਨ ਬਣ ਗਿਆ ਇਹ ਮਤਲਬ ਮੈਨੂੰ ਲੱਗਦਾ ਵਸੋਂ ਬਾਹਰ ਹੋ ਗਈ ਗੱਲ ਇਹ ਵਸੋਂ ਬਾਹਰ ਹੋਈ ਗੱਲ ਕਿਸੇ ਦਾ ਕਸੂਰ ਕੋਈ ਨਹੀਂ ਇਹਦੇ ਚ ਹਮ ਬਸ ਇਹ ਗੱਲ ਮਤਲਬ ਜਿਵੇਂ ਕੋਈ ਜਿਹੜੀ ਚੀਜ਼ ਆ ਇੱਕੇ ਇਹ ਆਪਣੇ ਦੇਸ਼ ਦੇ ਵੀ ਸਿਸਟਮ ਵੀ ਜਿਹੜੀ ਜਿਹੀ ਚੈੱਕ ਕਰੀ ਆ ਜਾਂਦੀ ਹੈ ਚਾਹੇ ਉਹ ਚੰਗੀ ਹੈ ਮਾੜੀ ਹੈ ਮੁੜ ਕੇ ਹੋ ਜਾਂਦੀ ਨਹੀਂ ਇਥੋਂ ਹਾਂ ਤੁਸੀਂ ਕਹਿ ਸਕਦੇ ਹੋ ਹਾਂ ਕਹਿ ਸਕਦੇ ਹੋ ਚਾਹੇ ਯੋਨਾ ਪਕੈਗੀ ਕਿ ਪੀਪੀਐਮ ਪੁੱਕੀ ਬੈਣਾ ਤੇ ਉਹ ਨਹੀਂ ਮਿਲਦੀ ਤਾਂ ਉਹਨੂੰ ਵੀ ਕੋਈ ਇਹ ਨਹੀਂ ਗੱਲ ਕਹਿ ਸਕਦੇ ਜੀ ਚਿੱਟਾ ਬੈਣਾ ਤਾਂ ਉਹ ਵੀ ਨਹੀਂ ਜਿਹੜੀ ਚੀਜ਼ ਬੈਣਾ ਹੈ ਮੈਨੂੰ ਲੱਗਦਾ ਵੀ ਉਹ ਥੋੜੀ ਜੀ ਦੂਜਿਆਂ ਨਾਲੋਂ ਜ਼ਿਆਦਾ ਸੌਖੀ ਮਿਲ ਜਾਂਦੀ ਆ ਆਮ ਜਿਹੜੀ 1 ਨੰਬਰ ਦੀ ਚੀਜ਼ ਨਾਲੋਂ ਦੇਖੋ ਜਦੋਂ ਪੈਸੀ ਦੀ ਉਹ ਥੋੜੀ ਜੀ ਮਹਿੰਗੀ ਹੋ ਜਾਂਦੀ ਹੈ ਹਾਂ ਤਾਂ ਫਿਰ ਉਹਦਾ ਚੱਲ ਪੈਂਦਾ ਕੰਮ ਚੱਲ ਪੈਂਦਾ ਉੱਚ ਪੈਸਾ ਬਣਦਾ ਹੂੰ ਇਸ ਕਰਕੇ ਚੱ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡੀ ਬੜੀ ਮਿਹਰਬਾਨੀ ਮੈਨੂੰ ਸਦਾ ਧੰਨਵਾਦ ਸਮਾਦੇਨ ਲਈ ਥੈਂਕ ਯੂ ਅਸੀਂ ਉਮੀਦ ਕਰਾਂਗੇ ਕਿ ਇੱਕ ਵਾਰ ਤੁਹਾਨੂੰ ਫਿਰ ਕਿਤੇ ਜ਼ਰੂਰ ਸੱਦਾਂਗੇ ਅਸੀਂ ਕਿਉਂਕਿ ਸਾਨੂੰ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਅਗਲੀ ਵਾਰ ਨੂੰ ਅਸੀਂ ਤੁਸੀਂ ਥੋੜਾ ਜਿਆਦਾ ਹੋਰ ਖੁੱਲ ਕੇ ਆਉਣਾ ਹੈ ਬਹੁਤ ਗੱਲਾਂ ਬਾਤਾਂ ਬਹੁਤ ਹੋਈਆਂ ਤੇ ਤੁਸੀਂ ਜਿਹੜੀਆਂ ਸਾਡੇ ਨਾਲ ਹੋਰ ਜਿਹੜੇ ਤੁਹਾਡੇ ਤਿਆਰਬੇ ਹੈ ਤੁਹਾਡੇ ਕੋਲੇ ਬਹੁਤ ਮਤਲਬ ਸ਼ਬਦਾਂ ਦਾ ਹੀ ਭੰਡਾਰ ਹੈ ਗੱਲਾਂ ਦੇ ਮੈਂ ਮਾਫੀ ਚਾਹੁੰਦਾ ਜੇ ਕੋਈ ਵੱਧ ਘਟ ਗਈ ਹੋਈ ਗੱਲ ਕਿਉਂਕਿ ਮੇਰਾ ਪਹਿਲੀ ਵਾਰੀ ਤਜਰਬਾ ਸੀ ਇਹ ਸੋ ਥੋੜਾ ਬੜਾ ਥੋੜਾ ਪਹਿਲਾਂ ਇਹ ਇਹ ਗੱਲ ਦਾ ਧੰਨਵਾਦ ਕਿ ਮੈਂ ਤੁਹਾਨੂੰ ਕੱਲ ਫੋਨ ਲਾਇਆ ਤੁਸੀਂ ਮੈਨੂੰ ਅੱਜ ਸਮਾਂ ਸਹੀ ਟਾਈਮ ਤੇ ਤੁਸੀਂ ਆ ਗਏ ਤੇ ਮੈਨੂੰ ਸਮਾਂ ਦਿੱਤਾ ਨਹੀਂ ਚਲੋ ਮੇਰੇ 'ਚ ਵੀ ਥੋੜਾ ਜਿਹਾ ਚਾਹ ਸੀ ਜੀ ਧੰਨਵਾਦ ਬੜਾ ਧੰਨਵਾਦ ਥੈਂਕ ਯੂ